नकली शराब का मसला। 115-120 के करीब बंदे मर चुके हैं, 300 किन्ने के करीब घर से बैठे जहरीली शराब पी गए। तो फिर मंत्री साहब का नाम तो बच्चे आऊगा ना, तुम पिछले लोग कह भी लगते कि दुध वाला लीडर। फिर असं दुध का ठेका जो शराब के ठेके बाहर लाया, वो लोगों ने अपील की। DMC वाला धक्का कि लग गया तुम? लोग मर रहे थे। गुरदीप सिंह गोशा सिर्फ तो सिर्फ फेम चाहता, अखबारी लीडर है। अखबारों के सुर्खियां एवं तो नहीं बनदियां। गुरदीप सिंह गोशा का टारगेट की है? MLA बनना, MP लिए खड़ना। ਐਂਸਾ ਨੇ ਸਾਈਕਲ ਪੰਜਾਬ 'ਚ ਚਲਾਏ, ਤੁਸੀਂ ਉਹਨਾਂ ਦੇ ਹਲਕੇ 'ਚ ਸਾਈਕਲ ਚਲਾ ਕਰਨ ਦਾ। ਮੈਂ ਮੂੰਹ 'ਤੇ ਕਹਿ ਰਿਹਾ ਬਿਜਲੀ ਚੋਰੀ ਕੀਤੀ ਹੋਈ ਇਹਨਾਂ ਨੇ, ਜੇ ਇਹਨਾਂ ਨੂੰ ਲੱਗਦਾ ਮੇਰੇ 'ਤੇ FIR ਦਰਜ ਕਰਾਉਣ ਨਾ। ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਵਿੰਦਰ ਦੁਸਾਂਝ ਅਤੇ ਪੰਜਾਬੀ TV ਗੱਲ ਪੰਜਾਬ ਦੀ ਦੇ ਵਿੱਚ ਸ਼ਖਸੀਅਤ ਪ੍ਰੋਗਰਾਮ ਲੈ ਕੇ ਇੱਕ ਵਾਰੀ ਫਿਰ ਤੁਹਾਡੇ ਰੂਬਰੂ ਹੋਇਆ। असी हर वारी किसी ना किसी ऐसी परसनैलिटी मिलते हैं, ऐसी शख्सियत मिलते हैं जिदा कद दूजे लोगों के नालों बहुत उच्चे तक उपर तक उठ के आता है। तो अज जी परसनैलिटी को जी शख्सियत को आए हैं, उन्होंने राजनीतिक खेत्र दे विच अपना कद ਜ਼ਿਲ੍ਹੇ ਦੇ ਵਿੱਚ ਹੀ ਨਹੀਂ ਸਟੇਟ ਲੈਵਲ ਤੱਕ ਇੰਨਾ ਕੁ ਉੱਪਰ ਉਠਾ ਲਿਆ ਕਿ ਜਦੋਂ ਸ਼ੁਰੂਆਤ ਹੋਈ ਸੀ ਤਾਂ ਲੋਕ ਕਹਿੰਦੇ ਸੀ ਕਿ ਵੀ ਇਹਨੇ ਆ ਕੇ ਕੀ ਕਰਨਾ, ਪਰ ਜਿੱਦਾਂ ਜਿੱਦਾਂ ਟਾਈਮ ਬੀਤਿਆ ਅਤੇ ਇੰਨਾ ਕੁ ਉਹਨਾਂ ਨੇ ਕੱਦ ਆਪਣਾ ਉਸ ਲੈਵਲ ਤੱਕ ਲੈ ਗਏ ਕਿ ਸਟੇਟ ਲੈਵਲ ਤੱਕ ਉਹਨਾਂ ਦਾ ਨਾਮ ਚੱਲਣ ਲੱਗ ਗਿਆ। ਅਤੇ ਮੈਂ ਗੱਲ ਕਰਾਉਣ ਜਾ ਰਿਹਾ ਜੀ ਤੁਹਾਡੀ ਲੁਧਿਆਣਾ ਯੂਥ ਅਕਾਲੀ ਦਲ ਦੇ ਪ੍ਰੈਜੀਡੈਂਟ ਗੁਰਦੀਪ ਸਿੰਘ ਗੋਸ਼ਾ ਜੀ ਨਾਲ। ਮੇਰੇ ਨਾਲ ਬੈਠੇ ਨੇ ਗੁਰਦੀਪ ਜੀ, ਸਭ ਤੋਂ ਪਹਿਲਾਂ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਦਸਵੰਤ ਸਾਹਿਬ, ਪੰਜਾਬੀ TV ਦੇ ਸਾਰੇ ਸਰੋਤਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਉਮੀਦ ਕਰਦਾ ਇਹ ਚੈਨਲ ਹਮੇਸ਼ਾ ਚੜ੍ਹਦੀ ਕਲਾ 'ਚ ਰਹੇਗਾ। ਗੁਰਦੀਪ ਜੀ, ਜਿਸ ਤਰ੍ਹਾਂ ਦਾ ਇਸ ਟਾਈਮ ਦੌਰ ਚੱਲ ਰਿਹਾ, ਪੰਜਾਬ ਦੀ ਰਾਜਨੀਤੀ ਦੀ ਗੱਲ ਤੋਂ ਹੀ ਆਪਾਂ ਸ਼ੁਰੂਆਤ ਕਰਦੇ ਹਾਂ, ਕਿਉਂਕਿ ਇਸ ਟਾਈਮ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕੋ ਮਸਲਾ ਜਿਹੜਾ ਸਭ ਤੋਂ ਜ਼ਿਆਦਾ ਭਖਿਆ ਹੋਇਆ ਹੈ, ਉਹ ਸ਼ਰਾਬ ਦਾ, ਨਕਲੀ ਸ਼ਰਾਬ ਦਾ ਮਸਲਾ। ਕਿੱਦਾਂ ਦੇਖ ਰਹੇ ਹੋ ਤੁਸੀਂ? ਦੇਖੋ, ਇੱਕ ਬੜੀ ਮਾੜੀ ਘਟਨਾ ਹੋਈ ਹੈ। ਨਕਲੀ ਸ਼ਰਾਬ ਦੀ ਗੱਲ ਕੀਤੀ ਜਾਵੇ ਵੀ ਇਸ ਤੋਂ ਪਹਿਲਾਂ ਇਹ ਮੁੱਦਾ ਬਣਿਆ ਕਿਉਂ? ਕਿਉਂਕਿ ਪਹਿਲਾਂ ਤਾਂ ਕੈਪਟਨ ਅਮਰਿੰਦਰ ਸਿੰਘ ਜੀ ਨੇ, ਤੁਹਾਨੂੰ ਯਾਦ ਹੋਣਾ, ਚੋਣਾਂ ਤੋਂ ਪਹਿਲਾਂ ਦਸਮ ਪਾਤਸ਼ਾਹ ਦੇ ਚਰਨਾਂ ਦੀ ਸਹੁੰ ਖਾਧੀ ਸੀ। ਉਹ 'ਚ ਕਿਹਾ ਸੀ ਵੀ ਮੈਂ ਨਸ਼ਾ ਖਤਮ ਕਰ ਦੂੰਗਾ। ਨਸ਼ਾ ਖਤਮ ਕੀ ਹੋਣਾ? ਲੋਕਡਾਊਨ ਦੇ ਵਿੱਚ ਜਦੋਂ ਲੋਕ ਮਹਾਂਮਾਰੀ ਦੇ ਨਾਲ ਤਰਾਸਦੀ ਹੋਈ ਹੋਈ ਸੀ ਸਾਰਿਆਂ ਦੀ, ਲੋਕ ਘਰਾਂ ਦੇ ਵਿੱਚ ਬੰਦ ਬੈਠੇ ਸੀ, ਅਤੇ ਉਦੋਂ ਇਹਨਾਂ ਨੇ ਸੈਂਟਰ ਸਰਕਾਰ ਤੋਂ ਠੇਕੇ ਖੋਲ੍ਹਣ ਦੀ ਮਨਜ਼ੂਰੀ ਮੰਗੀ। ਉਦੋਂ ਬੜਾ ਧੱਕਾ ਲੱਗਾ ਸੀਗਾ, ਅਤੇ ਧੱਕਾ ਲੱਗਾ ਅਤੇ ਤੁਸੀਂ ਉਹਦਾ ਧੱਕਾ ਕੀ, ਹੁਣ ਉਹਦਾ ਸਿੱਟਾ ਕੀ ਨਿਕਲਿਆ? ਨਕਲੀ ਸ਼ਰਾਬਾਂ ਵਿਕਣ ਲੱਗ ਪਈਆਂ। ਲੋਕ ਮਤਲਬ ਕਿ ਹੁੰਦਾ ਕੀ ਹੈ, ਜਿੱਦਾਂ ਦਾ ਸਾਡਾ ਰਾਜਾ ਹੋਵੇ ਨਾ ਪੰਜਾਬ ਦੇ, ਕਿਉਂਕਿ CM ਰਾਜਾ ਹੀ ਗਿਣਿਆ ਜਾਂਦਾ, ਜਿੱਦਾਂ ਦਾ ਰਾਜਾ ਹੋਵੇ ਉੱਦਾਂ ਦੀ ਪ੍ਰਜਾ ਹੋ ਜਾਂਦੀ ਆ। ਅਤੇ ਉਹ ਹਾਲਾਤ ਕੀ ਬਣੇ? ਇਸ ਤੋਂ ਪਹਿਲਾਂ ਯਾਦ ਹੋਣਾ ਲੋਕਡਾਊਨ ਦੇ ਵਿੱਚ ਅਸੀਂ ਰਾਜਪੁਰੇ, ਲੁਧਿਆਣਾ, ਖੰਨਾ, ਬਲਾਚੌਰ ਦੇ ਵਿੱਚ ਅਸੀਂ ਰੌਲਾ ਪਾਇਆ ਸੀ। ਇਹਨਾਂ ਦੀ ਡਿਸਪਲੇਅਰੀ ਫੜੀ ਗਈ ਸੀ, ਨਕਲੀ ਸ਼ਰਾਬ ਦੀ ਫੈਕਟਰੀ ਫੜੀ ਗਈ ਸੀ, ਕਾਂਗਰਸ ਦੇ ਕੁਛ ਨੁਮਾਇੰਦੇ ਵੀ ਫੜੇ ਗਏ। ਅਸੀਂ ਰੌਲਾ ਬੜਾ ਪਾਇਆ ਵੀ ਇਹਦੇ ਨਾਲ ਮੌਤਾਂ ਹੋ ਸਕਦੀਆਂ, ਪਰ ਸਰਕਾਰ ਨਹੀਂ ਜਾਗੀ। ਸਰਕਾਰ ਕਿਉਂ ਨਹੀਂ ਜਾਗੀ? ਸਰਕਾਰ ਮੇਰੇ ਖਿਆਲ ਅੰਨੀ ਬੋਲੀ ਗੂੰਗੀ ਬਹਿਰੀ ਹੋ ਚੁੱਕੀ ਹੈ, ਉਹਨਾਂ ਨੂੰ ਕੁਝ ਦਿਖਦਾ ਨਹੀਂ। ਅਤੇ ਫਿਰ ਉਹਦੇ ਸਿੱਟੇ ਗੰਭੀਰ ਨਿਕਲੇ, 115-120 ਦੇ ਕਰੀਬ ਬੰਦੇ ਮਰ ਚੁੱਕੇ ਆ, ਅਤੇ 300 ਕਿੰਨੇ ਦੇ ਕਰੀਬ ਘਰਾਂ 'ਚ ਬੈਠੇ ਜ਼ਹਿਰੀਲੀ ਸ਼ਰਾਬ ਪੀ ਗਏ। ਉਹਨਾਂ ਦਾ ਪਰਮਾਤਮਾ ਕਰੇ ਵੀ ਜਲਦੀ ਸਵਸਥ ਹੋ ਜਾਣ, ਪਰ ਇਹਦੇ ਜ਼ਿੰਮੇਵਾਰ ਕੌਣ ਆ? ਜੇ ਸਮੇਂ 'ਤੇ ਜਾਗੇ ਹੁੰਦੇ, ਸਮੇਂ 'ਤੇ ਕਾਰਵਾਈ ਕੀਤੀ ਹੁੰਦੀ ਹੈ, ਕਿਉਂਕਿ ਇਸ ਤੋਂ ਪਹਿਲਾਂ ਵੀ ਇੱਕ SIT ਬਣੀ ਸੀਗੀ, ਜੇ ਸਮੇਂ 'ਤੇ ਕਾਰਵਾਈ ਕੀਤੀ ਹੁੰਦੀ ਤਾਂ ਇਹ ਹਾਲਾਤ ਨਾ ਬਣਦੇ। ਅਤੇ ਇਹ ਮਹਿਕਮਾ ਕਿਹਦੇ ਕੋਲ ਹੈ? ਇਹ ਮਹਿਕਮਾ ਕੈਪਟਨ ਅਮਰਿੰਦਰ ਸਿੰਘ ਜੀ ਕੋਲ ਹੈ। ਅਸੀਂ ਬੜਾ ਰੌਲਾ ਪਾਇਆ, ਫਿਰ ਉਹਨਾਂ ਨੂੰ ਆਉਣਾ ਪੈ ਗਿਆ। ਦੇਖੋ, ਸੜਸੀ ਤਾਂ ਆਪਣੇ ਕੰਮ 'ਚ ਕਾਮਯਾਬ ਹੁੰਦੇ ਹਾਂ ਕਿ ਉਹਨਾਂ ਨੂੰ ਮਹਿਲਾਂ ਦੇ ਵਿੱਚੋਂ ਫਾਰਮ ਹਾਊਸ 'ਚ ਕੱਢਣ ਦੇ ਵਿੱਚ ਅਸੀਂ ਕਾਮਯਾਬ ਹੋਏ, ਪਰ ਉਦੋਂ ਤੱਕ ਲੜਦੇ ਰਹਾਂਗੇ ਜਦ ਤੱਕ ਪੰਜਾਬ ਦੀ ਜਵਾਨੀ ਅਸੀਂ ਬਚਾ ਨਹੀਂ ਲੈਂਦੇ। ਕੈਪਟਨ ਸਾਹਿਬ ਤੱਕ ਤੁਸੀਂ ਇੰਨੀ ਅਪਰੋਚ ਕੀਤੀ, ਇੰਨਾ ਰੌਲਾ ਪਾਇਆ, ਤੁਸੀਂ ਕਹਿੰਦੇ ਹੋ ਕਿ ਉਹਨਾਂ ਨੂੰ ਮਹਿਲਾਂ 'ਚੋਂ ਬਾਹਰ ਨਿਕਲਣਾ ਪਿਆ, ਪਰ ਸਾਡੇ ਲੁਧਿਆਣੇ ਸ਼ਹਿਰ ਦੇ ਹੀ ਇੱਕ ਮੰਤਰੀ, ਉਹਨਾਂ ਦਾ ਨਾਮ ਉਛਲਿਆ ਇਸ ਮਾਮਲੇ ਦੇ ਵਿੱਚ, ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ? ਦੇਖੋ, ਉਹਨਾਂ ਦਾ ਨਾਮ ਉਛਲਣ ਦਾ ਕਾਰਨ ਹੈ ਕਿਉਂਕਿ ਉਹਨਾਂ ਦਾ ਬਣਾਇਆ ਹੋਇਆ ਬ੍ਰਦਰ ਆਪਣਾ, ਚਾਹੇ ਬਚਪਨ ਦੇ ਵਿੱਚ ਇਕੱਠੇ ਆ, ਉਹ ਆਪਣੇ ਉਹਦੇ ਫਾਦਰ ਸਾਹਿਬ ਨੂੰ ਤਾਏ ਜੀ ਵੀ ਕਹਿੰਦੇ, ਮੇਰੇ ਤਾਏ ਜੀ ਦਾ ਬੇਟਾ, ਉਹਦੀ ਉਹ ਜਿਹੜੀ ਕੈਮੀਕਲ ਗਿਆ, ਸਾਰਾ ਕੈਮੀਕਲ ਉਹਦੇ ਤੋਂ ਚਲਾ ਗਿਆ। ਕਿੱਦਾਂ ਕੈਮੀਕਲ, ਇੰਨਾ ਵੱਡਾ ਡਰੰਮਾਂ ਦੇ ਡਰੰਮ ਕੈਮੀਕਲ ਚਲਾ ਕਿੱਦਾਂ ਗਿਆ? ਅਤੇ ਫਿਰ ਮੰਤਰੀ ਸਾਹਿਬ ਦਾ ਨਾਮ ਤਾਂ ਵਿੱਚ ਆਊਗਾ ਨਾ, ਤਾਂ ਫਿਰ ਹੋਊਗਾ ਵੀ ਉਸ ਉਹਦੀ ਪਾਵਰ ਦੇ ਹਿਸਾਬ ਨਾਲ ਇਹ ਚੀਜ਼ਾਂ ਚਲੇਗੀਆਂ। ਅਤੇ ਮੰਤਰੀ ਸਾਹਿਬ ਨੂੰ ਬਚਾਉਣ ਦੇ ਵਿੱਚ ਲੱਗੇ ਹੋਏ, ਅਤੇ ਮੈਂ ਸਮਝਦਾ ਇੱਦਾਂ ਬਚਾਇਆ ਨਹੀਂ ਜਾਣਾ। ਤੁਸੀਂ ਉਸ ਪਰਿਵਾਰ ਦੇ ਵਿੱਚ ਜਾ ਕੇ ਦੇਖੋ ਜਿਸ ਪਰਿਵਾਰ ਦਾ ਜੀ ਚਲਾ ਗਿਆ, ਅਤੇ ਮੰਤਰੀ ਜੀ ਸੋਚਣ ਕਿ ਅੱਜ ਆਪਾਂ ਇੱਦਾਂ ਬਚਾ ਲਾਂਗੇ, ਅਤੇ ਇੱਦਾਂ ਨਹੀਂ ਬਚਾਇਆ ਜਾਂਦਾ। ਹਾਂ, ਚਲੋ ਮੰਨ ਲਓ ਕਾਨੂੰਨੀ ਤੌਰ 'ਤੇ ਆਪਾਂ ਬਚਾ ਲਿਆ, ਆਪਣੀ ਪਾਵਰ ਦਾ ਮਿਸਯੂਜ਼ ਕਰ ਲਿਆ, ਅਤੇ ਕੀ ਪਰਮਾਤਮਾ ਦੀ ਕਚਹਿਰੀ ਨਹੀਂ ਹੈ?
ਕੀ ਪਰਮਾਤਮਾ ਦੀ ਕਿਸ ਚਿਹਰੇ 'ਚ ਆਪਾਂ ਬਚ ਜਾਵਾਂਗੇ? ਇਹ ਬੱਚਿਆਂ ਨਹੀਂ ਜਾਣਾ, ਮੈਂ ਲੋਕਾਂ ਨੂੰ ਕਹੂੰਗਾ ਸ਼ਰਾਬ ਪੀਣੀ ਨਹੀਂ ਚਾਹੀਦੀ ਵੈਸੇ ਤਾਂ, ਪਰ ਇਹ ਆਪਣੇ ਨਾ ਆਪਣੇ ਕਲਚਰਾਂ ਦੇ ਵਿੱਚ, ਇਕੱਲਾ ਪੰਜਾਬ ਨਹੀਂ ਸਮੁੱਚੀ ਦੁਨੀਆ ਦੇ ਵਿੱਚ ਇਹੋ ਜਿਹੀ ਚੀਜ਼ ਬਣ ਚੁੱਕੀ ਆ। ਅਤੇ ਜਿਹੜੇ ਇਹ ਨਕਲੀ ਸ਼ਰਾਬ ਵਿਕਦੀ ਕਿਉਂ ਆ, ਇਹਦਾ ਵੀ ਇੱਕ ਬੜਾ ਵੱਡਾ ਸਵਾਲ ਆ। ਉਹ ਕਿਉਂ ਉਹ ਸਸਤੀ ਬਗੈਰ ਟੈਕਸ ਤੋਂ ਸ਼ਰਾਬ ਹੁੰਦੀ ਹੈ? ਉਹ ਜਿਹੜਾ ਗਰੀਬ ਬੰਦਾ ਹੁੰਦਾ, ਕਿਉਂਕਿ ਇਸ ਟਾਈਮ ਇੰਨਾ ਕੁ ਮਾੜੇ ਹਾਲਾਤ ਆ ਕਿ ਗਰੀਬ ਬੰਦਾ 10-20 ਰੁਪਏ ਦੀ ਉਹ ਪੈਕਟ ਛੋਟੇ ਖਰੀਦ ਲੈਂਦਾ, ਅਤੇ ਉਹਨੂੰ ਇਹ ਨਹੀਂ ਦੇਖਦਾ ਵੀ ਇਹਦਾ ਸਿੱਟਾ ਕੀ ਨਿਕਲੂਗਾ, ਕਿਉਂਕਿ ਉਹਦਾ ਪੈਮਾਨਾ ਤਾਂ ਕੋਈ ਹੁੰਦਾ ਨਹੀਂ ਨਕਲੀ ਸ਼ਰਾਬ ਦਾ, ਕਿਉਂਕਿ ਬਣੀ ਤਾਂ ਸਾਰੀ ਸਪਿਰਿਟ ਤੋਂ ਹੁੰਦੀ ਆ, ਕੈਮੀਕਲਾਂ ਤੋਂ ਬਣੀ ਹੁੰਦੀ ਆ, ਅਤੇ ਉਹਦਾ ਸਿੱਟਾ। ਪਰ ਸਰਕਾਰ ਇਹ ਚੀਜ਼ਾਂ 'ਚ ਜਾਗੇ, ਸਰਕਾਰ ਲੋਕਾਂ ਨੂੰ ਅਵੇਅਰਨੈਸ ਦੇਵੇ, ਨਸ਼ੇ ਛੁਡਾਉਣ ਦੇ ਵਿੱਚ ਅਵੇਅਰਨੈਸ ਦੇਵੇ। ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਨਾ ਇਹਨੂੰ ਸਿਰਫ ਪੋਲੀਟੀਕਲ ਮੁੱਦਾ ਲੋਕਾਂ ਨੇ ਬਣਾ ਲਿਆ, ਨਸ਼ੇ ਨੂੰ, ਨਸ਼ਾ ਪੋਲੀਟੀਕਲ ਮੁੱਦਾ ਨਹੀਂ। ਨਸ਼ੇ ਦੀ ਗੱਲ ਕਰਦੇ, ਨਸ਼ੇ ਨੂੰ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਤੁਸੀਂ ਕਾਫੀ ਦੇਰ, ਤੁਹਾਨੂੰ ਵਿੱਚ ਜੇ ਲੋਕ ਕਹਿਣ ਵੀ ਲੱਗਦੇ ਸੀ ਕਿ ਦੁੱਧ ਵਾਲਾ ਲੀਡਰ ਵੀ ਤੁਸੀਂ, ਉਹ ਵੀ ਬੜੀ ਮੁਹਿੰਮ ਚਲਾਈ। ਦੇਖੋ ਮੈਨੂੰ, ਮੈਂ ਤੁਹਾਨੂੰ ਦੱਸਿਆ ਵੀ ਜਿੱਦਾਂ ਪਹਿਲਾਂ ਇਹਨਾਂ ਨੇ ਪਰਮਿਸ਼ਨ ਮੰਗੀ ਸੀ ਸੈਂਟਰ ਸਰਕਾਰ ਤੋਂ, ਜਦੋਂ ਸਾਰਾ ਕੁਝ ਬੰਦ ਸੀ, ਅਤੇ ਇਹਨਾਂ ਨੇ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਗੱਲ ਕੀਤੀ, ਫਿਰ ਜਿਹੜੇ ਕੰਟੇਨਮੈਂਟ ਜ਼ੋਨ ਬਣਾਏ ਹੁੰਦੇ ਜਿੱਥੇ ਲੋਕ ਬਾਹਰ ਨਹੀਂ ਨਿਕਲਦੇ, ਉੱਥੇ ਵੀ ਇਹਨਾਂ ਨੇ ਠੇਕੇ ਖੋਲ੍ਹ ਦਿੱਤੇ। ਅਤੇ ਮੈਨੂੰ ਬੜਾ ਦੁੱਖ ਲੱਗਿਆ, ਅਤੇ ਮੈਂ ਸੋਚਿਆ ਵੀ ਦੇਖੋ ਮੇਰਾ ਆਪਣਾ ਵਿਰੋਧ ਕਰਨ ਦਾ ਇੱਕ ਤਰੀਕਾ, ਅਤੇ ਮੈਨੂੰ ਲੱਗਿਆ ਵੀ ਕੋਈ ਚੀਜ਼ ਇਹੋ ਜਿਹੀ ਕਰਨੀ ਚਾਹੀਦੀ। ਫਿਰ ਅਸੀਂ ਦੁੱਧ ਦਾ ਠੇਕਾ ਜਦੋਂ ਸ਼ਰਾਬ ਦੇ ਠੇਕੇ ਦੇ ਬਾਹਰ ਲਾਇਆ, ਉਹ ਲੋਕਾਂ ਨੂੰ ਅਪੀਲ ਕੀਤੀ, ਕਰੋੜਾਂ ਅਰਬਾਂ ਬੰਦਿਆਂ ਨੇ ਉਸ ਗੱਲ ਨੂੰ ਐਪਰੀਸ਼ੀਏਟ ਕੀਤਾ, ਹਰ ਨਿਊਜ਼ ਦੇ ਵਿੱਚ ਸੁਰਖੀਆਂ ਬਣੀਆਂ। ਉਹਦਾ ਕਾਰਨ ਕੀ ਸੀ? ਕਿਉਂਕਿ ਚੀਜ਼ ਸੀ, ਕਿਉਂਕਿ ਪੰਜਾਬ ਨੂੰ ਹਮੇਸ਼ਾ ਚੜ੍ਹਦੀ ਕਲਾ ਦਾ ਪ੍ਰਤੀਕ ਮੰਨਿਆ ਗਿਆ। ਜੇ ਪੰਜ ਦਰਿਆਵਾਂ ਦੀ ਧਰਤੀ ਸੀ, ਚਲੋ ਠੀਕ ਆ, ਅੱਜ ਪੰਜ ਦਰਿਆ ਨਹੀਂ ਰਹੇ, ਪਰ ਹਮੇਸ਼ਾ ਪੰਜਾਬੀਆਂ ਨੂੰ ਜਿਹੜੇ ਮਰਜ਼ੀ ਮੋਰਚੇ 'ਤੇ ਦੇਖ ਲਓ, ਹਰ ਜਗ੍ਹਾ 'ਤੇ ਸਾਹਮਣੇ 'ਤੇ ਰਹੇ ਆ। ਸੇਵਾ ਕਰਨ 'ਚ ਜੇ ਲੋਕਡਾਊਨ ਦੇ ਵਿੱਚ ਸਾਰੇ ਅਸੀਂ ਮਿਡਲ ਪਰਿਵਾਰ ਪੀਸੇ ਗਏ ਹਾਂ, ਪਰ ਮਿਡਲ ਪਰਿਵਾਰ ਬੰਦ ਨਹੀਂ ਹੋਇਆ ਸੇਵਾ ਕਰਨ ਨੂੰ, ਸੇਵਾ ਕਰੀ ਜਾ ਰਿਹਾ, ਅੱਜ ਤੱਕ ਸੇਵਾ ਕਰੀ ਜਾ ਰਿਹਾ। ਅਤੇ ਉਹ ਮੇਰਾ ਦੁੱਖ ਸੀ, ਮੈਂ ਦੁੱਖ ਕਰਨ ਦਾ ਇੱਕ ਤਰੀਕਾ ਸੀ, ਤਰੀਕਾ ਕਾਰਾਗਰ ਹੋਇਆ, ਸਾਰੀ ਦੁਨੀਆ ਦੇ ਵਿੱਚ ਗੱਲ ਐਪਰੀਸ਼ੀਏਟ ਕੀਤਾ। ਅਤੇ ਇਸ ਗੱਲ ਦੇ ਉੱਤੇ ਇਹ ਕਹਿੰਦੇ ਸੀ ਘਰ ਘਰ ਸ਼ਰਾਬ ਪਹੁੰਚਾਉਣੀ ਹੈ, ਅਤੇ ਫਿਰ ਇਹਨਾਂ ਨੂੰ ਇਹ ਫੈਸਲਾ ਵਾਪਸ ਲੈਣਾ ਪੈ ਗਿਆ ਸੀ। ਅਸੀਂ ਆਪਣੀ ਲੜਾਈ ਜਿੱਤੇ ਹਾਂ, ਅਤੇ ਉਹ ਲੜਾਈ ਜਿੱਤਣ ਦਾ ਇੱਕ ਤਰੀਕਾ ਮੇਰੇ ਸਾਹਮਣੇ ਸਾਰਿਆਂ ਨੂੰ ਇੱਦਾਂ ਕੁਛ ਨਾ ਕੁਛ ਕਰਨਾ ਚਾਹੀਦਾ, ਸੋਚਣਾ ਚਾਹੀਦਾ, ਜੇ ਚੰਗਾ ਸੋਚਾਂਗੇ ਤਾਂ ਚੰਗਾ ਰਿਜ਼ਲਟ ਆਏਗਾ। ਜੀ ਜੀ, ਇੱਕ ਚੀਜ਼ ਮੈਂ ਹੋਰ ਪੁੱਛਣਾ ਚਾਹੁੰਦਾ ਸੀ, ਜਦੋਂ ਹੁਣ ਇੰਨਾ ਲੰਬਾ ਸਮਾਂ ਹੋ ਗਿਆ ਸਰਕਾਰ ਆਈ ਨੂੰ, ਕਾਂਗਰਸ ਦੀ ਜਿਹੜੀ ਸਰਕਾਰ ਚੱਲਦੀ ਪਈ, ਤੁਸੀਂ ਸੱਤਾ ਤੋਂ ਬਾਹਰ ਬੈਠੇ ਹੋ, ਤੁਹਾਨੂੰ ਲੱਗਦਾ ਕਿ ਇਨ ਬਿਟਵੀਨ ਬੜਾ ਕੁਛ ਹੋਇਆ ਤੁਹਾਡੇ ਨਾਲ, ਇਹ ਧੱਕੇਸ਼ਾਹੀ ਕਿੱਥੇ ਤੱਕ ਜਾਇਜ਼ ਸੀ, ਕਿੱਦਾਂ ਦੀ ਧੱਕੇਸ਼ਾਹੀ ਹੋਈ ਤੁਹਾਡੇ ਨਾਲ? ਮੈਂ ਇੱਕ ਚੀਜ਼ ਦੀ ਗੱਲ ਕਰਦਾ ਵੀ ਜਦੋਂ ਮੈਂ ਕੋਈ ਵਿਰੋਧ ਕਰਦਾ, ਦੇਖੋ ਜਦੋਂ ਕੋਈ ਮਾੜੀ ਚੀਜ਼ ਹੋਊਗੀ ਉਹਦਾ ਵਿਰੋਧ ਕਰਨਾ ਸਾਡਾ ਫਰਜ਼ ਹੈ, ਅਸੀਂ ਵਿਰੋਧ ਕਰਾਂਗੇ, ਪਰ ਵਿਰੋਧ ਕਰਨ ਵਾਲੇ ਦੇ ਪਰਚੇ ਦਰਜ ਕਰਨੇ, ਇਹ ਕਿੰਨਾ ਕੁ ਜਾਇਜ਼ ਹੈ? ਇਹਦਾ ਮਤਲਬ ਕਿ ਇਹ ਚਾਹੁੰਦੀ ਸਰਕਾਰ, ਇਹ ਚਾਹੁੰਦੀ ਹੈ ਕਿ ਵਿਰੋਧ ਨਾ ਕੀਤਾ ਜਾਵੇ, ਵੀ ਸਾਡੀਆਂ ਕਮੀਆਂ ਨਾ ਦਿਖਾਈਆਂ ਜਾਣ। ਅਤੇ ਫਿਰ ਮੈਂ ਸਮਝਦਾ ਵੀ ਜੇ ਇਹ ਸੋਚ ਕੇ ਗੱਲ ਕਰਾਂਗੇ ਤਾਂ ਫਿਰ ਗੁਰੂ ਨਾਨਕ ਸਾਹਿਬ ਨੂੰ ਵੀ ਜੇਲ੍ਹ 'ਚ ਜਾਣਾ ਪਿਆ ਸੀ, ਰਾਮ ਜੀ ਨੂੰ ਵੀ ਬੜੇ ਧੱਕੇ ਸਹਿਣੇ ਪਏ ਸੀਗੇ, ਬਨਵਾਸ ਕੱਟਣਾ ਪੈ ਗਿਆ ਸੀਗਾ, ਫਿਰ ਕ੍ਰਿਸ਼ਨ ਮਹਾਰਾਜ ਵੀ ਜੇਲ੍ਹ ਦੇ ਵਿੱਚ ਹੋਏ ਸੀਗੇ। ਅਤੇ ਧੱਕੇ ਤਾਂ ਹਰ ਬੰਦੇ ਨੇ ਹੁੰਦੇ, ਜੇ ਫਿਰ ਇਹ ਸੋਚ ਕੇ ਭਗਤ ਸਿੰਘ ਵਰਗੇ ਜੇ ਇਹ ਸੋਚ ਲੈਂਦੇ ਫਿਰ ਦੇਸ਼ ਆਜ਼ਾਦ ਨਾ ਹੁੰਦਾ। ਕਰਤਾਰ ਸਿੰਘ ਰਾਜੀਵ ਗਾਂਧੀ ਵਾਲਾ ਮਸਲਾ ਸੀ, ਚਾਹੇ ਉਹ ਇਸ ਤੋਂ ਇਲਾਵਾ ਪਿੱਛੇ ਇੱਕ ਬਿਲਡਿੰਗ ਨੂੰ ਤੋੜਨ ਦਾ ਵੀ ਮਸਲਾ ਸੀਗਾ, ਉਹ ਧੱਕਾ ਤਾਂ ਸਮਝ ਆਇਆ, ਪਰ DMC ਵਾਲਾ ਧੱਕਾ ਕਿੱਦਾਂ ਲੱਗਿਆ ਤੁਹਾਨੂੰ? ਦੇਖੋ ਲੋਕ ਮਰ ਰਹੇ ਸੀਗੇ, ਲੋਕ ਮਰ ਰਹੇ ਸੀ, ਜਿਹਨਾਂ ਨੂੰ ਬੈੱਡ ਨਹੀਂ ਮਿਲ ਰਿਹਾ ਸੀ, ਮੇਰੇ ਕੋਲੋਂ ਇੱਕ ਨਹੀਂ, ਦੋ ਨਹੀਂ, 8-10 ਮਸਲੇ ਮੇਰੇ ਆਹਮਣੇ ਸਾਹਮਣੇ ਦਿਖਣ ਲੱਗ ਪਏ। 3 ਤਾਂ ਬੰਦੇ ਉਹ ਸੀ ਜਿਹਨਾਂ ਦੇ ਨਾਮ ਹੀ ਬਾਹਰ ਆ ਗਏ, ਅਤੇ ਮੈਂ DMC ਦੇ ਜਿਹੜੇ ਉੱਚ ਅਧਿਕਾਰੀ ਜਿਹੜੇ ਮੇਨ ਹੈਗੇ ਆ ਉਹਨਾਂ ਨੂੰ ਉਹਨਾਂ ਨਾਲ ਗੱਲ ਕੀਤੀ ਵੀ ਇਹ ਗਲਤ ਹੋ ਰਿਹਾ, ਪਰ ਉਹਨਾਂ ਨੇ ਆਨਾਕਾਨੀ ਕੀਤੀ ਉਸ ਗੱਲ ਨੂੰ, ਉਹਨਾਂ ਕਹਿੰਦੇ ਅਸੀਂ ਕੀ ਕਰੀਏ ਜੀ, ਫਿਰ ਅਸੀਂ ਕੀ ਕਰੀਏ, ਫਿਰ ਅਸੀਂ ਤਾਂ ਕੁਛ ਕਰਾਂਗੇ। ਫਿਰ ਵਿਰੋਧਤਾ ਤੱਕ ਅਸੀਂ ਬੜਾ ਪੈਮਾਨਾ ਵੀ ਠੀਕ ਰੱਖਿਆ ਹੈ, ਕਿਉਂਕਿ ਜੋ ਕੋਵਿਡ ਦੇ ਕਰਕੇ ਇਹਨਾਂ ਨੇ ਗੱਲਾਂ ਕੀਤੀਆਂ ਹੋਈਆਂ, ਅਸੀਂ ਸੋਸ਼ਲ ਡਿਸਟੈਂਸਿੰਗ ਵੀ ਮੇਨਟੇਨ ਕੀਤੀ, ਸਭ ਕੁਝ ਕੀਤਾ, ਪਰ ਉਹਦੇ ਬਾਵਜੂਦ ਧੱਕਾ, ਅਤੇ ਮੈਂ ਸਮਝਦਾ ਮੈਂ ਕਾਮਯਾਬ ਹੋਇਆ। ਇੱਕ ਪਰਚਾ ਦਰਜ ਕਰਦਾ, ਪਰਚਾ ਦਰਜ ਨਾਲ ਕੁਛ ਨਹੀਂ ਹੁੰਦਾ, ਲੋਕਾਂ ਦੀ ਆਵਾਜ਼ ਬਣਨਾ ਸਾਡਾ ਫਰਜ਼ ਹੈ, ਅਤੇ ਉਹਦੇ ਆਵਾਜ਼ ਜਿੱਤੀ ਅਸੀਂ, ਉਸ ਗੱਲ ਉਹ ਵੀ ਲੜਾਈ ਜਿੱਤੀ। ਲੜਾਈ ਕਿੱਦਾਂ ਜਿੱਤੀ ਹੈ? MP ਸਾਹਿਬ ਬਿੱਟੂ ਜੀ ਜਿਹੜੇ ਆਪਾਂ ਲੋਕਡਾਊਨ ਦੇ ਵਿੱਚ ਦਿਖੇ ਨਹੀਂ, ਗੈਪ ਹੀ ਸੀਗੇ, ਇੱਕਦਮ ਪ੍ਰਗਟ ਹੋ ਗਏ, ਅਤੇ ਕਹਿੰਦੇ ਵੀ ਪ੍ਰਗਟ ਹੋ ਕੇ ਕਹਿੰਦੇ ਵੀ ਮੈਂ ਤਾਲੇ ਲਵਾ ਦੂੰ ਹਸਪਤਾਲਾਂ ਨੂੰ ਜਿਹਦੇ ਬੈੱਡ ਨਹੀਂ ਹੋਊਗੇ, ਇਹਦਾ ਮਤਲਬ ਸਾਡੀ ਆਵਾਜ਼ ਲੜਾਈ ਉਹਨਾਂ ਨੇ ਲੈ ਲਈ ਨਾ, ਹੁਣ ਲੜਨਗੇ, ਆਉਣ ਵਾਲੇ ਟਾਈਮ 'ਚ ਲੜਨਾ ਪਊਗਾ ਉਹਨਾਂ ਨੂੰ। ਫਿਰ ਕਮਿਸ਼ਨਰ ਸਾਹਿਬ ਨੂੰ ਵੀ ਅਗਲੇ ਦਿਨ ਕਹਿਣਾ ਪੈ ਗਿਆ ਕਿ ਡਾਕਟਰ ਆਪਣੀ ਉਹ ਤੁਹਾਨੂੰ ਯਾਦ ਰੱਖਣ, ਜਿਹੜੀ ਕਸਮ ਖਾਂਦੇ ਡਾਕਟਰਾਂ ਦਾ ਇੱਕ ਫਰਜ਼ ਹੁੰਦਾ ਵੀ ਜਦੋਂ ਕਸਮ ਖਾਂਦੇ ਉਹ 'ਚ ਕਿਹਾ ਜਾਂਦਾ ਕਿ ਅਸੀਂ ਕਿਸੇ ਮਰੀਜ਼ ਨੂੰ ਮਰਨ ਨਹੀਂ ਦਿਆਂਗੇ, ਆਪਣੇ ਟਿਲ ਤੱਕ ਜ਼ੋਰ ਲਾਵਾਂਗੇ। ਅਤੇ ਫਿਰ ਮਰਨ ਕਿਉਂ ਦੇ ਰਹੇ ਸੀ? ਫਿਰ ਕਮਿਸ਼ਨਰ ਸਾਹਿਬ ਨੇ, ਫਿਰ DC ਸਾਹਿਬ ਨੇ ਹੁਣ ਬੈੱਡਾਂ ਤਾਂ ਕੱਢਤਾ ਵੀ, ਇੰਨੇ ਬੈੱਡ ਇੱਥੇ ਹੈਗੇ, ਇੰਨੇ ਬੈੱਡ ਹੈਗੇ, ਹੁਣ ਇਹ ਤਾਂ ਉਹਨਾਂ ਨੇ ਤੱਤ ਦੇ ਤੇ, ਪਰ ਅਸਲੀਅਤ ਕੁਛ ਹੋਰ ਹੈ, ਹੁਣ ਅਸਲੀਅਤ ਅਸੀਂ ਦੇਖਾਂਗੇ ਜਦੋਂ ਸਾਨੂੰ ਲੱਗੂਗਾ ਕਿਸੇ ਨਾਲ ਫਿਰ ਦੁਬਾਰਾ ਕੋਈ ਬੈੱਡ ਮਿਲਣ ਨਾ ਮਿਲਣ ਕਰਕੇ ਜੇ ਮਰ ਰਿਹਾ, ਅਤੇ ਫਿਰ ਅਸੀਂ ਆਵਾਜ਼ ਫਿਰ ਬੁਲੰਦ ਕਰਾਂਗੇ। ਇੱਕ ਪਰਚਾ ਛੱਡ ਕੇ 10 ਪਰਚੇ ਕਰ ਦੇਣ, ਮੇਰੀ ਆਵਾਜ਼ ਨਹੀਂ ਦੱਬ ਸਕਦੇ, ਮੈਂ ਲੋਕਾਂ ਦੀ ਆਵਾਜ਼ ਹਾਂ, ਮੈਂ ਆਪਣੀ ਆਵਾਜ਼ ਨਹੀਂ, ਮੈਨੂੰ ਲੋਕ
लोग जो दसते हैं तो फिर साड़ा दिल करता काम करनू, मेरी अपनी आवाज़ नहीं हैगी, मैं भी अपना परिवार के नाल अपनी लाइफ बड़े वधिया स्मूथली चला सकता, मेरे भी बच्चे है, मेरा भी दिल करता मैं अपने परिवार नाल समय बतीत करा, मेरे बच्चों भी लगता कि मेरे पापा नू साडे नाल टाइम बतीत करना चाहिए, पर मेरे हिसाब नाल मेरे पंजाब दे सारा जिहड़ा पंजाब आ मेरे अपने भरा भैण है बच्चे है सारा अपना परिवार है, तो मेरा फर्ज बनता फिर सारे परिवार को देखा। लुधियाने शहर की आप गल करिए क्योंकि जिले की नुमाइंदगी करते हो, कुछ इदा के भी लीडर ने, कुछ इदा के भी नेता ने इतने जेडे कहते कि गुरदीप सिंह गोशा ही क्यों एक्टिव है। रीज़न ये है कि गुरदीप सिंह गोशा सिर्फ तो सिर्फ फेम चाहता अखबारी लीडर है, क्योंकि बाकी इन्हों की पार्टी तो सारे सुते पे ने, उदे बारे की कहोगे? नहीं, मैं यही कह सकता सारे सुते पे, बड़े बड़े अपने अपने तौर पर काम कर रहे, पर जे मैं कईयों लगता कि गोशा ही क्यों अगे है फिर बाकी भी अगे आ जाए, फिर तो सवाल ही मुक गया, फिर उन्होंने भी चाहिए अगे आन क्यों नहीं। वह कहने अखबारी लीडर है, अखबारों के सुर्खियों के रहना चाहता है, अखबारों के सुर्खियाँ एवं तो नहीं बनदियाँ, तुम भी दसांझ साहब सारी उम्र ही आप पत्रकारी की है कि एवं सुरखी तुम किसी की बना दोगे, काम करने वाले की हमेशा सुरखी बनती है, काम करके दिखाओ ना। असी तो लड़ाई असी दुकानदार की लड़ाई जीती, तिरंगा मार्च कटिया दुकाना खोलनिया पै गई, असी जिम वाले उत्ते प्रदर्शन किया जिम खोलने पै गए, जे असी शराब के उत्ते प्रदर्शन किया तो उन्होंने जी होम डिलीवरी बंद करनी पै गई, जे हस्पतालों की लड़ाई की तो वह भी असी जीती, असं तो लड़ाई जित रहे हैं, जे असी लोग हम सड़कों की लड़ाइया तो हम भजे फिर दी कारपोरेशन भी किसी तरीके कोई काम करिए, फिर जो असी लड़ाई जित रहे हैं तो फिर असी जितते ही लड़ाई में यह नहीं कह सकते भी असी ड्रामे करते, फिर जो इन्होंने उन्होंने लगता कि असी फेम लिए काम करते फिर वो भी फेम लिए काम कर, फिर क्यों नहीं करते फेम लिए काम, फिर मैं जे इस फील्ड के आया तो फिर फेम तो अपने आप ही आऊगा, जो काम करा तो दिखेगा, जो काम नहीं करा तो नहीं दिखेगा। कारपोरेशन दी गल की, कारपोरेशन की गल करिए, लुधियाने दे इदां दे कई मसले ने जिहड़े कारपोरेशन नाल रिलेटड ने, पर वो कई सालों तो लटकते पे ने, कई इशू ने, चाहे वह जगराओं वाला पुल हो, बुढ़े दरिया वाला हो, कई होर इस तो बाद सड़कों का मामला हो, उन्हां दे बारे किदां देखदे हो तुसीं, किदां दी जो हुण मौजूदा साडे कारपोरेशन दे मेयर ने उन्हां दी एक्टिविटी, जां जिहड़े साडे इस टाइम जिहड़े सिटी दे विच MLA ने उन्हां दी एक्टिविटी, जां जिहड़े इत्थे दे मिनिस्टर ने उन्हां दी एक्टिविटी। देखो पिछली वारी तुहानूं याद होना है कि समार्ट सिटी दी चली सी, ते लुधियाना समार्ट सिटी दे विच आया सीगा, करोड़ां अरबां रुपए दे फंड इत्थे रिलीज़ हो गए, पर आपां काम कर नहीं पाए, जो माड़ी जी बरसात होंदी है तो शहर तकरीबन डुब जाता, तो जो कोई सवाल पाया जाता कहिंदे जी अकाली सरकार वेले भी इदां ही सीगा, यार ये कोई जवाब थोड़ा आया भी जे साडे वेले इदां सी ते अज भी इदां ही है, तो फिर इहदा मतलब तुसीं अगे निकले ही नहीं, तुसीं तो एक भी नहीं लिखिया, इहदा मतलब ये चीज़ां सोचनी चाहिए शहर दीआं बड़ियां। एक आ सब ना वड्डी प्रॉब्लम है भी पानी भर जांदा, सीवरेज जाम हो जांदे, उहदा कारण की, हुण मैं तुहानूं दस्सदा हुण अगे नाल पानी वधण क्यों लग गया, क्योंकि कारपोरेशन की जो इलैक्शन सी इन्होंने आनन फानन च 1500 जिहड़ियां गैर कानूनी कलोनियां जिहड़ियां साइडां ते बणियां सीगियां शहर के बाहर, वो सारिया के सीवरेज नाल जोड़ते, जबकि उदू सीवरेज नूं वड्डा नहीं किया, इन्हां नूं चाहिए सी, उन्होंने सिर्फ वोटां दी राजनीति की, अज वोटां दी राज ठीक है, उन्होंने भी सीवरेज चाहिए सी, नहीं कहिंदे भी नहीं चाहिए, बट उहदी प्लैनिंग तो चाहिए सी ना, सीवरेज वड्डा कर लैंदे तो सीवरेज वड्डे नहीं क्यों, जे आपां उत्ते लिपस्टिक बिंदी अपने पाउडर मूँह ते लाई जाइए, अपने पाउडर नूं चमकाइए, इंटरनली आपां कमजोर होईए, खाइए कुछ ना, तो फिर वो किन्नी देर चिट्टा रह जूगा, तो काला आप ही आप शरीर अंदर सुकण तो लापे होगा ना, इस करके सब तो पहला इन्हों चाहिए सीगा सीवरेज सिस्टम बहुत वैल प्लैन कर दे। स्मार्ट सिटी का एडा वड्डा पैसा है, स्मार्ट सिटी का पैसा कल्ली लेयर वैली बना के या घंटा घर चौंक दी चार लाइटा ला के नहीं चलना, इन्हों चंगा काम है, मैं नहीं कहता लेयर वैली बननी माड़ी काम है, या घंटा घर के लाइट नहीं बिल्कुल लगनिया चाहिए, पर उस तो पहला अज कोविड की लड़ाई चल रही है, अज इस लड़ाई तो जितने वास्ते पहला हैल्थ सिस्टम सही करना चाहिए सी, फिर जो मीह पर जो बरसातों के बीमारी बढ़ सकती है, जिदा डर कहें बढ़ती है बीमारी, तो जे वो पता बरसातों बढ़े तो फिर वो सीवरेज सिस्टम तो सही कराते, आप ड्रेन सिस्टम बिल्कुल ठीक हो जाए, साडा असी पानी बड़े बंदे आते लीडर आते हैं, मैं बैंस ब्रदर की भी गल करना, बड़े बड़ा रौला पाते SYL का मुद्दे की गल करते, पानी के राखियां की गल करते, वो यार जो लखा लीटर पानी उत्तों ज उपरों आ रहा जरा असं बिल्कुल उन्होंने प्रिजर्व करके वरत्या जा सकता, वो क्यों नहीं आवाज़ उठाते, सिर्फ ये एक सिर्फ पोलिटिकल स्टंट नहीं होना चाहिए, इन प्रैक्टिकल मैं अज भी कह दिना, जे तीन चार मुद्दे वे मुद्दे आ, चाहे पानी का मुद्दा आ, चाहे नशे का मुद्दा, ये सर्व पार्टी दी मीटिंग होनी चाहिए, कलियां उपरली उपरले बंद नहीं, थल्ले लोकल लैवल पर भी मीटिंग होनी चाहिए, तो जो यदा आउटपुट निकल सके, सिर्फ बयानबाजी तक नहीं सीमित रहना चाहिए। गुरदीप सिंह गोशा नूं बड़ा लंबा समा हो गया पार्टी की सेवा करदिआं नूं, लोकां दी सेवा करदिआं नूं, गुरदीप सिंह गोशा का टारगेट की है, MLA बनना MP लिए खड़ना की सोचे? जान साहब ये ना मैंने सवाल तकरीबन पै जाता, मैं याद होना आप पैसे इंटरव्यू किए, मैं उदो गल किया ना अकांगे ना थकांगे ना झुकांगे, तो अज भी उदा ही है,
ਫਰਕ ਤਾਂ ਨਹੀਂ ਪਿਆ। ਜੇ ਤੁਸੀਂ ਮੈਨੂੰ ਮੇਰੇ ਖਿਆਲ ਬਹੁਤ ਪੁਰਾਣੇ ਟਾਈਮ ਤੋਂ ਜਾਂਦੇ 17-18 ਸਾਲ ਤੋਂ ਜਾਂਦੇ ਹੋ ਵੀ ਕਿਸੇ ਦਿਨ ਦਿਨ ਵੀ ਦੇਖਿਆ ਵੀ ਗੋਸ਼ਾ ਆਰਾਮ ਨਾਲ ਬਹਿ ਗਿਆ ਹੋਵੇ ਘਰ। ਗੋਸ਼ੇ ਦਾ ਟਾਰਗੇਟ ਕੋਈ MLA ਬਣਨਾ MP ਬਣਨਾ ਨਹੀਂ ਹੈਗਾ, ਉਹ ਅਲੱਗ ਚੀਜ਼ਾਂ ਪਾਰਟੀ ਦੇ ਮਸਲੇ ਆ। ਪਾਰਟੀ ਜਿਹਨੂੰ ਕਿਉਂਕਿ ਜਮਾਤ ਕਰਾਮਤ ਹੁੰਦੀ, ਜਮਾਤ ਜਿਹਨੂੰ ਅੱਗੇ ਕਰੇਗੀ ਉਹ ਲੜੇਗਾ। ਮੇਰੇ ਅੱਗੇ ਜੇ ਕੋਈ ਵੀ, ਮੈਂ ਅੱਜ 55 ਕੋਈ ਇਲੈਕਸ਼ਨਾਂ ਦੇ ਵਿੱਚ ਭਾਗ ਲੈ ਚੁੱਕਾ, ਮਤਲਬ ਲੋਕਾਂ ਦੀ ਸਪੋਰਟ ਕਰ ਚੁੱਕਾ। ਜਿੱਥੇ ਜਿੱਥੇ ਮੇਰੀ ਡਿਊਟੀ ਲੱਗੀ, ਚਾਹੇ ਸ਼ਹਿਰ 'ਚ ਲੱਗੀ ਹੈ, ਚਾਹੇ ਸਟੇਟ 'ਚ ਲੱਗੀ, ਚਾਹੇ ਸਟੇਟ ਤੋਂ ਬਾਹਰ ਲੱਗੀ ਹੈ, ਮੈਂ ਹਰ ਜਗ੍ਹਾ 'ਤੇ ਗਿਆ। ਮੈਨੂੰ ਸ਼ੌਂਕ ਹੈ, ਇੱਕ ਪੈਸ਼ਨ ਹੈ ਆਪਣੀਆਂ ਪ੍ਰਾਪਤੀਆਂ ਅੱਗੇ ਰੱਖਣ ਦੀਆਂ, ਅੱਗੋਂ ਵਿਜ਼ਨ ਰੱਖਣ ਦਾ। ਮੇਨ ਮੇਰਾ ਟਾਰਗੇਟ ਕੀ ਹੈ, ਦੇਖੋ ਮੈਂ ਲੁਧਿਆਣੇ ਦਾ ਜੰਮਪਲ ਹਾਂ, ਮੈਂ ਇਹ ਚਾਹੁੰਦਾ ਵੀ ਲੁਧਿਆਣਾ ਸੱਚੀ ਮੁੱਚੀ ਸਮਾਰਟ ਸਿਟੀ ਬਣੇ ਜੀ। ਵੀ ਸੱਚੀ ਮੁੱਚੀ ਜੇ ਅੱਜ ਨੌਜਵਾਨ ਬਾਹਰ ਕੋਈ ਭੱਜ ਰਿਹਾ, ਕੋਈ ਤਾਂ ਕਮੀ ਹੋ ਗਈ ਨਾ ਸਾਡੇ 'ਚ, ਜੋ ਕਮੀ ਨੂੰ ਦੂਰ ਕਿੰਨੇ ਕਰਨਾ ਅਸੀਂ ਲੋਕ ਨੌਜਵਾਨਾਂ ਨੂੰ। ਮੈਂ ਤਾਂ ਕਿਤੇ ਕਹਿ ਦੇਣਾ ਵੀ ਨੌਜਵਾਨ ਵਾਕਈ ਇੱਥੇ ਨਾ ਰਹੋ, ਕਿਉਂਕਿ ਅੱਜ ਆਜ਼ਾਦੀ ਦੇ ਦਿਨ ਆ ਗਏ। ਰੋਜ਼ ਹਰ ਸਾਲ ਆਪਾਂ ਆਜ਼ਾਦੀ ਮਾਣਦੇ, ਗਣਤੰਤਰਤਾ ਦਿਵਸ ਮਾਣਦੇ ਹਾਂ, ਪਰ ਕੀ ਅਸੀਂ ਮਾਨਸਿਕ ਰੂਪ ਦੇ ਵਿੱਚ ਆਜ਼ਾਦ ਹੋ ਗਏ? ਅੱਜ DMC ਦੇ ਬਾਹਰ ਅਸੀਂ ਰੋਲਾ ਪਾਇਆ ਕਿ ਅਸੀਂ ਆਜ਼ਾਦੀ ਹੈਗੀ ਸੀ, ਪਰਚਾ ਕਿਉਂ ਦਰਜ ਕੀਤਾ ਫਿਰ ਆਜ਼ਾਦੀ ਸੀ ਤਾਂ? ਫਿਰ ਤਾਂ ਅੰਗਰੇਜ਼ਾਂ ਵਾਲੇ ਰੂਲ ਆ ਗਏ ਨਾ ਸੇਮ। ਇਹ ਰੂਲ ਚੇਂਜ ਕਰਨੇ ਪੈਣੇ ਹੈ। ਮੇਰਾ ਟਾਰਗੇਟ ਇੱਕੋ ਹੀ ਆ ਕਿ ਲੁਧਿਆਣਾ ਸੱਚੀ ਮੁੱਚੀ ਸਮਾਰਟ ਸਿਟੀ ਬਣੇ, ਬੁੱਢਾ ਨਾਲਾ ਸਾਫ਼ ਹੋਵੇ, ਸਾਰੇ ਫਲਾਈਓਵਰ ਬਣ ਜਾਣ, ਸੜਕਾਂ ਸਹੀ ਹੋ ਜਾਣ, ਸਾਡੇ ਡਰੇਨ ਸਿਸਟਮ ਸਹੀ ਹੋਣ, ਫਿਰ ਅਸੀਂ ਮੰਨਾਂਗੇ ਵੀ ਮੈਂ ਫਿਰ ਸੌਂਗਾ, ਮੈਨੂੰ ਚੰਗਾ ਲੱਗੂਗਾ ਕਿ ਮੈਨੂੰ ਹੁਣ ਸ਼ਾਂਤੀ ਹੈ ਯਾਰ, ਆਹ ਸ਼ਹਿਰ ਵਧੀਆ ਹੋ ਗਿਆ, ਫਿਰ ਹੁਣ ਕਿਸੇ ਹੋਰ ਲਈ ਲੜਾਈ ਲੜ ਲਈਏ। ਉਹ ਮੇਰਾ ਸ਼ਹਿਰ ਠੀਕ ਨਹੀਂ, ਆਪਾਂ ਦੂਜੇ ਸ਼ਹਿਰ ਜਾ ਕੇ ਮੈਂ ਲੜਾਈਆਂ ਲੜਨ ਲਾ ਪਾ, ਮੇਰੇ ਮੈਂ ਫਿਰ ਤਾਂ ਮੈਂ ਸਮਝਾਂਗਾ ਫਿਰ ਮੈਂ ਲੀਡਰ ਹੀ ਕਰ ਰਿਹਾ। ਮੈਂ ਲੀਡਰ ਹੀ ਨਹੀਂ ਕਰ ਰਿਹਾ, ਮੇਰਾ ਇੱਕ ਏਮ ਹੈ ਸੋਸ਼ਲ ਵਰਕਿੰਗ। ਮੈਂ ਅੱਜ ਵੀ ਸੋਸ਼ਲ ਵਰਕਿੰਗ ਕਰ ਰਿਹਾ, ਕੱਲ੍ਹ ਵੀ ਕਰੂੰਗਾ ਅਤੇ ਆਉਣ ਵਾਲੇ ਟਾਈਮ ਦੇ ਵਿੱਚ ਕਰੂੰਗਾ, ਕੋਸ਼ਿਸ਼ ਕਰਦਾ ਰਹੂੰਗਾ, ਬਾਕੀ ਪਰਮਾਤਮਾ ਦੇ ਹੱਥ। ਸਮਾਰਟ ਸਿਟੀ ਦੀ ਗੱਲ ਕਰਦੇ ਹਾਂ, ਜੇਕਰ ਸਮਾਰਟ ਸਿਟੀ ਦੇ ਤੌਰ 'ਤੇ ਇੱਕ ਹਲਕਾ ਤੁਹਾਨੂੰ ਦਿੱਤਾ ਜਾਵੇ ਪਾਰਟੀ ਦੀ ਨੁਮਾਇੰਦਗੀ ਵਾਸਤੇ, ਕਿ ਕਿਹਾ ਜਾਵੇ ਵੀ ਇਸ ਹਲਕੇ ਨੂੰ ਤੁਸੀਂ ਦੇਖਣਾ, ਇਹਨੂੰ ਸਮਾਰਟ ਕਰਨਾ, ਅਤੇ ਇੱਥੇ ਹਲਕੇ ਤੋਂ ਆਉਣ ਵਾਲੇ ਟਾਈਮ ਦੇ ਵਿੱਚ ਹੋ ਸਕਦਾ ਤੁਸੀਂ ਉੱਥੋਂ ਇਲੈਕਸ਼ਨ ਲੜੋ, ਕਿਹੜਾ ਹਲਕਾ ਸੋਚਦੇ ਹੋ? ਦੇਖੋ ਮੇਰਾ ਤਾਂ ਸਾਰਾ ਹਲਕਾ ਲੁਧਿਆਣਾ ਹੈ, ਮੇਰਾ ਸ਼ਹਿਰ ਦਾ ਮੈਂ ਪ੍ਰਧਾਨ ਹਾਂ, 6 ਸੀਟਾਂ ਦੇ ਵਿੱਚ ਸਾਡੇ ਕੋਲ ਸ਼ਹਿਰ ਦੀਆਂ ਪੈਂਦੀਆਂ, ਮੈਂ ਤਾਂ 6 ਸੀਟਾਂ ਦੇ ਵਿੱਚ ਕੰਮ ਕਰਨ ਨੂੰ ਤਿਆਰ ਹਾਂ। ਪਰ ਹਰ ਵਾਰੀ ਟਾਰਗੇਟ ਜਦੋਂ ਵੀ ਹੁੰਦਾ ਹਲਕੇ ਦੀ ਗੱਲ ਹੁੰਦੀ, ਟਾਰਗੇਟ ਬੈਂਸ ਬਦਲ ਹੁੰਦੇ ਨੇ, ਉਹਦਾ ਕਾਰਨ ਸੁਣ ਲਓ ਕੀ ਹੈ। ਦੇਖੋ ਮੈਂ ਤਾਂ ਪਾਂਡੇ ਸਾਹਿਬ ਦੇ ਖਿਲਾਫ ਵੀ ਪ੍ਰਦਰਸ਼ਨ ਕੀਤਾ, ਆਸ਼ੂ ਸਾਹਿਬ ਬੈਂਸਾਂ ਨੇ ਸਾਈਕਲ ਪੰਜਾਬ 'ਚ ਚਲਾਏ, ਤੁਸੀਂ ਉਹਨਾਂ ਦੇ ਹਲਕੇ 'ਚ ਸਾਈਕਲ ਚਲਾ। ਕਾਰਨ ਦੱਸ ਦੇਣਾ, ਇੱਕ ਬੰਦਾ ਕਹਿੰਦਾ ਕਿ ਜਦੋਂ MLA ਬਣਨਾ ਸੀ, ਕਹਿੰਦਾ ਸੀ ਸਾਨੂੰ ਦੋਨੋਂ ਭਰਾਵਾਂ ਨੂੰ MLA ਬਣਾ ਦਿਓ ਅਤੇ 115 MLA ਨੂੰ ਅਕਲ ਸਿਖਾ ਦਾਂਗੇ। ਹੁਣ ਆਪ ਅਕਲ ਭੁੱਲ ਗਏ ਜੀ। ਫਿਰ ਉਹ ਕਹਿੰਦੇ ਵੀ ਸਾਡੇ ਤੋਂ ਇਮਾਨਦਾਰ ਬੰਦਾ ਕੋਈ ਨਹੀਂ, ਸਾਰੇ ਬਾਕੀ ਚੋਰ ਹੈ। ਮੈਂ ਤਾਂ ਹੈਰਾਨ ਹੁੰਦਾ ਵੀ ਆਪਾਂ, ਗੁਰਬਾਣੀ ਕਹਿੰਦੀ ਅਵਰ ਉਪਦੇਸ਼ ਆਪ ਨਾ ਕਰੇ, ਆਵਤ ਜਾਵਤ ਜਨਮੇ ਮਰੇ। ਜਿਹੜਾ ਆਪ ਮੰਨਦਾ ਨਹੀਂ ਤਾਂ ਦੂਜੇ ਨੂੰ ਉਪਦੇਸ਼ ਦਿੰਦਾ, ਇਹ ਉਹ ਵਾਲੇ ਬੰਦੇ ਆ। ਇਹ ਕਹਿੰਦੇ ਅਸੀਂ ਕ੍ਰਾਂਤੀਕਾਰੀ ਹਾਂ, ਕਿੱਥੋਂ ਦੇ ਕ੍ਰਾਂਤੀਕਾਰੀ? ਜਿਨ੍ਹਾਂ ਦੀ ਗਲੀ ਦੇ ਵਿੱਚ ਪਾਣੀ ਭਰਦਾ ਹੋਵੇ, ਗਲੀ ਟੁੱਟਦੀ ਹੋਵੇ, ਬਿਜਲੀ ਦੇ ਨਾਲ ਬੱਚਿਆਂ ਦੀਆਂ ਮੌਤਾਂ ਉੱਥੇ ਹੋ ਚੁੱਕੀਆਂ ਹਨ ਪਾਣੀ ਭਰਨ ਦੇ ਵਿੱਚ, ਲੋਕ ਤਰ੍ਹਾਂ ਤਰ੍ਹਾਂ ਕਰਦੇ ਹੋਣ, ਉੱਥੇ ਕਈ ਲੋਕਾਂ ਦੀਆਂ ਇਹੋ ਜਿਹੀਆਂ ਮੌਤਾਂ ਹੋ ਚੁੱਕੀਆਂ ਜਿੱਥੇ ਉੱਥੇ ਹਸਪਤਾਲ ਨੇੜੇ ਨਹੀਂ ਹੈਗਾ, ਉੱਥੇ ਡਿਸਪੈਂਸਰੀ ਨੇੜੇ ਨਹੀਂ ਹੈਗੀ, ਉੱਥੇ ਕੋਈ, ਤੁਸੀਂ ਬੱਚੀਆਂ ਦੇਖੋ ਵੀ ਕਿੰਨੇ ਕਿੰਨੇ ਕਿਲੋਮੀਟਰਾਂ ਦੂਰ ਕਾਲਜ 'ਤੇ ਪੜ੍ਹਨ ਜਾਂਦੀਆਂ, ਕੋਈ ਇਹੋ ਜਿਹਾ ਸਕੂਲ ਨਹੀਂ, ਕੋਈ ਹੈਲਥ ਸਿਸਟਮ ਨਹੀਂ, ਫਿਰ ਉਹ ਕ੍ਰਾਂਤੀਕਾਰੀ ਕਾਹਦੇ ਹੋਏ? ਫਿਰ ਮੈਂ ਪਹਿਲਾਂ ਜਿੱਦਾਂ ਗੱਲ ਕੀਤੀ ਹੈ, ਪਹਿਲਾਂ ਇਹਨਾਂ ਨੂੰ ਜੇ ਦੋ ਭਰਾਵਾਂ ਨੂੰ ਮਿਲਿਆ ਸੀ, ਸਭ ਤੋਂ ਪਹਿਲਾਂ ਕੀ ਕਰਦੇ? ਆਪਣਾ ਹਲਕਾ ਸਵਾਰ ਲੈਂਦੇ, ਫਿਰ ਇਹਨਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਸੀ, ਲੋਕਾਂ ਨੇ ਆਪੇ ਹੱਥਾਂ 'ਚ ਚੱਕ ਲੈਣਾ ਸੀ, ਅਤੇ ਉਹ ਹੁਣ ਕਰੀ ਜਾਂਦੇ ਜੀ ਬਾਹਰ ਜਾ ਕੇ। ਉਹ ਅਸੀਂ ਕੋਵਿਡ ਦੇ ਵਿੱਚ ਕਿਹਾ ਸੀ ਬਾਹਰ ਨਹੀਂ ਨਿਕਲੇ, ਤੁਸੀਂ ਲੋਕਾਂ ਦੀ ਸੇਵਾ ਨਹੀਂ ਕੀਤੀ, ਇਹ ਸਾਈਕਲ ਚਲਾਉਣ ਚਲੇ ਗਏ ਪੰਜਾਬ ਦੇ ਵਿੱਚ। ਮੈਂ ਤਾਂ ਹੈਰਾਨ ਹੋਇਆ, ਮੈਂ ਕਿਹਾ ਯਾਰ ਉੱਥੇ ਦੀਆਂ ਸਾਰੀਆਂ ਸੜਕਾਂ ਸਹੀ ਹੈ, ਇਹਨਾਂ ਦਾ ਟਾਇਰ ਪੰਚਰ ਵੀ ਨਹੀਂ ਹੋਇਆ, ਕੋਈ ਚੱਕਾ ਟੁੱਟਿਆ ਵੀ ਨਹੀਂ, ਸਾਡੇ ਟਾਇਰ ਵੀ ਪੰਚਰ ਹੋਏ, ਸਾਡੇ ਚੱਕੇ ਵੀ ਟੁੱਟੇ, ਇਹਨਾਂ ਦੇ ਹਲਕੇ 'ਚ ਕਿਉਂ ਟੁੱਟੇ ਜੇ ਹਾਲਾਤ ਮਾੜੇ ਆ? ਅਤੇ ਫਿਰ ਮੇਰਾ ਫਰਜ਼ ਬਣਦਾ ਵੀ ਜਿਹੜਾ ਆਪਣੇ ਆਪ ਨੂੰ ਜ਼ਿਆਦਾ ਇਮਾਨਦਾਰ ਸਾ, ਫਿਰ ਲੋਕਾਂ ਦੇ ਅੱਗੇ ਨਸ਼ਰ ਕਰਨ। ਤੁਸੀਂ ਇੱਕ ਚੀਜ਼ ਨੋਟ ਕਰੋ, ਜਿਹੜਾ ਬੰਦਾ PCO ਚਲਾਉਂਦਾ ਹੋਵੇ, ਤੁਸੀਂ ਵੀ ਕੰਮ ਕਰਦੇ ਹੋ, ਮੈਂ ਵੀ ਕੰਮ ਕਰਦਾ, ਇਹ ਕਹਿੰਦੇ ਵੀ 10 ਸਾਲ ਅਕਾਲੀ ਦਲ ਨੇ ਬਿਲਕੁਲ ਬਿਜ਼ਨਸ ਖਤਮ ਕਰਤਾ, ਕਾਂਗਰਸ ਨੇ ਵੀ ਬਿਜ਼ਨਸ ਖਤਮ ਕਰਤਾ, ਇਹਨੂੰ ਕਿਹੜਾ ਬਿਜ਼ਨਸ ਇਹੋ ਜਿਹੀ ਕੋਈ ਜਾਂ ਤਾਂ ਘੜਾ ਲੱਭਿਆ ਹੋਣਾ, 10 ਦਿਨ ਵੀ ਸਾਨੂੰ ਵੀ ਦੱਸ ਦੇ ਵੀ ਘੜਾ ਲੱਭਿਆ। PCO ਤੋਂ ਅੱਜ 12-12, 15-15 ਕਿੱਲਿਆਂ ਦੀਆਂ ਕੋਠੀਆਂ ਬਣ ਗਈਆਂ, 20-20 ਕਿੱਲੇ 'ਚ ਇਹਨਾਂ ਦੀਆਂ ਇੰਡਸਟਰੀਆਂ ਬਣ ਗਈਆਂ। ਸਾਰੇ ਮੇਰੇ ਖਿਆਲ ਖੇਤ ਕੋਈ ਛੱਡਿਆ ਕੋਈ ਨਹੀਂ ਆਲਮਗੀਰ ਸਾਹਿਬ ਦੇ ਨੇੜੇ ਤੇੜੇ ਵੀ ਜਿੱਥੇ ਖੇਤ ਨਾ ਖਰੀਦਿਆ ਹੋਵੇ। ਇਹਨਾਂ ਨੂੰ ਕਿਹੜਾ ਬਿਜ਼ਨਸ ਦੀ ਗੁੱਠੀ? ਜਦ ਸਰਕਾਰ ਨੇ ਬਿਜ਼ਨਸ ਮਾਰਤੇ, ਫਿਰ ਜਾਂ ਤਾਂ ਜ਼ਿਆਦਾ ਸਿਆਣੇ, ਫਿਰ ਜੇ ਜ਼ਿਆਦਾ ਸਿਆਣੇ ਫਿਰ ਲੋਕਾਂ ਨੂੰ ਵੀ ਸਿਆਣੇ ਕਰ ਦਿਓ। ਤੁਹਾਨੂੰ ਕੀ ਲੱਗਦਾ ਫਿਰ ਫੰਡਿੰਗ ਕਿੱਥੋਂ ਹੋ ਰਹੀ ਹੈ? ਇਹ ਤਾਂ ਖੁਦ ਕਹਿੰਦੇ ਕਿ ਸਰਕਾਰਾਂ ਸਾਡੇ ਨਾਲ ਧੱਕਾ ਕਰਦੀਆਂ ਨੇ। ਬਿਲਕੁਲ, ਤੁਹਾਡਾ ਵਾਜੀ ਸੋਚਦਾ, ਬੜੀ ਵੱਡੀ ਗੱਲ ਹੈ, ਇਹਨਾਂ ਨੂੰ ਫੰਡਿੰਗ ਕਿੱਥੋਂ ਹੋ ਰਹੀ ਹੈ? ਅਸਲ 'ਚ ਫੰਡਿੰਗ ਦਾ ਕਾਰਨ ਹੈ, ਲੋਕਾਂ ਨੂੰ ਇਹ ਮੂਰਖ ਬਣਾ ਲੈਂਦੇ ਸੀਗੇ, ਬਣਾ ਲੈਂਦੇ ਸੀਗੇ, ਹੁਣ ਨਹੀਂ, ਹੁਣ ਟਾਈਮ ਚੇਂਜ ਹੋ ਗਿਆ। ਇਹਨਾਂ ਨੇ ਸਟਿੰਗ ਕੀਤਾ ਜੀ, 2000 ਰੁਪਏ ਵਾਲਾ ਬੰਦਾ ਫੜ ਲਿਆ, ਸਟਿੰਗ ਕੀਤਾ ਜੀ, 3000 ਵਾਲਾ ਬੰਦਾ ਫੜ ਲਿਆ, ਸਟਿੰਗ ਕੀਤਾ ਜੀ, ਉਹ DC ਦਫ਼ਤਰ ਦੇ ਸਟਿੰਗ ਕਰਤਾ ਜੀ, ਉਹ ਕੰਮ ਨਹੀਂ ਕਰ ਰਿਹਾ ਜੀ। ਲੋਕਾਂ ਦੇ, ਅਫਸਰਾਂ ਦੇ ਮਨ 'ਚ ਇੱਕ ਡਰ ਪਾ ਤਾ ਵੀ ਆਹ ਸਟਿੰਗ ਹੁੰਦਾ ਆ,
फिर मैं नशे दे भी नशर किया भी इन्हें पीए नशा करते भी नशा बेच दिया फिर मेरे से परचा दर्ज कराने जी मैं झूठ बोल रहा असल च सारिया ब्लैकमेलिंग करके इतने तक इन्होंने अपना साम्राज खड़ा किया लोग गरीब रह गए उस हल्के अमीर किदा हो गए जे ये सारे लोग उत्थे दे चंगे हो जाते उन्हों का हल्का वधिया हो जाता फिर तो मैं मंदा भी ये बंदे बड़े क्रांतिकारी जी इन्होंने अपना हल्का ही बड़ा लोगों ने सिर तक चकता पर जोड़े लोग चक सकते हैं वो सिट भी सकते हैं तो इस करके हम मैं लगता भी हम सीटों का टाइम आ गया क्योंकि लोग उब चुके हैं तो परमात्मा करूगा इन्हों का जोड़ा घड़ा जो पाप का भरया तो इन्हों का आपे फटना वो कहते ना पापी को मारने के लिए पाप महाबली है किसी ने कोई मैं गोशा नहीं किसी को मार सकता जब दुसांझ साहब किसी नहीं मार सकते वो अपने पाप मार दे जे उन्होंने पाप का घड़ा भरूगा तो फुट जाना दिख जाना सारे तो मैं लग रहा भी दिख रहा क्योंकि जे वो पाप का घड़ा ना भरया ना तो लोगों के आकर सेवा करते इस औखी घड़ी के पर सेवा नहीं कर पाए सिर्फ ड्रामेबाजी की तो अज लोगों के सामने चलो क्योंकि गल्लां बातों का सिलसिला तो लगातार जारी रहता है पर टाइम आपां नूं इजाजत नहीं दिंदा तो जाते जाते मैं पूछना चाहना कि हुण नैक्सट फ्यूचर प्लैनिंग की है क्योंकि हजे इलैक्शन नूं टाइम पिया पर अपने आप नूं तुसीं की सोच रहे हो कि भी फ्यूचर प्लैन आपां इदां दा करके की कहना चाहते हो पार्टी लेवल दे वल्लों देखो लोगों ने सारे नूं परख के देख लिया अकाली सरकार जदों सीगी चार एयरपोर्ट असीं बनाए अमृतसर साहब की धरती ते बनाया मोहाली की धरती पर बनाया बठिंडे बनाया मालपुर बनाया मतलब चार असी एयरपोर्ट बना ले शहीदों दी यादगारां कितनी बनाइया दरबार साहब का आला दरबार बनाया वाल्मीकि तीर्थ बनाया मतलब बड़े चंगियां यादगारां बनाइया किन्ने इंफ्रास्ट्रक्चर पर काम किया आई टी हब बनाया जिहड़ा वड्डी मैं ये भी अचीवमेंट मंदा क्योंकि स्किल डिवेलपमेंट के उत्ते करके नौजवानों नूं स्किल डिवेलपमेंट ते फिर आई टी हब की है हज़ारां लोकां नौजवान अज्ज मोहाली नूं चंडीगढ़ तो वधिया समझा जांदा लोकी कहिंदे यार मोहाली सेम ही हो गया चीज़ ठीक है उहदा कारण की सी विजन सीगा अज विदाउट विजन सरकार चल रही है झूठिया सोहां ते चक रही है तो जिहड़ियां झूठिया सोहां खादियां वो डिवर्ट तां आणा ही ना कहिंदे सियाणे कहिंदे वी बोल जिन्नी उच्ची सिट्टो तो फिर डबल स्पीड ते थल्ले आंदी अज डबल स्पीड ते आ रही है कांग्रेस खत्म हो गई आम आदमी पार्टी ने कोविड दे विच किसे दी सेवा नहीं कीती खत्म ही हो गए जे वो निकले होंगे तो फिर करते हुण भगवंत मान जी जीपां ते चढ़ के गाने गाने का टाइम नहीं है लोगों के काम करन का टाइम से पर लोगों के काम नहीं कर पाए तो अकाली दल नूं परख्या आया तो मैं अकाली दल के सारे लोगों नूं मैं बेनती करूँगा तो खास करके स्रोतियां नूं बेनती करूँगा जिन्नी संगत सुन रही है कि देखो अकाली दल ने पिछली बार भी साबित किया झूठ दे गल्लां दे विच लोग आ गए पर अकाली वर्कर नूं कहूँगा कि कायम हो जाओ सरकार तुहाडी 2022 च आनी है आपां दोबारा लोगों के काम करांगे दोबारा लोगों नूं उसे राह ते लैके जावांगे क्योंकि साडा इक्को इक एम है भी पंजाब तरक्की करे साडा होर कोई परसनल एम नहीं है क्योंकि परसनल तरक्कियां करनियां परसनल तरक्कियां बहुत है सारे वैल सैटड है परमात्मा करे भी आने वाले टाइम से चंगा काम करिए लोगों की सेवा करिए इक्को टारगेट है मैं हर बारी कहना हुंदा सेवा का टारगेट है दूजा कोई टारगेट नहीं जो सेवा करा थकेंगे नहीं उदा ही चमक रहेगी उदा ही भजदे नठते रहेंगे तो थकावट नहीं होगी जो आप सोचा कि आप किसी ने जो खराब करना तो फिर मैं समझता भी रब वालों भी मार पेगी तो रब वालों मार उदो ही पैंती है जाते जाते नाम लिया एक मैं गल हो याद आ गई भगवंत मान की भगवंत मान गाना ला के नचता रहा है कि भी तेरा यार दबदा कितने है और बारे की कहना वो कहना यार बिल्कुल सही गल है यार दबण फिरते दबदा कितने है तो फिर भगवंत मान जी तो फिर आप इस लड़ाई के भजे क्यों अज तुहानू सैलीब्रिटिया की लोड़ क्यों पैगी जे तुसी पिछली बारी इन्ना काम किया हुंदा तुसी तां अपने अपने एम पी नहीं कट्ठे कर पाए जे एम पी जिते सी एम पी तो अपने कट्ठे कर पाते सारी पार्टी खिरू खिरू करती उहदा कारण की है कारण है झूठ की बुनियाद पर कोई भी आप बिल्डिंग खड़ी करांगे जे आप थले नहीं कच्ची होगी तो बिल्डिंग जिन्नी मर्जी उच्ची लै जाइए आखिर डिगनी है ये झूठ की दुकान इन्होंने चलाई सी आम आदमी पार्टी ने बड़े इल्जाम लगाए पर बाद चो केजरीवाल नूं माफ़ी मंग के खेड़ा चढ़ाना पिया तो इस करके लोग हुण उस चीज़ों तो निकल गए हुए हुण लोगों नूं पता कि पंजाब नूं तरक्कियां ते राह ते लग जाना जिहड़े आप 5 साल आप खराब कर ले हुण अगली मैनूं नहीं लगता भी अगली बार लोग ये सोचणगे तो परमात्मा करूगा दोबारा पंजाब नूं उसे लीहां ते लैके आवांगे लो जी गल्लां बातों का सिलसिला फिर अगले एपीसोड दे विच फिर इसे तरह ही जारी रहेगा फिर हो सकता कि कुछ नवी अचीवमेंट करन कुछ नवा इदां दा करन कि फिर असी दोबारा गोशा जी को फिर आईए तो तद तक लई इजाजत धन्नवाद जी नकली शराब का मसला 115-120 के करीब बंदे मर चुके हैं तो 300 किन्ने के करीब घर च बैठे जहरीली शराब पी गए तो फिर मंत्री साहब का नाम तो बच्चे आऊगा ना तुम पिछले लोग कह भी लग रहे थे कि दुध वाला लीडर फिर असं दुध का ठेका जो शराब के ठेके बाहर लाया और लोगों ने अपील की DMC वाला धक्का कि लग गया तुम लोग मर रहे थे गुरदीप सिंह गोशा सिर्फ तो सिर्फ फेम चाहता अखबारी लीडर है अखबारों के सुरखियां एवं तो नहीं बनदियाँ।
ਗੁਰਦੀਪ ਸਿੰਘ ਘੋਸ਼ਾ ਦਾ ਟਾਰਗੇਟ ਕੀ ਹੈ? ਐਮਐਲਏ ਬਣਨਾ, ਐਮਪੀ ਲਈ ਖੜਨਾ। ਕੈਂਸਾਂ ਨੇ ਸਾਈਕਲ ਪੰਜਾਬ 'ਚ ਚਲਾਇਆ, ਤੁਸੀਂ ਉਹਨਾਂ ਦੇ ਹਲਕੇ 'ਚ ਸਾਈਕਲ ਚਲਾਇਆ। ਮੈਂ ਮੂੰਹ ਤੇ ਕਹਿ ਰਿਹਾ ਬਿਜਲੀ ਚੋਰੀ ਕੀਤੀ ਹੋਈ ਇਹਨਾਂ ਨੇ, ਜੇ ਇਹਨਾਂ ਨੂੰ ਲੱਗਦਾ ਮੇਰੇ 'ਤੇ ਐਫ ਆਈ ਆਰ ਦਰਜ ਕਰਾਉਣ ਨਾ। ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਵਿੰਦਰ ਦੁਸਾਂਝ ਅਤੇ ਪੰਜਾਬੀ ਟੀ ਵੀ ਗੱਲ ਪੰਜਾਬ ਦੀ ਦੇ ਵਿੱਚ ਸ਼ਖਸੀਅਤ ਪ੍ਰੋਗਰਾਮ ਲੈ ਕੇ ਇੱਕ ਵਾਰੀ ਫਿਰ ਤੁਹਾਡੇ ਰੂਬਰੂ ਹੋਇਆ। ਅਸੀਂ ਹਰ ਵਾਰੀ ਕਿਸੇ ਨਾ ਕਿਸੇ ਐਸੀ ਪਰਸਨੈਲਿਟੀ ਨੂੰ ਮਿਲਦੇ ਹਾਂ, ਐਸੀ ਸ਼ਖਸੀਅਤ ਨੂੰ ਮਿਲਦੇ ਹਾਂ ਜਿਹਦਾ ਕੱਦ ਦੂਜੇ ਲੋਕਾਂ ਦੇ ਨਾਲੋਂ ਬਹੁਤ ਉੱਚੇ ਤੱਕ ਉੱਪਰ ਤੱਕ ਉੱਠ ਕੇ ਹੁੰਦਾ। ਅਤੇ ਅੱਜ ਜਿਹੜੀ ਪਰਸਨੈਲਿਟੀ ਕੋਲ, ਜਿਹੜੀ ਸ਼ਖਸੀਅਤ ਕੋਲ ਆਏ ਹਾਂ, ਉਹਨਾਂ ਨੇ ਰਾਜਨੀਤਿਕ ਖੇਤਰ ਦੇ ਵਿੱਚ ਆਪਣਾ ਕੱਦ ਜ਼ਿਲ੍ਹੇ ਦੇ ਵਿੱਚ ਹੀ ਨਹੀਂ ਸਟੇਟ ਲੈਵਲ ਤੱਕ ਇੰਨਾ ਕੁ ਉੱਪਰ ਉਠਾ ਲਿਆ ਕਿ ਜਦੋਂ ਸ਼ੁਰੂਆਤ ਹੋਈ ਸੀ ਤਾਂ ਲੋਕ ਕਹਿੰਦੇ ਸੀ ਕਿ ਵੀ ਇਹਨੇ ਆ ਕੇ ਕੀ ਕਰਨਾ, ਪਰ ਜਿੱਦਾਂ ਜਿੱਦਾਂ ਟਾਈਮ ਬੀਤਿਆ ਅਤੇ ਇੰਨਾ ਕੁ ਉਹਨਾਂ ਨੇ ਕੱਦ ਆਪਣਾ ਉਸ ਲੈਵਲ ਤੱਕ ਲੈ ਗਏ ਕਿ ਸਟੇਟ ਲੈਵਲ ਤੱਕ ਉਹਨਾਂ ਦਾ ਨਾਮ ਚੱਲਣ ਲੱਗ ਗਿਆ। ਅਤੇ ਮੈਂ ਗੱਲ ਕਰਾਉਣ ਜਾ ਰਿਹਾ ਜੀ ਤੁਹਾਡੀ ਲੁਧਿਆਣਾ ਯੂਥ ਅਕਾਲੀ ਦਲ ਦੇ ਪ੍ਰੈਜੀਡੈਂਟ ਗੁਰਦੀਪ ਸਿੰਘ ਘੋਸ਼ਾ ਜੀ ਨਾਲ। ਮੇਰੇ ਨਾਲ ਬੈਠੇ ਨੇ ਗੁਰਦੀਪ ਜੀ, ਸਭ ਤੋਂ ਪਹਿਲਾਂ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਦਸਵੰਤ ਸਾਹਿਬ, ਪੰਜਾਬੀ ਟੀ ਵੀ ਦੇ ਸਾਰੇ ਸਰੋਤਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਉਮੀਦ ਕਰਦਾ ਇਹ ਚੈਨਲ ਹਮੇਸ਼ਾ ਚੜ੍ਹਦੀ ਕਲਾ 'ਚ ਰਹੇਗਾ। ਗੁਰਦੀਪ ਜੀ, ਜਿਸ ਤਰ੍ਹਾਂ ਦਾ ਇਸ ਟਾਈਮ ਦੌਰ ਚੱਲ ਰਿਹਾ, ਪੰਜਾਬ ਦੀ ਰਾਜਨੀਤੀ ਦੀ ਗੱਲ ਤੋਂ ਹੀ ਆਪਾਂ ਸ਼ੁਰੂਆਤ ਕਰਦੇ ਹਾਂ, ਕਿਉਂਕਿ ਇਸ ਟਾਈਮ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕੋ ਮਸਲਾ ਜਿਹੜਾ ਸਭ ਤੋਂ ਜ਼ਿਆਦਾ ਭਖਿਆ ਹੋਇਆ ਹੈ, ਉਹ ਸ਼ਰਾਬ ਦਾ, ਨਕਲੀ ਸ਼ਰਾਬ ਦਾ ਮਸਲਾ। ਕਿੱਦਾਂ ਦੇਖ ਰਹੇ ਹੋ ਤੁਸੀਂ? ਦੇਖੋ, ਇੱਕ ਬੜੀ ਮਾੜੀ ਘਟਨਾ ਹੋਈ ਹੈ ਨਕਲੀ ਸ਼ਰਾਬ ਦੀ ਗੱਲ ਕੀਤੀ ਜਾਵੇ ਵੀ ਇਸ ਤੋਂ ਪਹਿਲਾਂ ਇਹ ਮੁੱਦਾ ਬਣਿਆ ਕਿਉਂ? ਕਿਉਂਕਿ ਪਹਿਲਾਂ ਤਾਂ ਕੈਪਟਨ ਅਮਰਿੰਦਰ ਸਿੰਘ ਜੀ ਨੇ, ਤੁਹਾਨੂੰ ਯਾਦ ਹੋਣਾ, ਚੋਣਾਂ ਤੋਂ ਪਹਿਲਾਂ ਦਸਮ ਪਾਤਸ਼ਾਹ ਦੇ ਚਰਨਾਂ ਦੀ ਸਹੁੰ ਖਾਧੀ ਸੀ। ਉਹ 'ਚ ਕਿਹਾ ਸੀ ਵੀ ਮੈਂ ਨਸ਼ਾ ਖਤਮ ਕਰ ਦੂੰਗਾ। ਨਸ਼ਾ ਖਤਮ ਕੀ ਹੋਣਾ? ਲੋਕਡਾਊਨ ਦੇ ਵਿੱਚ ਜਦੋਂ ਲੋਕ ਮਹਾਂਮਾਰੀ ਦੇ ਨਾਲ ਤਰਾਸਦੀ ਹੋਈ ਹੋਈ ਸੀ ਸਾਰਿਆਂ ਦੀ, ਲੋਕ ਘਰਾਂ ਦੇ ਵਿੱਚ ਬੰਦ ਬੈਠੇ ਸੀ ਅਤੇ ਉਦੋਂ ਇਹਨਾਂ ਨੇ ਸੈਂਟਰ ਸਰਕਾਰ ਤੋਂ ਠੇਕੇ ਖੋਲ੍ਹਣ ਦੀ ਮਨਜ਼ੂਰੀ ਮੰਗੀ, ਉਦੋਂ ਬੜਾ ਧੱਕਾ ਲੱਗਾ ਸੀਗਾ। ਅਤੇ ਧੱਕਾ ਲੱਗਾ ਅਤੇ ਤੁਸੀਂ ਉਹਦਾ ਧੱਕਾ ਕੀ, ਹੁਣ ਉਹਦਾ ਸਿੱਟਾ ਕੀ ਨਿਕਲਿਆ? ਨਕਲੀ ਸ਼ਰਾਬਾਂ ਵਿਕਣ ਲੱਗ ਪਈਆਂ। ਲੋਕ ਮਤਲਬ ਕਿ ਹੁੰਦਾ ਕੀ ਹੈ, ਜਿੱਦਾਂ ਦਾ ਸਾਡਾ ਰਾਜਾ ਹੋਵੇ ਨਾ ਪੰਜਾਬ ਦੇ, ਕਿਉਂਕਿ ਸੀਐਮ ਰਾਜਾ ਹੀ ਗਿਣਿਆ ਜਾਂਦਾ, ਜਿੱਦਾਂ ਦਾ ਰਾਜਾ ਹੋਵੇ ਉੱਦਾਂ ਦੀ ਪ੍ਰਜਾ ਹੋ ਜਾਂਦੀ ਆ। ਅਤੇ ਉਹ ਹਾਲਾਤ ਕੀ ਬਣੇ? ਇਸ ਤੋਂ ਪਹਿਲਾਂ ਯਾਦ ਹੋਣਾ ਲੋਕਡਾਊਨ ਦੇ ਵਿੱਚ ਅਸੀਂ ਰਾਜਪੁਰੇ, ਲੁਧਿਆਣਾ, ਖੰਨਾ, ਬਲਾਚੌਰ ਦੇ ਵਿੱਚ ਅਸੀਂ ਰੌਲਾ ਪਾਇਆ ਸੀ। ਇਹਨਾਂ ਦੀ ਡਿਸਟਿਲਰੀ ਫੜੀ ਗਈ ਸੀ, ਨਕਲੀ ਸ਼ਰਾਬ ਦੀ ਫੈਕਟਰੀ ਫੜੀ ਗਈ ਸੀ, ਕਾਂਗਰਸ ਦੇ ਕੁਛ ਨੁਮਾਇੰਦੇ ਵੀ ਫੜੇ ਗਏ। ਅਸੀਂ ਰੌਲਾ ਬੜਾ ਪਾਇਆ ਵੀ ਇਹਦੇ ਨਾਲ ਮੌਤਾਂ ਹੋ ਸਕਦੀਆਂ, ਪਰ ਸਰਕਾਰ ਨਹੀਂ ਜਾਗੀ। ਸਰਕਾਰ ਕਿਉਂ ਨਹੀਂ ਜਾਗੀ? ਸਰਕਾਰ ਮੇਰੇ ਖਿਆਲ ਅੰਨੀ, ਬੋਲੀ, ਗੂੰਗੀ, ਬਹਿਰੀ ਹੋ ਚੁੱਕੀ ਹੈ, ਉਹਨਾਂ ਨੂੰ ਕੁਝ ਦਿਖਦਾ ਨਹੀਂ। ਅਤੇ ਫਿਰ ਉਹਦੇ ਸਿੱਟੇ ਗੰਭੀਰ ਨਿਕਲੇ, 115-120 ਦੇ ਕਰੀਬ ਬੰਦੇ ਮਰ ਚੁੱਕੇ ਆ ਅਤੇ 300 ਕਿੰਨੇ ਦੇ ਕਰੀਬ ਘਰਾਂ 'ਚ ਬੈਠੇ ਜ਼ਹਿਰੀਲੀ ਸ਼ਰਾਬ ਪੀ ਕੇ, ਉਹਨਾਂ ਦਾ ਪਰਮਾਤਮਾ ਕਰੇ ਵੀ ਜਲਦੀ ਸਵਸਥ ਹੋ ਜਾਣ। ਪਰ ਇਹ 'ਤੇ ਜ਼ਿੰਮੇਵਾਰ ਕੌਣ ਹੈ? ਜੇ ਸਮੇਂ 'ਤੇ ਜਾਗੇ ਹੁੰਦੇ, ਸਮੇਂ 'ਤੇ ਕਾਰਵਾਈ ਕੀਤੀ ਹੁੰਦੀ ਹੈ, ਕਿਉਂਕਿ ਇਸ ਤੋਂ ਪਹਿਲਾਂ ਵੀ ਇੱਕ SIT ਬਣੀ ਸੀਗੀ, ਜੇ ਸਮੇਂ 'ਤੇ ਕਾਰਵਾਈ ਕੀਤੀ ਹੁੰਦੀ ਤਾਂ ਇਹ ਹਾਲਾਤ ਨਾ ਬਣਦੇ। ਅਤੇ ਇਹ ਮਹਿਕਮਾ ਕਿਹਦੇ ਕੋਲ ਹੈ? ਇਹ ਮਹਿਕਮਾ ਕੈਪਟਨ ਅਮਰਿੰਦਰ ਸਿੰਘ ਜੀ ਕੋਲ ਹੈ। ਅਸੀਂ ਬੜਾ ਰੌਲਾ ਪਾਇਆ, ਫਿਰ ਉਹਨਾਂ ਨੂੰ ਆਉਣਾ ਪੈ ਗਿਆ। ਦੇਖੋ, ਸੜਸੀ ਤਾਂ ਆਪਣੇ ਕੰਮ 'ਚ ਕਾਮਯਾਬ ਹੁੰਦੇ ਹਾਂ ਕਿ ਉਹਨਾਂ ਨੂੰ ਮਹਿਲਾਂ ਦੇ ਵਿੱਚੋਂ, ਫਾਰਮ ਹਾਊਸ 'ਚ ਕੱਢਣ ਦੇ ਵਿੱਚ ਅਸੀਂ ਕਾਮਯਾਬ ਹੋਏ, ਪਰ ਉਦੋਂ ਤੱਕ ਲੜਦੇ ਰਹਾਂਗੇ ਜਦ ਤੱਕ ਪੰਜਾਬ ਦੀ ਜਵਾਨੀ ਅਸੀਂ ਬਚਾ ਨਹੀਂ ਲੈਂਦੇ। ਕੈਪਟਨ ਸਾਹਿਬ ਤੱਕ ਤੁਸੀਂ ਇੰਨੀ ਅਪਰੋਚ ਕੀਤੀ, ਇੰਨਾ ਰੌਲਾ ਪਾਇਆ, ਤੁਸੀਂ ਕਹਿੰਦੇ ਹੋ ਕਿ ਉਹਨਾਂ ਨੂੰ ਮਹਿਲਾਂ 'ਚੋਂ ਬਾਹਰ ਨਿਕਲਣਾ ਪਿਆ, ਪਰ ਸਾਡੇ ਲੁਧਿਆਣੇ ਸ਼ਹਿਰ ਦੇ ਇੱਕ ਮੰਤਰੀ, ਉਹਨਾਂ ਦਾ ਨਾਮ ਉਛਲਿਆ ਇਸ ਮਾਮਲੇ ਦੇ ਵਿੱਚ, ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ? ਦੇਖੋ, ਉਹਨਾਂ ਦਾ ਨਾਮ ਉਛਲਣ ਦਾ ਕਾਰਨ ਹੈ ਕਿਉਂਕਿ ਉਹਨਾਂ ਦਾ ਬਣਾਇਆ ਹੋਇਆ ਬ੍ਰਦਰ ਆਪਣਾ, ਚਲੋ ਬਚਪਨ ਦੇ ਵਿੱਚ ਇਕੱਠੇ ਆ, ਉਹ ਆਪਣੇ ਉਹਦੇ ਫਾਦਰ ਸਾਹਿਬ ਨੂੰ ਤਾਏ ਜੀ ਵੀ ਕਹਿੰਦੇ, ਮੇਰੇ ਤਾਏ ਜੀ ਦਾ ਬੇਟਾ, ਉਹਦੀ ਉਹ ਜਿਹੜੀ ਕੈਮੀਕਲ ਗਿਆ, ਸਾਰਾ ਕੈਮੀਕਲ ਉਹਦੇ ਤੋਂ ਚਲਾ ਗਿਆ। ਕਿੱਦਾਂ ਕੈਮੀਕਲ, ਇੰਨਾ ਵੱਡਾ ਡਰੰਮਾਂ ਦੇ ਡਰੰਮ ਕੈਮੀਕਲ ਚਲਾ ਕਿੱਦਾਂ ਗਿਆ? ਅਤੇ ਫਿਰ ਮੰਤਰੀ ਸਾਹਿਬ ਦਾ ਨਾਮ ਤਾਂ ਵਿੱਚ ਆਊਗਾ ਨਾ, ਤਾਂ ਫਿਰ ਹੋਊਗਾ ਵੀ ਉਸ ਉਹਦੀ ਪਾਵਰ ਦੇ ਹਿਸਾਬ ਨਾਲ ਇਹ ਚੀਜ਼ਾਂ ਚਲੇਗੀਆਂ। ਅਤੇ ਮੰਤਰੀ ਸਾਹਿਬ ਨੂੰ ਬਚਾਉਣ ਦੇ ਵਿੱਚ ਲੱਗੇ ਹੋਏ, ਅਤੇ ਮੈਂ ਸਮਝਦਾ ਇੱਦਾਂ ਬਚਾਇਆ ਨਹੀਂ ਜਾਣਾ। ਤੁਸੀਂ ਉਸ ਪਰਿਵਾਰ ਦੇ ਵਿੱਚ ਜਾ ਕੇ ਦੇਖੋ, ਜਿਸ ਪਰਿਵਾਰ ਦਾ ਜੀ ਚਲਾ ਗਿਆ, ਅਤੇ ਮੰਤਰੀ ਜੀ ਸੋਚਣ ਕਿ ਅੱਜ ਆਪਾਂ ਇੱਦਾਂ ਬਚਾ ਲਾਂਗੇ, ਅਤੇ ਇੱਦਾਂ ਨਹੀਂ ਬਚਾਇਆ ਜਾਂਦਾ। ਹਾਂ, ਚਲੋ ਮੰਨ ਲਓ ਕਾਨੂੰਨੀ ਤੌਰ 'ਤੇ ਆਪਾਂ ਬਚਾ ਲਿਆ, ਆਪਣੀ ਪਾਵਰ ਦਾ ਮਿਸਯੂਜ਼ ਕਰ ਲਿਆ, ਅਤੇ ਕੀ ਪਰਮਾਤਮਾ ਦੀ ਕਚਹਿਰੀ ਨਹੀਂ ਹੈ? ਕੀ ਪਰਮਾਤਮਾ ਦੀ ਕਚਹਿਰੀ 'ਚ ਆਪਾਂ ਬਚ ਜਾਂਗੇ? ਇਹ ਬਚਿਆ ਨਹੀਂ ਜਾਣਾ। ਮੈਂ ਲੋਕਾਂ ਨੂੰ ਕਹੂੰਗਾ, ਸ਼ਰਾਬ ਪੀਣੀ ਨਹੀਂ ਚਾਹੀਦੀ ਵੈਸੇ ਤਾਂ, ਪਰ ਇਹ ਆਪਣੇ ਨਾ ਆਪਣੇ ਕਲਚਰਾਂ ਦੇ ਵਿੱਚ, ਇਕੱਲਾ ਪੰਜਾਬ ਨਹੀਂ ਸਮੁੱਚੀ ਦੁਨੀਆ ਦੇ ਵਿੱਚ ਇੱਕ ਇਹੋ ਜਿਹੀ ਚੀਜ਼ ਬਣ ਚੁੱਕੀ ਆ। ਅਤੇ ਜਿਹੜੇ ਇਹ ਨਕਲੀ ਸ਼ਰਾਬ ਵਿਕਦੀ ਕਿਉਂ ਆ, ਇਹਦਾ ਵੀ ਇੱਕ ਬੜਾ ਵੱਡਾ ਸਵਾਲ ਆ। ਉਹ ਕਿਉਂ, ਉਹ ਸਸਤੀ ਬਗੈਰ ਟੈਕਸ ਤੋਂ ਸ਼ਰਾਬ ਹੁੰਦੀ ਹੈ, ਉਹ ਜਿਹੜਾ ਗਰੀਬ ਬੰਦਾ ਹੁੰਦਾ, ਕਿਉਂਕਿ ਇਸ ਟਾਈਮ ਇੰਨਾ ਕੁ ਮਾੜੇ ਹਾਲਾਤ ਹੋ, ਗਰੀਬ ਬੰਦਾ 10-20 ਰੁਪਏ ਦੀ ਉਹ ਪੈਕਟ ਛੋਟੇ ਖਰੀਦ ਲੈਂਦਾ, ਅਤੇ ਉਹਨੂੰ ਇਹ ਨਹੀਂ ਦੇਖਦਾ ਵੀ ਇਹਦਾ ਸਿੱਟਾ ਕੀ ਨਿਕਲੂਗਾ, ਕਿਉਂਕਿ ਉਹਦਾ ਪੈਮਾਨਾ ਤਾਂ ਕੋਈ ਹੁੰਦਾ ਨਹੀਂ ਨਕਲੀ ਸ਼ਰਾਬ ਦਾ, ਕਿਉਂਕਿ ਬਣੀ ਤਾਂ ਸਾਰੀ ਸਪਿਰਿਟ ਤੋਂ ਹੁੰਦੀ ਹੈ, ਕੈਮੀਕਲਾਂ ਤੋਂ ਬਣੀ ਹੁੰਦੀ ਹੈ, ਅਤੇ ਉਹਦਾ ਸਿੱਟਾ। ਪਰ ਸਰਕਾਰ ਇਹ ਚੀਜ਼ਾਂ 'ਚ ਜਾਗੇ,
सरकार लोगों को अवेयरनैस दे, नशे छुड़ाने के अवेयरनैस दे। पार्टीबाजी के उपर उठ के ना इन सिर्फ पोलीटिकल मुद्दा लोगों ने बना लिया, नशे नशा पोलीटिकल नशे की गल करते, नशे लोगों को अवेयर करने वास्ते काफ़ी देर तुम पिछले लोग कहन भी लगते कि दुध वाला लीडर भी तुम भी बड़ी मुहिम चलाई। देखो मैं तुम दस जिदा पहला इन्होंने परमिशन मंगी से सेंटर सरकार तो, जो सारा कुछ बंद से तो इन्होंने शराब के ठेके खोलन की गल की, फिर जो कंटेनमेंट जोन बनाए होंगे जिते लोग बाहर नहीं निकलते उत्थे भी इन्होंने ठेके खोल दते। तो मैंने बड़ा दुख लग्या, तो मैं सोचा भी देखो मेरा अपना विरोध करने का एक तरीका है, तो मैंने लग्या भी कोई चीज़ यहोजी करनी चाहिए। फिर असं दुध का ठेका जो शराब के ठेके के बाहर लाया, वो लोगों ने अपील की, करोड़ों अरबों बंदियां ने उस गल्ल नूं एप्रीशिएट किया, हर न्यूज़ दे विच सुर्खियां बनियां। उहदा कारण की सी, क्योंकि चीज़ सी, क्योंकि पंजाब नूं हमेशा चढ़दी कला दा प्रतीक मन्निया गया। जे पंज दरियावां दी धरती सी, चलो ठीक है अज्ज पंज दरिया नहीं रहे, पर हमेशा पंजाबियों नूं जिहड़े मर्जी मोर्चे ते देख लो हर जगह ते सामने ते रहे है सेवा करन। जे लॉकडाउन दे विच साए असीं मिडल परिवार पिसे गए हैं, पर मिडल परिवार बंद नहीं होया सेवा करन नूं, सेवा करी जा रहा अज तक सेवा करी जा रहा। तो वह मेरा दुख से, मैं दुख करन दा इक तरीका सी, तरीका कारागर होया सारी दुनिया दे विच गल एप्रीशिएट ਕੀਤਾ। ਤੇ ਇਸ ਗੱਲ ਦੇ ਉੱਤੇ ਇਹ ਕਹਿੰਦੇ ਸੀ ਘਰ ਘਰ ਸ਼ਰਾਬ ਪਹੁੰਚਾਣੀ ਹੈ, ਤੇ ਫਿਰ ਇਹਨਾਂ ਨੂੰ ਇਹ ਫੈਸਲਾ ਵਾਪਸ ਲੈਣਾ ਪੈ ਗਿਆ ਸੀ। ਅਸੀਂ ਆਪਣੀ ਲੜਾਈ ਜਿੱਤੇ ਹਾਂ, ਤੇ ਉਹ ਲੜਾਈ ਜਿੱਤਣ ਦਾ ਇੱਕ ਤਰੀਕਾ ਮੇਰੇ ਸਾਹਮਣੇ ਸਾਰਿਆਂ ਨੂੰ ਇੱਦਾਂ ਕੁਛ ਨਾ ਕੁਛ ਕਰਨਾ ਚਾਹੀਦਾ, ਸੋਚਣਾ ਚਾਹੀਦਾ। ਜੇ ਚੰਗਾ ਸੋਚਾਂਗੇ ਤਾਂ ਚੰਗਾ ਰਿਜ਼ਲਟ ਆਏਗਾ। ਜੀ ਜੀ, ਇੱਕ ਚੀਜ਼ ਮੈਂ ਹੋਰ ਪੁੱਛਣਾ ਚਾਹੁੰਦਾ ਸੀ, ਜਦੋਂ ਹੁਣ ਇੰਨਾ ਲੰਬਾ ਸਮਾਂ ਹੋ ਗਿਆ ਸਰਕਾਰ ਆਈ ਨੂੰ, ਕਾਂਗਰਸ ਦੀ ਜਿਹੜੀ ਸਰਕਾਰ ਚੱਲਦੀ ਪਈ, ਤੁਸੀਂ ਸੱਤਾ ਤੋਂ ਬਾਹਰ ਬੈਠੇ ਹੋ, ਤੁਹਾਨੂੰ ਲੱਗਦਾ ਕਿ ਇਨ ਬਿਟਵੀਨ ਬੜਾ ਕੁਛ ਹੋਇਆ ਤੁਹਾਡੇ ਨਾਲ, ਇਹ ਧੱਕੇਸ਼ਾਹੀ ਕਿੱਥੇ ਤੱਕ ਜਾਇਜ਼ ਸੀ, ਕਿੱਦਾਂ ਦੀ ਧੱਕੇਸ਼ਾਹੀ ਹੋਈ ਤੁਹਾਡੇ ਨਾਲ? मैं एक चीज़ की गल करदा भी जदों मैं कोई विरोध करदा है, देखो जो तो कोई माड़ी चीज़ होगी उहदा विरोध करना साडा फर्ज है, असीं विरोध करांगे, पर विरोध करने वाले तो परचे दर्ज करने, ये किन्ना कुछ जायज़ है? इहदा मतलब कि ये चाहती सरकार, ये चाहती है कि विरोध ना किया जाए, भी साडिया कमियां ना दिखाई जाए। तो फिर मैं समझदा भी जे ये सोच के गल करांगे तो फिर गुरु नानक साहब नूं भी जेल च जाना पिया सी, राम जी नूं भी बड़े धक्के सहने पे सीगे, बनवास कट्टना पै गया सीगा, फिर कृष्ण महाराज भी जेल दे विच होए सीगे। तो धक्के तो हर बंदे ने होंदे, जे फिर ये सोच के भगत सिंह वर्गे जे ये सोच लैंदे फिर देश आजाद ना होंदा। करतार सिंह राजीव गांधी वाला मसला सी, चाहे वो इस तो अलावा पिछे एक बिल्डिंग नूं तोड़न दा भी मसला सीगा, वो धक्का तां समझ आया, पर DMC वाला धक्का किदां लग गया तुहानूं? देखो लोग मर रहे सीगे, लोग मर रहे सी, जिन्हां नूं बैड नहीं मिल रहा सी, मेरे कोलों एक नहीं दो नहीं अठ दस मसले मेरे आमणे सामने दिखण लग पे, तीन तां बंदे उह सी जिन्हां दे नाम ही बाहर आ गए। तो मैं DMC दे जिहड़े उच्च अधिकारी जिहड़े मेन हैगे आ उहनां नूं उहनां नाल गल की भी इह गलत हो रहा, पर उन्होंने आनाकानी की उस गल नूं, उन्होंने कहिंदे असीं की करिए जी, फिर असी की करिए, फिर असी तां कुछ करांगे। फिर विरोधता तक असी बड़ा पैमाना भी ठीक रखा है, क्योंकि जो कोविड के करके इन्होंने गल्लां कीती होईआं, असी सोशल डिस्टेंसिंग भी मेनटेन की, सब कुछ किया, पर उहदे बावजूद धक्का। तो मैं समझदा मैं कामयाब होया, एक परचा दर्ज करता, परचा दर्ज ना कुछ नहीं हुंदा, लोगों की आवाज़ बनना साडा फर्ज है, तो वो आवाज़ जीती है, असं गल उ भी लड़ाई जीती, लड़ाई कितना जीती है। MP साहब बिट्टू जी जिहड़े आप लॉकडाउन के दिखे नहीं, गैप ही सके, एकदम प्रगट हो गए, तो कहें भी प्रगट हो गए, कहें भी मैं ताले लवा दूँ हस्पतालों जिहदे बैड नहीं हो गए, यह मतलब साडी आवाज़ लड़ाई उन्होंने ले ली ना, हुण लड़नगे, आने वाले टाइम से लड़ना पऊगा उन्होंने। फिर कमिश्नर साहब नूं भी अगले दिन कहना पै गया कि डॉक्टर अपनी वो तुहानूं याद रखण, जिहड़ी कसम खाँदे डॉक्टरां दा एक फर्ज हुंदा भी जदों कसम खाँदे उस च कहा जांदा कि असीं किसी मरीज़ नूं मरन नहीं देंगे, अपने टिल तक जोर लावांगे। तो फिर मरण क्यों दे रहे सी? फिर कमिश्नर साहब ने, फिर DC साहब ने हुण बैडां तां कढ़ता भी इन्ने बैड इत्थे हैगे, इन्ने बैड हैगे, हुण इह तां उन्होंने तत देते, पर असलीयत कुछ होर है। हुण असलीयत असीं देखांगे जदों सानूं लगेगा किसी ना, फिर दोबारा कोई बैड मिलण ना मिलण करके जे मर रहा तो फिर असीं आवाज़ फिर बुलंद करांगे। एक परचा छड़ के 10 परचे कर दें, मेरी आवाज़ नहीं दब सकते, मैं लोगों की आवाज़ हाँ, मैं अपनी आवाज़ नहीं, मैनूं लोग सोचते भी आइडिया आते कितों आ, दुध का लाया या हस्पताल के बाहर मेरा अवार्ड उन्होंने दिता, आइडिए लोग देंगे, लोग जो दसते हैं तो फिर साडा दिल करता काम करनू, मेरी अपनी आवाज़ नहीं हैगी, मैं भी अपना परिवार के नाल अपनी लाइफ बड़े वधिया स्मूथली चला सकता, मेरे भी बच्चे है, मेरा भी दिल करता मैं अपने परिवार नाल समय बतीत करा, मेरे बच्चों भी लगता कि मेरे पापा नूं साडे नाल टाइम बतीत करना चाहिए, पर मेरे हिसाब नाल मेरे पंजाब दे सारा जिहड़ा पंजाब आ, मेरे अपने भरा भैण है बच्चे है सारा अपना परिवार है, तो मेरा फर्ज बनता फिर सारे परिवार नूं देखा। लुधियाने शहर की आप गल करिए, क्योंकि जिले की नुमाइंदगी करते हो, कुछ इदा के भी लीडर ने, कुछ इदा के भी नेता ने इतने जेडे कहते कि गुरदीप सिंह गोशा ही क्यों एक्टिव है। रीज़न ये है कि गुरदीप सिंह गोशा सिर्फ तो सिर्फ फेम चाहता, अखबारी लीडर है, क्योंकि बाकी इन्हों की पार्टी तो सारे सुते पे ने, उसके बारे की कहोगे? नहीं, मैं यही कह सकता सारे सुते पे, बड़े बड़े अपने अपने तौर पर काम कर रहे, पर जे मैं कईयों लगता कि गोशा ही क्यों अगे है, फिर बाकी भी अगे आ जाए, फिर तो सवाल ही मुक गया,
फिर उन्होंने भी चाहिए अज्ञान क्यों नहीं वह कहने अखबारी लीडर है अखबारों के सुर्खियों के रहना चाहता अखबारों के सुर्खियाँ एवं तो नहीं बनदियाँ तुम भी दसांझ साहब सारी उम्र ही आप पत्रकारी की है कि एवं सुरखी तुम किसी की बना दोगे काम करने वाले की हमेशा सुरखी बनती है काम करके दिखाओ ना असी तो लड़ाई असी दुकानदार की लड़ाई जीती तिरंगा मार्च कटिया दुकाना खोलनिया पै गई असी जिम वाले के उत्ते प्रदर्शन किया जिम खोलने पै गए जे असी शराब के उत्ते प्रदर्शन किया तो उन्होंने जी होम डिलीवरी बंद करनी पैगी जे हस्पतालों की लड़ाई की तो वह भी असी जीती असं लड़ाइया जित रहे हैं जे असी लोग हम सड़कों दड़ाइया तो हम भजे फिर कारपोरेशन भी किसी तरीके कोई काम करिए फिर जो असी लड़ाई जित रहे हैं तो फिर असं जीते ही लड़ाई में यह नहीं कह सकते भी असं ड्रामे करते फिर जे इन्हों उन्होंने लगता कि असी फेम लिए काम करते फिर वो भी फेम लिए काम कर फिर क्यों नहीं करते फेम लिए काम फिर ये मैं जे इस फील्ड के आया तो फिर फेम तो अपने आप ही आऊगा जो काम करा तो दिखेगा जो काम नहीं करा तो नहीं दिखेगा कारपोरेशन की गल की कारपोरेशन की गल करिए लुधियाने के इदा के कई मसले ने जोड़े कारपोरेशन रिलेटड ने पर वो कई सालों तो लटकते पे ने कई इशू ने चाहे वह जगराओं वाला पुल हो बुढ़े दरिया वाला हो कई होर इस तो बाद सड़कों का मामला होना बारे कि देखते हो तुम कि जो हूँ मौजूदा साढ़े कारपोरेशन के मेयर ने उन्होंने एक्टिविटी जे साडे इस टाइम जोड़े सिटी के एम एल ए ने उन्होंने एक्टिविटी जे इतने मिनिस्टर ने उन्होंने एक्टिविटी देखो पिछली बार तुम्हें याद होना एक समार्ट सिटी की चली सी तो लुधियाना समार्ट सिटी के आया करोड़ों अरबा रुपए के फंड इतने रिलीज हो गए पर आप काम कर नहीं पाए जो माड़ी जी बरसात होंगी है तो शहर तकरीबन डुब जाता तो जो कोई सवाल पाया जाता कहें जी अकाली सरकार वेले भी इदा ही यार ये कोई जवाब थोड़ा आ भी जे साडे वेले इदा से अज भी इदा ही है तो फिर यदा मतलब तुम अगे निकले ही नहीं तुम तो एक भी नहीं लिखे यदा मतलब ये चीज़ा सोचनी चाहिए शहर दिया बड़िया एक सब ना वीड्डी प्रॉब्लम है भी पानी भर जाता सीवरेज जाम हो जाए वह कारण की हूँ मैं तुम दसना हूँ अगे ना पानी बदन क्यों लग गया क्योंकि कारपोरेशन की जो इलैक्शन सी इन्होंने आनन फानन से 1500 जड़िया गैर कानूनी कलोनिया जड़िया साइडा बनिया सगिया शहर के बाहर वो सारे के सीवरेज नाल जोड़ते जबकि वो सीवरेज को व्डा नहीं किया इन्हों चाहिए उन्होंने सिर्फ वोटा की राजनीति की अज वोटा की राज ठीक है उन्होंने भी सीवरेज चाहिए सी नहीं कहते भी नहीं चाहिए बट वो प्लैनिंग तो चाहिए सी ना सीवरेज व्डा कर लेंगे तो सीवरेज व्डे नहीं कि हूँ जे आप लिपस्टिक बिंदी अपने पाउडर मूँह से लाई जाइए अपने पाउडर में चमकाइए इंटरनली आप कमजोर होइए खाइए कुछ ना तो फिर वो कितनी देर चिट्टा रह जाऊगा तो काला आप ही अपने शरीर अंदर सुकन का लाभ होगा ना इस करके सब तो पहले इन्हों चाहिए सीगा सीवरेज सिस्टम बहुत वैल प्लैन कर दे स्मार्ट सिटी का एडा वड्डा पैसा है स्मार्ट सिटी का पैसा कल्ली लेयर वैली बना के या घंटा घर चौंक दी चार लाइटा ला के नहीं चलना इन्हों चंगा काम है मैं नहीं कहता लेयर वैली बननी माड़ी काम है या घंटा घर के लाइटा नहीं बिल्कुल लगनिया चाहिए पर उस तो पहला अज कोविड की लड़ाई चल रही है अज इस लड़ाई तो जितने वास्ते पहला हैल्थ सिस्टम सही करना चाहिए सी फिर जो मीह पर जो बरसातों के बीमारी बढ़ सकती है जिदा डर कहें बढ़ती है बीमारी तो जे वो पता बरसात से बदे तो फिर वो सीवरेज सिस्टम तो सही कराते आप ड्रेन सिस्टम बिल्कुल ठीक हो जाए साडा असी पानी पानी बड़े बंदे आते लीडर आते हैं मैं बैंस ब्रदर की भी गल करना बड़े बड़ा रौला पाते एस वाई एल का मुद्दे की गल करते पानी के राखियां की गल करते वो यार जो लखा लीटर पानी उत्तों ज उपरों आ रहा जरा असं बिल्कुल उन्होंने प्रिजर्व करके वरत्या जा सकता वो लिए क्यों नहीं आवाज़ उठाते सिर्फ ये एक सिर्फ पोलिटिकल स्टंट नहीं होना चाहिए इन प्रैक्टिकल मैं अज भी कह दिना जे तीन चार मुद्दे वे मुद्दे है चाहे पानी का मुद्दा है चाहे नशे का मुद्दा ये सर्व पार्टी दी मीटिंग होनी चाहिए कलियां उपरली उपरले बंद नहीं थलड़े लोकल लैवल पर भी मीटिंग होनी चाहिए तो आउटपुट निकल सके सिर्फ बयानबाजी तक नहीं सीमित रहना चाहिए गुरदीप सिंह गोशा बड़ा लंबा समा हो गया पार्टी की सेवा करदों लोगों की सेवा करदों गुरदीप सिंह गोशा का टारगेट की है एम एल ए बनना एम पी लिए खड़ना की सोचे जान साहब ये ना मैंने सवाल तकरीबन पै जाता मैं याद होना आप पैसे इंटरव्यू किए थे मैं उदो गल किया ना अकांगे ना थकांगे ना झुकांगे तो अज भी उदा ही है फर्क तो नहीं पाया अच्छे तुम मैं मेरे ख्याल बहुत पुराने टाइम तो जाते 17-18 साल तो जाते हो भी किसी दिन भी देखा भी गोशा आराम ना बह गया होगा घर गोशे का टारगेट कोई एम एल ए बनना एम पी बनना नहीं है वो अलग चीज़ा पार्टी के मसले है पार्टी जिन्हू क्योंकि जमात करामत होंगी जमात जिन्हों अगे करेगी वो लड़ेगा मेरे अगे जो कोई भी मैं अच्छ 55 कोई इलैक्शन के भाग लै चुका मतलब लोगों की सपोर्ट कर चुका जिते जिते मेरी ड्यूटी लगी चाहे शहर से लगी है चाहे स्टेट से लगी चाहे स्टेट तो बाहर लगी है मैं हर जगह पर गया मैं शौक है एक पैशन है अपन प्राप्तियां अगे रखन दिया अगों विजन रखने का मेन मेरा टारगेट की है देखो मैं लुधियाने का जामपाल हाँ मैं ये चाहना भी लुधियाना सची मुची स्मार्ट सिटी बने जी भी सची मुची जे अज नौजवान बाहर क्यों भज रहा है कोई तो कमी होगी ना साढ़े चे जो कमी दूर किन्ने करना असी लोग नौजवानों मैं तो कित कह देना भी नौजवान वाकई इतने ना रहो
क्योंकि अज आजादी के दिन आ गए, रोज़ हर साल आप आजादी मानते, गणतंत्रता दिवस मानते हैं, पर कि असी मानसिक रूप के आजाद हो गए? अज DMC के बाहर असं रौला पाया कि असी आजादी हैगी, परचा क्यों दर्ज किया आजादी से? फिर तो अंग्रेजों वाले रूल आ गए ना सेम, ये रूल चेंज करने पैने हैं। मेरा टारगेट इको ही है कि लुधियाना सचमुच स्मार्ट सिटी बने, बुढ़ा नाला साफ हो, सारे फ्लाईओवर बन जा, सड़क सही हो जाए, साढ़े ड्रेन सिस्टम सही हो, फिर असं मनेंगे भी मैं फिर मैं सौंगा, मैं चंगा लगेगा कि मैंने हूँ शांति है यार, आ शहर वधिया हो गया, फिर हूँ किसी होर लड़ाई लड़ लीए, मेरा शहर ठीक नहीं, आप दूजे शहर जाके मैं लड़ाइया लड़न ला पा, मैं फिर तो मैं समझा फिर मैं लीडर ही कर रहा, मैं लीडर ही नहीं कर रहा, मेरा एक एम है सोशल वर्किंग, मैं अज भी सोशल वर्किंग कर रहा, कल भी करूँगा, तो आने वाले टाइम करूँगा, कोशिश करता रहूँगा, बाकी परमात्मा के हाथ। स्मार्ट सिटी की गल करते हैं, जेकर स्मार्ट सिटी के तौर पर एक हल्का तुम देता जाए पार्टी की नुमाइंदगी वास्ते कहा जाए भी इस हल्के देखना इनू स्मार्ट करना, तो इतने हल्के तो आने वाले टाइम हो सकता उतो इलैक्शन कि हल्का सोचते हो? देखो मेरा तो सारा हल्का लुधियाना है, मेरा शहर का मैं प्रधान हाँ, 6 सीटा के साढ़े को शहर दियाँ पैदा, मैं तो 6 सीटा के काम करने तैयार हाँ, पर हर बारी टारगेट जो भी होंगे हल्के की गल होंगी टारगेट बैंस ब्रदर्स होंगे ने, कारण सुन लो की है। देखो मैं तो पांडे साहब के खिलाफ भी प्रदर्शन किया, आशु साहब बैंसा ने सैकल पंजाब चलाया, तुम उन्होंने हल्के सैकल चला, कारण दस देना। एक बंदा कहता कि जो MLA बनना से कहता सी सानू दोनों भरावों MLA बना दो, तो 115 MLA उन्हें कल सिखा देंगे, हुण आप अकल भुल गए जी। फिर वो कहिंदे वी साढ़े तो इमानदार बंदा कोई नहीं, सारे बाकी चोर है। मैं तो हैरान हुंदा वी आपां गुरबाणी कहिंदी अवर उपदेसे आप ना करे आवत जावत जन्मे मरे, जिहड़ा आप मंदा नहीं तो दूजे नूं उपदेश दिंदा, इह ओह वाले बंदे आ। इह कहिंदे असीं क्रांतिकारी हां, कित्थों दे क्रांतिकारी, जिन्हां दी गली दे विच पाणी भरदा होवे, गली टुटदी होवे, बिजली दे नाल बच्चियां दीआं मौतां उत्थे हो चुकियां हन, पाणी भरन दे विच लोक तरा तरा करदे होण, उत्थे कई कई लोकां दीआं इहो जिहीआं मौतां हो चुकियां जिथे उत्थे हस्पताल नेड़े नहीं हैगा, उत्थे डिस्पेंसरी नेड़े नहीं हैगी, उत्थे कोई तुसीं बच्चियां देखो वी किन्ने किन्ने किलोमीटर ते दूर कॉलेज ते पढ़न जांदीआं, कोई इहो जिहा स्कूल नहीं, कोई हैल्थ सिस्टम नहीं, फिर वो क्रांतिकारी कहते हुए। फिर मैं पहला जिदा गल की है, पहला इन्हों तो जो दो भरावान ने मिले से सब तो पहला की करते, अपना हल्का सवार लेंगे, फिर इन्हों बाहर जाने की लड़ नहीं सी, लोगों ने आपे हाथों से चक लेना सी, तो हूँ करी जाते जी बाहर जाके, असी कोविड के क्या बाहर नहीं निकले, तुम्हें लोगों की सेवा नहीं की, सैकल चला चले गए पंजाब के। मैं तो हैरान होया, मैं कहा यार उत्थे दी सारी सड़क सही है, इन्हों का टायर पंचर भी नहीं होया, कोई चक्का टुटिया भी नहीं, साढ़े टायर भी पंचर होए, साढ़े चक्के भी टुटे, इन्हों के हल्के च क्यों टुटे जे हालात माड़े है? तो फिर मेरा फर्ज बनता भी जिहड़ा अपने आप ज़्यादा ईमानदार सा फिर लोगों के अगे नशर गण। तुसीं एक चीज़ नोट करो, जिहड़ा बंदा PCO चलांदा होवे, तुसीं भी कम करदे हो, मैं भी कम करदा, ये कहिंदे वी 10 साल अकाली दल ने बिल्कुल बिजनेस खत्म करता, कांग्रेस ने भी बिजनेस खत्म करता, इनू केड़ा बिजनेस है हो जी, कोई ज्यादा घड़ा लभ्या होना, दस दिन भी सानू भी दस दे भी घड़ा लभ्या। PCO तो अज 12-12, 15-15 किलियां दी कोठियां बन गईं, 20-20 किले च इन्हां दीआं इंडस्ट्रियां बन गईं, सारे मेरे का खेत कोई छड्डिया कोई नहीं, आलमगीर साहब के नेड़े तेड़े भी जिथे खेत ना खरीदिया होवे, इन्हां नू केड़ा बिजनेस दी गुठी, जद सरकार ने बिजनेस मारते फिर जां तां ज्यादा सियाणे, फिर जे ज्यादा सियाणे फिर लोकां नू भी सियाणे कर दो। ਤੁਹਾਨੂੰ ਕੀ ਲੱਗਦਾ ਫਿਰ ਫੰਡਿੰਗ ਕਿੱਥੋਂ ਹੋ ਰਹੀ ਹੈ? ਇਹ ਤਾਂ ਖੁਦ ਕਹਿੰਦੇ ਕਿ ਸਰਕਾਰਾਂ ਸਾਡੇ ਨਾਲ ਧੱਕਾ ਕਰਦੀਆਂ ਨੇ। ਬਿਲਕੁਲ ਤੁਹਾਡਾ ਵਾਜੀ ਸੋਚਦਾ, ਬੜੀ ਵੱਡੀ ਗੱਲ ਹੈ, ਇਹਨਾਂ ਨੂੰ ਫੰਡਿੰਗ ਕਿੱਥੋਂ ਹੋ ਰਹੀ ਹੈ? ਅਸਲ 'ਚ ਫੰਡਿੰਗ ਦਾ ਕਾਰਨ ਹੈ ਲੋਕਾਂ ਨੂੰ ਇਹ ਮੂਰਖ ਬਣਾ ਲੈਂਦੇ ਸੀਗੇ, ਬਣਾ ਲੈਂਦੇ ਸੀਗੇ, ਹੁਣ ਨਹੀਂ, ਹੁਣ ਟਾਈਮ ਚੇਂਜ ਹੋ ਗਿਆ। ਇਹਨਾਂ ਨੇ ਸਟਿੰਗ ਕੀਤਾ ਜੀ, 2000 ਰੁਪਏ ਵਾਲਾ ਬੰਦਾ ਫੜ ਲਿਆ, ਸਟਿੰਗ ਕੀਤਾ ਜੀ, 3000 ਵਾਲਾ ਬੰਦਾ ਫੜ ਲਿਆ, ਸਟਿੰਗ ਕੀਤਾ ਜੀ, ਉਹ DC ਦਫ਼ਤਰ ਦੇ ਸਟਿੰਗ ਕਰਤਾ ਜੀ, ਉਹ ਕੰਮ ਨਹੀਂ ਕਰ ਰਿਹਾ ਜੀ। ਲੋਕਾਂ ਦੇ ਅਫਸਰਾਂ ਦੇ ਮਨ 'ਚ ਇੱਕ ਡਰ ਪਾਤਾ ਵੀ ਆਹ ਸਟਿੰਗ ਹੁੰਦਾ ਆ, ਫਿਰ ਕੇਸ ਕਿਉਂ ਨਹੀਂ ਕੀਤੇ ਅੱਜ ਤੱਕ दर्ज क्यों? क्योंकि असल च इन्होंने मैनेजमेंट की, कोई लैन देन किया, लोगों को डर पा के अपना काम कराई जाते हैं, तो बिजली चोरी की सारी दुनिया को पता भी, मैं मूँह तो कह रहा बिजली चोरी की हुई इन्होंने, जे इन्हों को लगता मेरे तो FIR दर्ज करा ना, फिर मैं नशे दे भी नशर किया भी इन्होंने पीए नशा करते भी नशा बेचते हैं, फिर मेरे परचा दर्ज कराने जे मैं झूठ बोल रहा। असल च सारिया ब्लैकमेलिंग करके इतने तक इन्होंने अपना साम्राज खड़ा किया, लोग गरीब रह गए उस हल्के, अमीर किदा हो गए? जे ये सारे लोग उत्थे दे चंगे हो जाते, उन्होंने हल्का वधिया हो जाता, फिर तो मैं मनता भी ये बंदे बड़े क्रांतिकारी जी, इन्होंने अपना हल्का ही बड़ा लोगों ने सिर पर चकता, पर जोड़े लोग चक सकते हैं वो सिट भी सकते हैं, तो इस करके हम मैं लगता भी हम सीटों का टाइम आ गया, क्योंकि लोग उब चुके हैं, तो परमात्मा करूगा इन्हों का जोड़ा घड़ा जो पाप का भरया, तो इन्हों का आपे फटना। वो कहते ना पापी को मारने के लिए पाप महाबली है, किसी ने कोई मैं गोशा नहीं किसी को मार सकता,
ਜਾਂ ਦੁਸਾਂਝ ਸਾਹਿਬ ਕਿਸੇ ਨੂੰ ਨਹੀਂ ਮਾਰ ਸਕਦੇ, ਉਹਦੇ ਆਪਣੇ ਪਾਪ ਮਾਰਦੇ, ਜੇ ਉਹਨਾਂ ਦੇ ਪਾਪ ਦਾ ਘੜਾ ਭਰੂਗਾ ਤਾਂ ਫੁੱਟ ਜਾਣਾ, ਦਿਖ ਜਾਣਾ ਸਾਰਿਆਂ ਨੂੰ। ਅਤੇ ਮੈਨੂੰ ਲੱਗ ਰਿਹਾ ਵੀ ਦਿਖ ਰਿਹਾ, ਕਿਉਂਕਿ ਜੇ ਉਹ ਪਾਪ ਦਾ ਘੜਾ ਨਾ ਭਰਿਆ ਹੁੰਦਾ ਨਾ ਤਾਂ ਲੋਕਾਂ ਦੇ ਵਿੱਚ ਆ ਕੇ ਸੇਵਾ ਕਰਦੇ ਇਸ ਔਖੀ ਘੜੀ ਦੇ ਵਿੱਚ, ਪਰ ਸੇਵਾ ਨਹੀਂ ਕਰ ਪਾਏ, ਸਿਰਫ ਡਰਾਮੇਬਾਜ਼ੀ ਕੀਤੀ ਅਤੇ ਅੱਜ ਲੋਕਾਂ ਦੇ ਸਾਹਮਣੇ। ਚਲੋ, ਕਿਉਂਕਿ ਗੱਲਾਂ ਬਾਤਾਂ ਦਾ ਸਿਲਸਿਲਾ ਤਾਂ ਲਗਾਤਾਰ ਜਾਰੀ ਰਹਿੰਦਾ, ਪਰ ਟਾਈਮ ਆਪਾਂ ਨੂੰ ਇਜਾਜ਼ਤ ਨਹੀਂ ਦਿੰਦਾ। ਅਤੇ ਜਾਂਦੇ ਜਾਂਦੇ ਮੈਂ ਪੁੱਛਣਾ ਚਾਹੁੰਦਾ ਕਿ ਹੁਣ ਨੈਕਸਟ ਫਿਊਚਰ ਪਲੈਨਿੰਗ ਕੀ ਹੈ, ਕਿਉਂਕਿ ਹਜੇ ਇਲੈਕਸ਼ਨ ਨੂੰ ਟਾਈਮ ਪਿਆ, ਪਰ ਆਪਣੇ ਆਪ ਨੂੰ ਤੁਸੀਂ ਕੀ ਸੋਚਦੇ ਹੋ ਕਿ ਵੀ ਫਿਊਚਰ ਪਲੈਨ ਆਪਾਂ ਇੱਦਾਂ ਦਾ ਕਰਕੇ ਕੀ ਕਹਿਣਾ ਚਾਹੁੰਦੇ ਹੋ ਪਾਰਟੀ ਲੈਵਲ ਦੇ ਵੱਲੋਂ? ਦੇਖੋ, ਲੋਕਾਂ ਨੇ ਸਾਰਿਆਂ ਨੂੰ ਪਰਖ ਕੇ ਦੇਖ ਲਿਆ। ਅਕਾਲੀ ਸਰਕਾਰ ਜਦੋਂ ਸੀਗੀ, 4 ਏਅਰਪੋਰਟ ਅਸੀਂ ਬਣਾਏ, ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਬਣਾਇਆ, ਮੋਹਾਲੀ ਦੀ ਧਰਤੀ 'ਤੇ ਬਣਾਇਆ, ਬਠਿੰਡੇ ਬਣਾਇਆ, ਮਾਲਪੁਰ ਬਣਾਇਆ, ਮਤਲਬ 4 ਅਸੀਂ ਏਅਰਪੋਰਟ ਬਣਾ ਲਏ। ਸ਼ਹੀਦਾਂ ਦੀਆਂ ਯਾਦਗਾਰਾਂ ਕਿੰਨੀਆਂ ਬਣਾਈਆਂ, ਦਰਬਾਰ ਸਾਹਿਬ ਦਾ ਆਲਾ ਦੁਆਲਾ ਬਣਾਇਆ, ਵਾਲਮੀਕੀ ਤੀਰਥ ਬਣਾਇਆ, ਮਤਲਬ ਬੜੇ ਚੰਗੀਆਂ ਯਾਦਗਾਰਾਂ ਬਣਾਈਆਂ, ਕਿੰਨੇ ਇਨਫਰਾਸਟ੍ਰਕਚਰ 'ਤੇ ਕੰਮ ਕੀਤਾ, ਆਈਟੀ ਹੱਬ ਬਣਾਇਆ ਜਿਹੜਾ ਵੱਡੀ, ਮੈਂ ਇਹ ਵੀ ਅਚੀਵਮੈਂਟ ਮੰਨਦਾ, ਕਿਉਂਕਿ ਸਕਿੱਲ ਡਿਵੈਲਪਮੈਂਟ ਦੇ ਉੱਤੇ ਕਰਕੇ ਨੌਜਵਾਨਾਂ ਨੂੰ ਸਕਿੱਲ ਡਿਵੈਲਪਮੈਂਟ 'ਤੇ। ਫਿਰ ਆਈਟੀ ਹੱਬ ਕੀ ਹੈ, ਹਜ਼ਾਰਾਂ ਲੋਕਾਂ ਨੌਜਵਾਨ ਅੱਜ ਮੋਹਾਲੀ ਨੂੰ ਚੰਡੀਗੜ੍ਹ ਤੋਂ ਵਧੀਆ ਸਮਝਿਆ ਜਾਂਦਾ, ਲੋਕ ਕਹਿੰਦੇ ਯਾਰ ਮੋਹਾਲੀ ਸੇਮ ਹੀ ਹੋ ਗਿਆ ਚੀਜ਼, ਠੀਕ ਹੈ। ਉਹਦਾ ਕਾਰਨ ਕੀ ਸੀ? ਵਿਜ਼ਨ ਸੀਗਾ। ਅੱਜ ਵਿਦਾਊਟ ਵਿਜ਼ਨ ਸਰਕਾਰ ਚੱਲ ਰਹੀ ਹੈ, ਝੂਠੀਆਂ ਸੌਹਾਂ 'ਤੇ ਚੱਕ ਰਹੀ ਹੈ, ਅਤੇ ਉਹ ਜਿਹੜੀਆਂ ਝੂਠੀਆਂ ਸੌਹਾਂ ਕਰਦੀਆਂ ਉਹ ਡਿਵਰਟ ਤਾਂ ਆਉਣਾ ਹੀ ਨਾ। ਕਹਿੰਦੇ ਸਿਆਣੇ ਕਹਿੰਦੇ ਵੀ ਬੋਲ ਜਿੰਨੀ ਉੱਚੀ ਸਿੱਟੋ ਅਤੇ ਫਿਰ ਡਬਲ ਸਪੀਡ 'ਤੇ ਥੱਲੇ ਆਉਂਦੀ, ਅੱਜ ਡਬਲ ਸਪੀਡ 'ਤੇ ਆ ਰਹੀ ਹੈ। ਕਾਂਗਰਸ ਖਤਮ ਹੋ ਗਈ, ਆਮ ਆਦਮੀ ਪਾਰਟੀ ਨੇ ਕੋਵਿਡ ਦੇ ਵਿੱਚ ਕਿਸੇ ਦੀ ਸੇਵਾ ਨਹੀਂ ਕੀਤੀ, ਖਤਮ ਹੀ ਹੋ ਗਏ। ਜੇ ਉਹ ਨਿਕਲੇ ਹੁੰਦੇ ਤਾਂ ਫਿਰ ਕਰਦੇ, ਹੁਣ ਭਗਵੰਤ ਮਾਨ ਜੀ ਜੀਪਾਂ 'ਤੇ ਚੜ੍ਹ ਕੇ ਗਾਣੇ ਗਾਉਣ ਦਾ ਟਾਈਮ ਨਹੀਂ ਹੈਗਾ, ਲੋਕਾਂ ਦੇ ਕੰਮ ਕਰਨ ਦਾ ਟਾਈਮ ਸੀ, ਪਰ ਲੋਕਾਂ ਦੇ ਕੰਮ ਨਹੀਂ ਕਰ ਪਾਏ। ਅਤੇ ਅਕਾਲੀ ਦਲ ਨੂੰ ਪਰਖਿਆ ਹੈ, ਅਤੇ ਮੈਂ ਅਕਾਲੀ ਦਲ ਦੇ ਸਾਰੇ ਲੋਕਾਂ ਨੂੰ ਮੈਂ ਬੇਨਤੀ ਕਰੂੰਗਾ, ਅਤੇ ਖਾਸ ਕਰਕੇ ਸਰੋਤਿਆਂ ਨੂੰ ਬੇਨਤੀ ਕਰਾਂਗਾ ਜਿੰਨੀ ਇਹ ਸੰਗਤ ਸੁਣ ਰਹੀ ਹੈ, ਕਿ ਦੇਖੋ ਅਕਾਲੀ ਦਲ ਨੇ ਪਿਛਲੀ ਵਾਰ ਵੀ ਸਾਬਿਤ ਕੀਤਾ, ਝੂਠ ਦੇ ਗੱਲਾਂ ਦੇ ਵਿੱਚ ਲੋਕ ਆ ਗਏ। ਪਰ ਅਕਾਲੀ ਵਰਕਰਾਂ ਨੂੰ ਕਹੂੰਗਾ ਕਿ ਕਾਇਮ ਹੋ ਜਾਓ, ਸਰਕਾਰ ਤੁਹਾਡੀ 2022 'ਚ ਆਉਣੀ ਹੈ, ਆਪਾਂ ਦੁਬਾਰਾ ਲੋਕਾਂ ਦੇ ਕੰਮ ਕਰਾਂਗੇ, ਦੁਬਾਰਾ ਲੋਕਾਂ ਨੂੰ ਉਸੇ ਰਾਹ 'ਤੇ ਲੈ ਕੇ ਜਾਵਾਂਗੇ, ਕਿਉਂਕਿ ਸਾਡਾ ਇੱਕੋ ਇੱਕ ਏਮ ਹੈ ਵੀ ਪੰਜਾਬ ਤਰੱਕੀ ਕਰੇ, ਸਾਡਾ ਹੋਰ ਕੋਈ ਪਰਸਨਲ ਏਮ ਨਹੀਂ ਹੈਗਾ, ਕਿਉਂਕਿ ਪਰਸਨਲ ਤਰੱਕੀਆਂ ਕਰਨੀਆਂ, ਪਰਸਨਲ ਤਰੱਕੀਆਂ ਬਹੁਤ ਹੈ, ਸਾਰੇ ਵੈੱਲ ਸੈਟਡ ਹੈਗੇ ਆ। ਪਰਮਾਤਮਾ ਕਰੇ ਵੀ ਆਉਣ ਵਾਲੇ ਟਾਈਮ 'ਚ ਚੰਗਾ ਕੰਮ ਕਰੀਏ, ਲੋਕਾਂ ਦੀ ਸੇਵਾ ਕਰੀਏ, ਇੱਕੋ ਟਾਰਗੇਟ ਹੈ, ਮੈਂ ਹਰ ਵਾਰੀ ਕਹਿੰਦਾ ਹੁੰਦਾ, ਸੇਵਾ ਦਾ ਟਾਰਗੇਟ ਹੈ, ਦੂਜਾ ਕੋਈ ਟਾਰਗੇਟ ਨਹੀਂ। ਜਦੋਂ ਸੇਵਾ ਕਰਾਂਗੇ ਥਕਾਂਗੇ ਨਹੀਂ, ਉੱਦਾਂ ਹੀ ਚਮਕ ਰਹੂਗੀ, ਉੱਦਾਂ ਹੀ ਭੱਜਦੇ ਨੱਠਦੇ ਰਹਾਂਗੇ ਅਤੇ ਥਕਾਵਟ ਨਹੀਂ ਹੋਊਗੀ। ਜਦੋਂ ਆਪਾਂ ਸੋਚਾਂਗੇ ਕਿ ਆਪਾਂ ਕਿਸੇ ਨੂੰ ਜੇ ਖਰਾਬ ਕਰਨਾ, ਤਾਂ ਫਿਰ ਮੈਂ ਸਮਝਦਾ ਵੀ ਰੱਬ ਵੱਲੋਂ ਵੀ ਮਾਰ ਪਏਗੀ, ਅਤੇ ਰੱਬ ਵੱਲੋਂ ਮਾਰ ਉਦੋਂ ਹੀ ਪੈਂਦੀ ਹੈ। ਜਾਂਦੇ ਜਾਂਦੇ ਤੁਸੀਂ ਨਾਮ ਲਿਆ ਵਿੱਚ, ਇੱਕ ਮੈਨੂੰ ਗੱਲ ਹੋਰ ਯਾਦ ਆ ਗਈ ਭਗਵੰਤ ਮਾਨ ਦੀ। ਭਗਵੰਤ ਮਾਨ ਗਾਣਾ ਲਾ ਕੇ ਨੱਚਦਾ ਰਿਹਾ ਹੈ ਕਿ ਵੀ ਤੇਰਾ ਯਾਰ ਦੱਬਦਾ ਕਿੱਥੇ ਹੈ, ਉਹਦੇ ਬਾਰੇ ਕੀ ਕਹਿਣਾ? ਉਹ ਕਹਿੰਦਾ ਸੀ ਯਾਰ ਬਿਲਕੁਲ ਸਹੀ ਗੱਲ ਹੈ, ਯਾਰ ਨੂੰ ਦੱਬਣ ਨੂੰ ਫਿਰਦੇ ਸੀ, ਦੱਬਦਾ ਕਿੱਥੇ ਹੈ। ਅਤੇ ਫਿਰ ਭਗਵੰਤ ਮਾਨ ਜੀ, ਅਤੇ ਫਿਰ ਆਪਾਂ ਇਸ ਲੜਾਈ ਦੇ ਵਿੱਚ ਭੱਜੇ ਕਿਉਂ? ਅੱਜ ਤੁਹਾਨੂੰ ਸੈਲੀਬ੍ਰਿਟੀਆਂ ਦੀ ਲੋੜ ਕਿਉਂ ਪੈ ਗਈ? ਜੇ ਤੁਸੀਂ ਪਿਛਲੀ ਵਾਰੀ ਇੰਨਾ ਕੰਮ ਕੀਤਾ ਹੁੰਦਾ, ਤੁਸੀਂ ਤਾਂ ਆਪਣੇ MP ਨਹੀਂ ਇਕੱਠੇ ਕਰ ਪਾਏ। ਜੇ MP ਜਿੱਤੇ ਸੀ, MP ਤਾਂ ਆਪਣੇ ਇਕੱਠੇ ਕਰ ਪਾਉਂਦੇ, ਸਾਰੀ ਪਾਰਟੀ ਖਿਰੂ ਖਿਰੂ ਕਰਤੀ। ਉਹਦਾ ਕਾਰਨ ਕੀ ਹੈ? ਕਾਰਨ ਹੈ ਝੂਠ ਦੀ ਬੁਨਿਆਦ 'ਤੇ ਕੋਈ ਵੀ ਆਪਾਂ ਬਿਲਡਿੰਗ ਖੜੀ ਕਰਾਂਗੇ, ਜੇ ਆਪਾਂ ਥੱਲੇ ਨੀਂਹ ਕੱਚੀ ਹੋਊਗੀ ਤਾਂ ਬਿਲਡਿੰਗ ਜਿੰਨੀ ਮਰਜ਼ੀ ਉੱਚੀ ਲੈ ਜਾਈਏ ਆਖਿਰ ਡਿੱਗਣੀ ਹੈ। ਇਹ ਝੂਠ ਦੀ ਦੁਕਾਨ ਇਹਨਾਂ ਨੇ ਚਲਾਈ ਸੀ, ਆਮ ਆਦਮੀ ਪਾਰਟੀ ਨੇ ਬੜੇ ਇਲਜ਼ਾਮ ਲਗਾਏ, ਪਰ ਬਾਅਦ 'ਚੋਂ ਕੇਜਰੀਵਾਲ ਨੂੰ ਮਾਫ਼ੀ ਮੰਗ ਕੇ ਖਹਿੜਾ ਜੁਡਾਉਣਾ ਪਿਆ। ਅਤੇ ਇਸ ਕਰਕੇ ਲੋਕ ਹੁਣ ਉਹ ਚੀਜ਼ਾਂ ਤੋਂ ਨਿਕਲ ਗਏ ਹੋਏ ਆ। ਹੁਣ ਲੋਕਾਂ ਨੂੰ ਪਤਾ ਕਿ ਪੰਜਾਬ ਨੂੰ ਤਰੱਕੀਆਂ 'ਤੇ ਰਾਹ 'ਤੇ ਲੱਗ ਜਾਣਾ, ਜਿਹੜੇ ਆ 5 ਸਾਲ ਆਪਾਂ ਖਰਾਬ ਕਰ ਲਏ, ਹੁਣ ਅਗਲੀ, ਮੈਨੂੰ ਨਹੀਂ ਲੱਗਦਾ ਵੀ ਅਗਲੀ ਵਾਰੀ ਲੋਕ ਇਹ ਸੋਚਣਗੇ, ਅਤੇ ਪਰਮਾਤਮਾ ਕਰੂਗਾ ਦੁਬਾਰਾ ਪੰਜਾਬ ਨੂੰ ਉਸੇ ਲੀਹਾਂ 'ਤੇ ਲੈ ਕੇ ਆਵਾਂਗੇ। ਲਓ ਜੀ, ਗੱਲਾਂ ਬਾਤਾਂ ਦਾ ਸਿਲਸਿਲਾ ਫਿਰ ਅਗਲੇ ਐਪੀਸੋਡ ਦੇ ਵਿੱਚ ਫਿਰ ਇਸੇ ਤਰ੍ਹਾਂ ਹੀ ਜਾਰੀ ਰਹੂਗਾ। ਫਿਰ ਹੋ ਸਕਦਾ ਕਿ ਕੁਛ ਨਵੀਂ ਅਚੀਵਮੈਂਟ ਕਰਨ, ਕੁਛ ਨਵਾਂ ਇੱਦਾਂ ਦਾ ਕਰਨ ਕਿ ਫਿਰ ਅਸੀਂ ਦੁਬਾਰਾ ਗੋਸ਼ਾ ਜੀ ਕੋਲ ਫਿਰ ਆਈਏ। ਅਤੇ ਤਦ ਤੱਕ ਲਈ ਇਜਾਜ਼ਤ, ਧੰਨਵਾਦ ਜੀ। ਧੰਨਵਾਦ ਜੀ, ਬਹੁਤ ਬਹੁਤ ਦੁਸਾਂਝ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਨਕਲੀ ਸ਼ਰਾਬ ਦਾ ਮਸਲਾ, 115-120 ਦੇ ਕਰੀਬ ਬੰਦੇ ਮਰ ਚੁੱਕੇ ਆ, ਅਤੇ 300 ਕਿੰਨੇ ਦੇ ਕਰੀਬ ਘਰਾਂ 'ਚ ਬੈਠੇ ਜ਼ਹਿਰੀਲੀ ਸ਼ਰਾਬ ਪੀ ਕੇ, ਅਤੇ ਫਿਰ ਮੰਤਰੀ ਸਾਹਿਬ ਦਾ ਨਾਮ ਤਾਂ ਵਿੱਚ ਆਊਗਾ ਨਾ। ਤੁਹਾਨੂੰ ਵਿੱਚ ਜੇ ਲੋਕ ਕਹਿਣ ਵੀ ਲੱਗਦੇ ਸੀ ਕਿ ਦੁੱਧ ਵਾਲਾ ਲੀਡਰ, ਫਿਰ ਅਸੀਂ ਦੁੱਧ ਦਾ ਠੇਕਾ ਜਦੋਂ ਸ਼ਰਾਬ ਦੇ ਠੇਕੇ ਦੇ ਬਾਹਰ ਲਾਇਆ, ਉਹ ਲੋਕਾਂ ਨੂੰ ਅਪੀਲ ਕੀਤੀ। DMC ਵਾਲਾ ਧੱਕਾ ਕਿੱਦਾਂ ਲੱਗਿਆ ਤੁਹਾਨੂੰ? ਲੋਕ ਮਰ ਰਹੇ ਸੀਗੇ। ਗੁਰਦੀਪ ਸਿੰਘ ਗੋਸ਼ਾ ਸਿਰਫ ਅਤੇ ਸਿਰਫ ਫੇਮ ਚਾਹੁੰਦਾ, ਅਖਬਾਰੀ ਲੀਡਰ ਹੈ, ਅਖਬਾਰਾਂ ਦੇ ਵਿੱਚ ਸੁਰਖੀਆਂ ਐਵੇਂ ਤਾਂ ਨਹੀਂ ਬਣਦੀਆਂ। ਗੁਰਦੀਪ ਸਿੰਘ ਗੋਸ਼ਾ ਦਾ ਟਾਰਗੇਟ ਕੀ ਹੈ? MLA ਬਣਨਾ, MP ਲਈ ਖੜਨਾ। ਸਾਂਸਾਂ ਨੇ ਸਾਈਕਲ ਪੰਜਾਬ 'ਚ ਚਲਾਏ, ਤੁਸੀਂ ਉਹਨਾਂ ਦੇ ਹਲਕੇ 'ਚ ਸਾਈਕਲ ਚਲਾ ਕਰਦਾ? ਮੈਂ ਮੂੰਹ 'ਤੇ ਕਹਿ ਰਿਹਾ ਬਿਜਲੀ ਚੋਰੀ ਕੀਤੀ ਹੋਈ ਇਹਨਾਂ ਨੇ, ਜੇ ਇਹਨਾਂ ਨੂੰ ਲੱਗਦਾ ਮੇਰੇ 'ਤੇ FIR ਦਰਜ ਕਰਾਉਣ। ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਵਿੰਦਰ ਦੁਸਾਂਝ ਅਤੇ ਪੰਜਾਬੀ TV ਗੱਲ ਪੰਜਾਬ ਦੀ ਦੇ ਵਿੱਚ ਸ਼ਖਸੀਅਤ ਪ੍ਰੋਗਰਾਮ ਲੈ ਕੇ ਇੱਕ ਵਾਰੀ ਫਿਰ ਤੁਹਾਡੇ ਰੂਬਰੂ ਹੋਇਆ।
असी हर वारी किसी ना किसी ऐसी परसनैलिटी नू मिलते हैं, ऐसी शख्सियत नू मिलते हैं जिदा कद दूजे लोगों के नालों बहुत उच्चे तक उपर तक उठ के होंदा है। ते अज जिहड़ी परसनैलिटी कोल, जिहड़ी शख्सियत कोल आए हैं, उन्होंने राजनीतिक खेत्र दे विच अपना कद ज़िले दे विच ही नहीं स्टेट लेवल तक इन्ना कु उपर उठा लिया कि जदों शुरुआत हुई सी तां लोकी कहिंदे सी कि भी इन्हें आके की करना, पर जिद्दां जिद्दां टाइम बीतिया तो इन्ना क उन्होंने कद अपना उस लेवल तक लै गए कि स्टेट लेवल तक उन्होंने नाम चलन लग गया। तो मैं गल कराने जा रहा जी ताडी लुधियाना यूथ अकाली दल के प्रेजिडेंट गुरदीप सिंह गोशा जी नाल। मेरे नाल बैठे ने गुरदीप जी, सब तो पहला स्वागत है जी। सत श्री अकाल दुसांझ साहब, पंजाबी टीवी के सारे स्रोतियों का मैं बहुत बहुत धन्यवाद करदा, तो उम्मीद करदा ये चैनल हमेशा चढ़ती कला च रहेगा। गुरदीप जी, जिस तरह का इस टाइम दौर चल रहा पंजाब दी राजनीति दी गल तो ही आप शुरुआत करते हैं, क्योंकि इस टाइम पंजाब दी राजनीति दे विच इक्को मसला जिहड़ा सब तो ज़्यादा पखिया होया है वह शराब का, नकली शराब का मसला किद्दां देख रहे हो तुसीं? देखो, एक बड़ी माड़ी घटना हुई है। नकली शराब की गल की जाए भी इस तो पहला एक मुद्दा बनिया क्यों? क्योंकि पहला तो कैप्टन अमरिंदर सिंह जी ने तुहानूं याद होना चोणां तो पहला दसम पातशाह दे चरणां दी सहुं खाधी सी, उच्च गया सी मैं नशा खत्म कर दूंगा। नशा खत्म की होना लॉकडाउन के जो लोग महामारी के नाल त्रासदी हुई हुई सी, सारे की लोग घर बंद बैठे से, उदो इन्होंने सेंटर सरकार तो ठेके खोलन की मंजूरी मंगी, उदो बड़ा धक्का लगा सीगा। तो धक्का लगा तो तुसी उहदा धक्का की हुण उहदा सिट्टा की निकलिया, नकली शराबा विकन लग पिया लोग, मतलब कि हुंदा की है जिद्दां दा साडा राजा होवे ना पंजाब दे, क्योंकि सीएम राजा ही गिणा जांदा, जिद्दां दा राजा होवे उद्दां दी प्रजा हो जांदी है। तो वह हालात की बने, इस तो पहला याद होना लॉकडाउन के असी राजपुरे लुधियाना खन्ना बलाचौर के असी रौला पाया सी, इन्हां दी डिस्टिलरी फड़ी गई सी, नकली शराब की फैक्टरी फड़ी गई सी, कांग्रेस के कुछ नुमाइंदे भी फड़े गए, असी रौला बड़ा पाया भी ये नाल मौतां हो सकदियां, पर सरकार नहीं जागी। सरकार क्यों नहीं जागी? सरकार मेरे ख्याल अन्नी बोली गूंगी बहरी हो चुकी है, उन्होंने कुछ दिखता नहीं। तो फिर वो सिट्टे गंभीर निकले, 115-120 के करीब बंदे मर चुके हैं, तो 300 किन्ने के करीब घर बैठे जहरीली शराब पी के, उन्हों का परमात्मा करे भी जल्दी स्वस्थ हो जाए, पर ये जिम्मेवार कौन है? जे समय से जागे होंगे, समय से कार्रवाई की होंगी, क्योंकि इस तो पहला भी एक SIT बनी सी, जे समय से कार्रवाई की होंगी तो हालात ना बढ़ते। तो ये महकमा कि कोल है? ये महकमा कैप्टन अमरिंदर सिंह जी को है, उसी बड़ा रौला पाया, फिर उन्होंने आना पै गया। देखो सरसी तो अपने काम च कामयाब होंगे कि उन्होंने महलों के फार्म हाउस क्ढन के असं कामयाब हो गए, पर उदों तक लड़ते रहेंगे जब तक पंजाब की जवानी असं बचा नहीं लेंगे। कैप्टन साहब तक तुसी इन्नी अप्रोच की, इन्ना रौला पाया, तुसी कहने कि उन्होंने महलों चो बाप निकलना पाया, पर साढ़े लुधियाने शहर दे एक मंत्री, उन्होंने नाम उछलिया इस मामले दे विच, उन्होंने बारे की कहना चाहते? देखो, उन्होंने नाम उछलन का कारण है क्योंकि उन्होंने बनाया हुआ ब्रदर अपना, चलो बचपन के कट्ठे है, वो अपने वो फादर साहब न ताए जी भी कहते, मेरे ताए जी का बेटा, उदी वो जी कैमिकल गया है, सारा कैमिकल वो तो चला गया, किदा कैमिकल इन्ना व्डा ड्रमा दे ड्रम कैमिकल चला कि गया, तो फिर मंत्री साहब का नाम तो बच्चे आऊगा ना, तो फिर होगा भी उसकी पावर के हिसाब न चीज़ा चले गई, तो मंत्री साहब न बचाने के लगे हुए, तो मैं समझता इदा बचाया नहीं जाना। तुम उस परिवार के जाके देखो, जिस परिवार का जी चला गया तो मंत्री जी सोचण कि अज आप इदा बचा लाँगे, तो इदा नहीं बचाया जाता। हाँ चलो, मान लो कानूनी तौर पर आप बचा लिया, अपनी पावर का मिसयूज़ कर लिया, तो की परमात्मा की कचहरी नहीं है? कि परमात्मा की कचहरी जो आप बच जाएंगे? बचिया नहीं जाना। मैं लोगों को कहूँगा शराब पीनी नहीं चाहिए वैसे तो, पर अपने ना एक अपने कल्चर के कला पंजाब नहीं समुची दुनिया के एक यहोजी चीज़ बढ़ चुकी है। तो जिहड़े नकली शराब विकदी क्यों है, इहदा भी एक बड़ा वड्डा सवाल है, वह क्यों उस सस्ती बगैर टैक्स तो शराब हुंदी है, वो जिहड़ा गरीब बंदा हुंदा, क्योंकि इस टाइम इन्ना कु माड़े हालात है कि गरीब बंदा 10-20 रुपए की वो पैकेट छोटे खरीद लैंदा, तो उहनूं ये नहीं देखता भी इहदा सिट्टा की निकलूगा, क्योंकि उहदा पैमाना तो कोई हुंदा नहीं नकली शराब का, क्योंकि बनी तो सारी स्पिरिट तो हुंदी है, कैमिकलों तो बनी हुंदी है, तो उहदा सिट्टा। पर सरकार ये चीज़ों से जागे, सरकार लोगों को अवेयरनैस दे, नशे छुड़ाउण दे विच अवेयरनैस दे, पार्टीबाजी के उपर उठ के ना इहनूं सिर्फ पोलीटिकल मुद्दा लोगों ने बना लिया, नशे नशा पोलीटिकल मुद्दा नहीं। नशे की गल करदे, नशे लोगों को अवेयर करने वास्ते काफ़ी देर तुहानूं पिछे जे लोग कहन भी लगते कि दुध वाला लीडर भी तुसीं, वह भी बड़ी मुहिम चलाई। देखो मैं तुहानूं दस्सिया भी जिद्दां पहलां इन्हां ने परमिशन मंगी सी सेंटर सरकार तो, जदों सारा कुछ बंद सी, तो इन्हां ने शराब के ठेके खोलण की गल की, फिर जिहड़े कंटेनमेंट जोड़ बनाए होंदे जिथे लोग बाहर नहीं निकलते उत्थे भी इन्हां ने ठेके खोल दिते,
तो मैं बड़ा दुख लग्या। तो मैं सोचा भी देखो मेरा अपना विरोध करने का एक तरीका, तो मैं लग्या भी कोई चीज़ यहोजी करनी चाहिए। फिर असं दुध का ठेका जो शराब के ठेके बाहर लाया, वो लोगों ने अपील की, करोड़ों अरबों बंद ने उस गल एप्रीशिएट किया, हर न्यूज़ के सुर्खियां बनिया। वह कारण की सी, क्योंकि चीज़ सी, क्योंकि पंजाब हमेशा चढ़ती कला का प्रतीक मनिया गया। जे पंज दरियावां दी धरती सी, चलो ठीक है अज पंज दरिया नहीं रहे, पर हमेशा पंजाबियों नूं जिहड़े मर्जी मोर्चे देख लो हर जगह के सामने ते रहे है सेवा करन। जे लॉकडाउन दे विच साए असीं मिडल परिवार पीसे गए हैं, पर मिडल परिवार बंद नहीं होया सेवा करन, सेवा करी जा रहा, अज तक सेवा करी जा रहा। तो वो मेरा दुख से, मैं दुख करन दा इक तरीका सी, तरीका कारागर होया सारी दुनिया के गल एप्रीशिएट। तो इस गल के उत्ते कहते घर घर शराब पहुँचानी है, तो फिर इन्हों फैसला वापस लेना पै गया। असं अपनी लड़ाई जीते हैं, तो लड़ाई जितने का एक तरीका मेरे हिसाब से सारे इदा कुछ ना कुछ करना चाहिए, सोचना चाहिए, जो चंगा सोचेंगे तो चंगा रिजल्ट आएगा। जी जी, एक चीज़ मैं होर पूछना चाहता जी, जदों हुण इन्ना लंबा समा हो गया सरकार आई नूं, कांग्रेस की जिहड़ी सरकार चलदी पई, तुसीं सत्ता तो बाहर बैठे हो, तुहानूं लगता कि इन बिटवीन बड़ा कुछ होया तुहाडे नाल, इह धक्केशाही कित्थे तक जायज़ सी, किद्दां दी धक्केशाही होई तुहाडे नाल? मैं एक चीज़ की गल करदा भी जो मैं कोई विरोध करदा, देखो जो तो कोई माड़ी चीज़ होगी वह विरोध करना साड़ा फर्ज है, असी विरोध करांगे, पर विरोध करने वाले तो परचे दर्ज करने, ये कितना कुछ जायज़ है? यदा मतलब कि ये चाहती सरकार ये चाहती है कि विरोध ना किया जाए, भी साड़िया कमियां ना दिखाई जा। तो फिर मैं समझता भी जे ये सोच के गल करांगे तो फिर गुरु नानक साहब नूं भी जेल च जाना पिया, राम जी नूं भी बड़े धक्के सहने पे सीगे, बनवास कट्टना पै गया, फिर कृष्ण महाराज भी जेल दे विच होए सीगे। तो धक्के तो हर बंदे ने होंदे, जे फिर ये सोच के भगत सिंह वर्गे जे ये सोच लैंदे फिर देश आजाद ना होंदा। करतार सिंह राजीव गांधी वाला मसला सी, चाहे वो इस तों इलावा पिछे एक बिल्डिंग नूं तोड़न दा भी मसला सीगा, वो धक्का तां समझ आया, पर DMC वाला धक्का किदां लग्गिया तुहानूं? देखो लोग मर रहे थे, लोग मर रहे थे जिन्हों बैड नहीं मिल रहा, मेरे को एक नहीं दो नहीं अठ दस मसले मेरे आमने सामने दिखन लग पे, तीन तो बंदे वो सी जिन्हें नाम ही बाहर आ गए। तो मैं DMC दे जड़े उच्च अधिकारी जड़े मेन है उन्होंने उन्होंने गल की भी यह गलत हो रहा, पर उन्होंने आनाकानी की उस गल, उन्होंने कहते असी की करिए जी, फिर असी की करिए, फिर असी तो कुछ करांगे। फिर विरोधता तक असी बड़ा पैमाना भी ठीक रखा है, क्योंकि जो कोविड के करके इन्होंने गल्लां कीतियां होईयां, असी सोशल डिस्टेंसिंग भी मेनटेन की, सब कुछ किया, पर उहदे बावजूद धक्का। तो मैं समझदा मैं कामयाब होया, एक परचा दर्ज करता, परचा दर्ज ना कुछ नहीं हुंदा, लोगों की आवाज़ बनना साडा फर्ज है, तो वो आवाज़ जीती है, असी उस गल उस भी लड़ाई जीती। लड़ाई कितना जीती है? MP साहब बिट्टू जी जिहड़े आप लॉकडाउन के दिखे नहीं, गैप ही सके, एकदम प्रगट हो गए, तो कहें भी प्रगट हो गए, कहें भी मैं ताले लवा दूँ हस्पतालों जेदे बैड नहीं हो गए, यदा मतलब साड़ी आवाज़ है। लड़ाई उन्होंने ले ली ना, हुण लड़नगे, आने वाले टाइम से लड़ना पऊगा उन्होंने। फिर कमिश्नर साहब नूं भी अगले दिन कहना पै गया कि डॉक्टर अपनी वो तुहानूं याद रखण, जिहड़ी कसम खांदे डॉक्टरां दा एक फर्ज हुंदा वी, जदों कसम खांदे उच्च कहा जांदा कि असी किसी मरीज़ नूं मरन नहीं देंगे, अपने टिल तक जोर लावांगे। तो फिर मरण क्यों दे रहे थे? फिर कमिश्नर साहब ने, फिर DC साहब ने हुण बैडां दा कटता भी, इन्ने बैड इत्थे आ गए, इन्ने बैड गए, हुण इह तां उन्होंने तत देते, पर असलीयत कुछ होर है। हुण असलीयत असीं देखांगे जदों सानूं लगेगा किसी ना, फिर दोबारा कोई बैड मिलन ना मिलन करके जे मर रहा, तो फिर असीं आवाज़ फिर बुलंद करांगे। एक परचा छड़ के 10 परचे कर दें, मेरी आवाज़ नहीं दब सकते, मैं लोगों की आवाज़ हाँ, मैं अपनी आवाज़ नहीं, मैनूं लोग सोचते भी आइडिया आते कितों आ, आ दुध का लाया या हस्पताल के बाहर मेरा अवार्ड उन्होंने दिता, आइडिए लोग देंगे, लोग जो दसते हैं तो फिर साडा दिल करता काम करनू, मेरी अपनी आवाज़ नहीं गई, मैं भी अपना परिवार के नाल अपनी लाइफ बड़े वधिया स्मूथली चला सकता, मेरे भी बच्चे है, मेरा भी दिल करता मैं अपने परिवार नाल समय बतीत करा, मेरे बच्चों नू भी लगता कि मेरे पापा नू साडे नाल टाइम बतीत करना चाहिए, पर मेरे हिसाब नाल मेरे पंजाब दे सारा जिहड़ा पंजाब आ, मेरे अपने भरा भैण है बच्चे है सारा अपना परिवार है, तो मेरा फर्ज बनता फिर सारे परिवार नू देखा। लुधियाने शहर की आप गल करिए, क्योंकि जिले की नुमाइंदगी करते हो, कुछ इदा के भी लीडर ने, कुछ इदा के भी नेता ने इत्थे जिहड़े कहिंदे कि गुरदीप सिंह गोशा ही क्यों एक्टिव है, रीज़न ये है कि गुरदीप सिंह गोशा सिर्फ तो सिर्फ फेम चाहता, अखबारी लीडर है, क्योंकि बाकी इन्हां दी पार्टी दे सारे सुत्ते पे ने, उहदे बारे की कहोगे? नहीं, मैं ये नहीं कह सकता सारे सुत्ते पे, बड़े बंदे अपने अपने तौर पर काम कर रहे, पर जे मैं कईयां नूं लगता कि गोशा ही क्यों अगे है, फिर बाकी भी अगे आ जाण, फिर तो सवाल ही मुक गया, फिर उन्होंने भी चाहिए अगे आन, क्यों नहीं? वह कहने अखबारी लीडर है, अखबारों के सुर्खियों के रहना चाहता, अखबारों के सुर्खियाँ एवं तो नहीं बनदियाँ, तुम भी दसान साहब सारी उम्र ही आप पत्रकारी की है कि एवं सुर्खी तुम किसी बना दोगे? काम करने वाले की हमेशा सुर्खी बनती है, काम करके दिखाओ ना। असी तो लड़ाई, असी दुकानदार की लड़ाई जीती, तिरंगा मार्च कटिया दुकाना खोलनिया पै गया, असी जिम वाले के उत्ते प्रदर्शन किया जिम खोलने पै गए, जे असी शराब के उत्ते प्रदर्शन किया तो उन्होंने जी होम डिलीवरी बंद करनी पैगी, जे हस्पतालों की लड़ाई की तो वह भी असी जीती, असं तो लड़ाइया
ਲੜਾਈਆਂ ਜਿੱਤ ਰਹੇ ਹਾਂ। ਜੇ ਅਸੀਂ ਲੋਕ ਹੁਣ ਸੜਕਾਂ ਦੀਆਂ ਲੜਾਈਆਂ ਤਾਂ ਹੁਣ ਭੱਜੇ ਫਿਰਦੀ ਆ, ਕਾਰਪੋਰੇਸ਼ਨ ਵੀ ਕਿਸੇ ਤਰੀਕੇ ਕੋਈ ਕੰਮ ਕਰੀਏ, ਫਿਰ ਜੇ ਅਸੀਂ ਲੜਾਈ ਜਿੱਤ ਰਹੇ ਹਾਂ ਤਾਂ ਫਿਰ ਅਸੀਂ ਜਿੱਤੇ ਵੀ ਲੜਾਈ ਨੂੰ ਇਹ ਨਹੀਂ ਕਹਿ ਸਕਦੇ ਵੀ ਅਸੀਂ ਡਰਾਮੇ ਕਰਦੇ। ਫਿਰ ਜੇ ਇਹਨਾਂ ਨੂੰ ਉਹਨਾਂ ਨੂੰ ਲੱਗਦਾ ਕਿ ਅਸੀਂ ਫੇਮ ਲਈ ਕੰਮ ਕਰਦੇ, ਫਿਰ ਉਹ ਵੀ ਫੇਮ ਲਈ ਕੰਮ ਕਰਨ, ਫਿਰ ਕਿਉਂ ਨਹੀਂ ਕਰਦੇ ਫੇਮ ਲਈ ਕੰਮ? ਫਿਰ ਇਹ ਮੈਂ ਜੇ ਇਸ ਫੀਲਡ ਦੇ ਵਿੱਚ ਆਇਆ ਤਾਂ ਫਿਰ ਫੇਮ ਤਾਂ ਆਪਣੇ ਆਪ ਹੀ ਆਊਗਾ, ਜਦੋਂ ਕੰਮ ਕਰਾਂਗੇ ਤਾਂ ਦਿਖੇਗਾ, ਜੇ ਕੰਮ ਨਹੀਂ ਕਰਾਂਗੇ ਤਾਂ ਨਹੀਂ ਦਿਖੇਗਾ। ਕਾਰਪੋਰੇਸ਼ਨ ਦੀ ਵਿੱਚ ਤੁਸੀਂ ਗੱਲ ਕੀਤੀ, ਕਾਰਪੋਰੇਸ਼ਨ ਦੀ ਗੱਲ ਕਰੀਏ, ਲੁਧਿਆਣੇ ਦੇ ਇੱਦਾਂ ਦੇ ਕਈ ਮਸਲੇ ਨੇ ਜਿਹੜੇ ਕਾਰਪੋਰੇਸ਼ਨ ਨਾਲ ਰਿਲੇਟਡ ਨੇ, ਪਰ ਉਹ ਕਈ ਸਾਲਾਂ ਤੋਂ ਲਟਕਦੇ ਪਏ ਨੇ। ਕਈ ਇਸ਼ੂ ਨੇ, ਚਾਹੇ ਉਹ ਜਗਰਾਉਂ ਵਾਲਾ ਪੁੱਲ ਹੋਵੇ, ਬੁੱਢੇ ਦਰਿਆ ਵਾਲਾ ਹੋਵੇ, ਕਈ ਹੋਰ ਇਸ ਤੋਂ ਬਾਅਦ ਸੜਕਾਂ ਦਾ ਮਾਮਲਾ ਹੋਵੇ, ਉਹਨਾਂ ਦੇ ਬਾਰੇ ਕਿੱਦਾਂ ਦੇਖਦੇ ਹੋ ਤੁਸੀਂ? ਕਿੱਦਾਂ ਦੀ ਜੋ ਹੁਣ ਮੌਜੂਦਾ ਸਾਡੇ ਕਾਰਪੋਰੇਸ਼ਨ ਦੇ ਮੇਅਰ ਨੇ ਉਹਨਾਂ ਦੀ ਐਕਟੀਵਿਟੀ, ਜਾਂ ਜਿਹੜੇ ਸਾਡੇ ਇਸ ਟਾਈਮ ਜਿਹੜੇ ਸਿਟੀ ਦੇ ਵਿੱਚ MLA ਨੇ ਉਹਨਾਂ ਦੀ ਐਕਟੀਵਿਟੀ, ਜਾਂ ਜਿਹੜੇ ਇੱਥੇ ਦੇ ਮਿਨਿਸਟਰ ਨੇ ਉਹਨਾਂ ਦੀ ਐਕਟੀਵਿਟੀ? ਦੇਖੋ, ਪਿਛਲੀ ਵਾਰੀ ਤੁਹਾਨੂੰ ਯਾਦ ਹੋਣਾ ਇੱਕ ਸਮਾਰਟ ਸਿਟੀ ਦੀ ਚੱਲੀ ਸੀਗੀ, ਅਤੇ ਲੁਧਿਆਣਾ ਸਮਾਰਟ ਸਿਟੀ ਦੇ ਵਿੱਚ ਆਇਆ ਸੀਗਾ, ਕਰੋੜਾਂ ਅਰਬਾਂ ਰੁਪਏ ਦੇ ਫੰਡ ਇੱਥੇ ਰਿਲੀਜ਼ ਹੋ ਗਏ, ਪਰ ਆਪਾਂ ਕੰਮ ਕਰ ਨਹੀਂ ਪਾਏ। ਜਦੋਂ ਮਾੜੀ ਜਿਹੀ ਬਰਸਾਤ ਹੁੰਦੀ ਹੈ ਤਾਂ ਸ਼ਹਿਰ ਤਕਰੀਬਨ ਡੁੱਬ ਜਾਂਦਾ, ਅਤੇ ਉਹ ਜਦੋਂ ਕੋਈ ਸਵਾਲ ਪਾਇਆ ਜਾਂਦਾ ਕਹਿੰਦੇ ਜੀ ਅਕਾਲੀ ਸਰਕਾਰ ਵੇਲੇ ਵੀ ਇੱਦਾਂ ਹੀ ਸੀਗਾ। ਯਾਰ ਇਹ ਕੋਈ ਜਵਾਬ ਥੋੜ੍ਹਾ ਆ ਵੀ ਜੇ ਸਾਡੇ ਵੇਲੇ ਇੱਦਾਂ ਸੀ ਅਤੇ ਅੱਜ ਵੀ ਇੱਦਾਂ ਹੀ ਹੈ, ਅਤੇ ਫਿਰ ਇਹਦਾ ਮਤਲਬ ਤੁਸੀਂ ਅੱਗੇ ਨਿਕਲੇ ਹੀ ਨਹੀਂ, ਤੁਸੀਂ ਤਾਂ ਇੱਕ ਵੀ ਨਹੀਂ ਲਿਖਿਆ ਇਹਦਾ ਮਤਲਬ। ਇਹ ਚੀਜ਼ਾਂ ਸੋਚਣੀਆਂ ਚਾਹੀਦੀਆਂ ਸ਼ਹਿਰ ਦੀਆਂ ਬੜੀਆਂ। ਇੱਕ ਆ ਸਭ ਨਾਲ ਵੱਡੀ ਪ੍ਰੋਬਲਮ ਹੈ ਵੀ ਪਾਣੀ ਭਰ ਜਾਂਦਾ, ਸੀਵਰੇਜ ਜਾਮ ਹੋ ਜਾਂਦੇ ਆ, ਉਹਦਾ ਕਾਰਨ ਕੀ? ਹੁਣ ਮੈਂ ਤੁਹਾਨੂੰ ਦੱਸਣਾ, ਹੁਣ ਅੱਗੇ ਨਾਲ ਪਾਣੀ ਵਧਣ ਕਿਉਂ ਲੱਗ ਗਿਆ? ਕਿਉਂਕਿ ਕਾਰਪੋਰੇਸ਼ਨ ਦੀ ਜਦੋਂ ਇਲੈਕਸ਼ਨ ਸੀਗੀ, ਇਹਨਾਂ ਨੇ ਆਨੰਦ ਫਾਨਰ 'ਚ 1500 ਜਿਹੜੀਆਂ ਗੈਰ ਕਾਨੂੰਨੀ ਕਲੋਨੀਆਂ ਜਿਹੜੀਆਂ ਸਾਈਡਾਂ 'ਤੇ ਬਣੀਆਂ ਸੀਗੀਆਂ ਸ਼ਹਿਰ ਦੇ ਬਾਹਰ, ਉਹ ਸਾਰਿਆਂ ਦੇ ਸੀਵਰੇਜ ਨਾਲ ਜੋੜਤੇ, ਜਦਕਿ ਉਹਨੂੰ ਸੀਵਰੇਜ ਨੂੰ ਵੱਡਾ ਨਹੀਂ ਕੀਤਾ। ਇਹਨਾਂ ਨੂੰ ਚਾਹੀਦਾ ਸੀ, ਉਹਨਾਂ ਨੇ ਸਿਰਫ ਵੋਟਾਂ ਦੀ ਰਾਜਨੀਤੀ ਕੀਤੀ। ਅੱਜ ਵੋਟਾਂ ਦੀ ਰਾਜ, ਠੀਕ ਹੈ ਉਹਨਾਂ ਨੂੰ ਵੀ ਸੀਵਰੇਜ ਚਾਹੀਦਾ ਸੀ, ਨਹੀਂ ਕਹਿੰਦੇ ਵੀ ਨਹੀਂ ਚਾਹੀਦਾ, ਬਟ ਉਹਦੀ ਪਲੈਨਿੰਗ ਤਾਂ ਚਾਹੀਦੀ ਸੀ ਨਾ, ਸੀਵਰੇਜ ਵੱਡਾ ਕਰ ਲੈਂਦੇ ਅਤੇ ਸੀਵਰੇਜ ਵੱਡੇ ਨਹੀਂ ਕਿਉਂ? ਜੇ ਆਪਾਂ ਉੱਥੇ ਲਿਪਸਟਿਕ ਬਿੰਦੀ ਆਪਣੇ ਪਾਊਡਰ ਮੂੰਹ 'ਤੇ ਲਾਈ ਜਾਈਏ, ਆਪਣੇ ਪਾਊਡਰ ਨੂੰ ਚਮਕਾਈਏ, ਇੰਟਰਨਲੀ ਆਪਾਂ ਕਮਜ਼ੋਰ ਹੋਈਏ, ਖਾਈਏ ਕੁਛ ਨਾ, ਅਤੇ ਫਿਰ ਉਹ ਕਿੰਨੀ ਕੁ ਦੇਰ ਚਿੱਟਾ ਰਹਿ ਜੂਗਾ? ਉਹ ਤਾਂ ਕਾਲਾ ਦਾ ਆਪੇ ਆਪਣੇ ਸਰੀਰ ਅੰਦਰ ਸੁੱਕਣ ਦਾ ਲੱਭ ਹੋਏਗਾ। ਇਸ ਕਰਕੇ ਸਭ ਤੋਂ ਪਹਿਲਾਂ ਇਹਨਾਂ ਨੂੰ ਚਾਹੀਦਾ ਸੀਗਾ ਸੀਵਰੇਜ ਸਿਸਟਮ ਬਹੁਤ ਵੈਲ ਪਲੈਨ ਕਰਦੇ। ਸਮਾਰਟ ਸਿਟੀ ਦਾ ਐਡਾ ਵੱਡਾ ਪੈਸਾ ਹੈ, ਸਮਾਰਟ ਸਿਟੀ ਦਾ ਪੈਸਾ ਇਕੱਲੀ ਲਈ ਰਵੇਲੀ ਬਣਾ ਕੇ ਜਾਂ ਘੰਟਾ ਘਰ ਚੌਂਕ ਦੀ 4 ਲਾਈਟਾਂ ਲਾ ਕੇ ਨਹੀਂ ਚੱਲਣਾ। ਇਹਨਾਂ ਨੂੰ ਚੰਗਾ ਕੰਮ ਹੈ, ਮੈਂ ਨਹੀਂ ਕਹਿੰਦਾ ਲਈ ਰਵੇਲੀ ਬਣਨੀ ਮਾੜੀ ਕੰਮ ਹੈ ਜਾਂ ਘੰਟਾ ਘਰ ਦੇ ਲਾਈਟਾਂ ਨਹੀਂ, ਬਿਲਕੁਲ ਲੱਗਣੀਆਂ ਚਾਹੀਦੀਆਂ। ਪਰ ਉਸ ਤੋਂ ਪਹਿਲਾਂ ਅੱਜ ਕੋਵਿਡ ਦੀ ਲੜਾਈ ਚੱਲ ਰਹੀ ਹੈ, ਅੱਜ ਇਸ ਲੜਾਈ ਤੋਂ ਜਿੱਤਣ ਵਾਸਤੇ ਪਹਿਲਾਂ ਹੈਲਥ ਸਿਸਟਮ ਸਹੀ ਕਰਨਾ ਚਾਹੀਦਾ ਸੀ। ਫਿਰ ਜਦੋਂ ਮੀਂਹ ਪਰ ਜਦੋਂ ਬਰਸਾਤਾਂ ਦੇ ਵਿੱਚ ਇਹ ਬਿਮਾਰੀ ਵੱਧ ਸਕਦੀ ਹੈ, ਜਿੱਦਾਂ ਇਹ ਡਰ ਕਹਿੰਦੇ ਵੱਧਦੀ ਹੈ ਬਿਮਾਰੀ, ਅਤੇ ਜੇ ਉਹ ਪਤਾ ਬਰਸਾਤਾਂ 'ਚ ਵਧੇ ਤਾਂ ਫਿਰ ਉਹਦੇ ਸੀਵਰੇਜ ਸਿਸਟਮ ਤਾਂ ਸਹੀ ਕਰਾਉਂਦੇ, ਆਪਾਂ ਡਰੇਨ ਸਿਸਟਮ ਬਿਲਕੁਲ ਠੀਕ ਹੋ ਜਾਵੇ ਸਾਡਾ। ਅਸੀਂ ਪਾਣੀ ਬੜੇ ਬੰਦੇ ਆਉਂਦੇ, ਲੀਡਰ ਆਉਂਦੇ ਆ, ਮੈਂ ਬੈਂਸ ਬ੍ਰਦਰ ਦੀ ਵਿੱਚ ਗੱਲ ਕਰਨਾ, ਬੜੇ ਬੜਾ ਰੋਲ ਆ ਪਾਉਂਦੇ, SYL ਦਾ ਮੁੱਦੇ ਦੀ ਗੱਲ ਕਰਦੇ ਆ, ਪਾਣੀਆਂ ਦੇ ਰਾਖਿਆਂ ਦੀ ਗੱਲ ਕਰਦੇ ਆ। ਉਹ ਯਾਰ ਜਿਹੜਾ ਲੱਖਾਂ ਲੀਟਰ ਪਾਣੀ ਉੱਤੋਂ ਉੱਪਰੋਂ ਆ ਰਿਹਾ, ਜਿਹੜਾ ਅਸੀਂ ਬਿਲਕੁਲ ਉਹਨੂੰ ਪ੍ਰਜ਼ਰਵ ਕਰਕੇ ਵਰਤਿਆ ਜਾ ਸਕਦਾ, ਉਹਦੇ ਲਈ ਕਿਉਂ ਨਹੀਂ ਆਵਾਜ਼ ਉਠਾਉਂਦੇ? ਸਿਰਫ ਇਹ ਇੱਕ ਸਿਰਫ ਪੋਲੀਟੀਕਲ ਸਟੰਟ ਨਹੀਂ ਹੋਣਾ ਚਾਹੀਦਾ, ਇਹਨੂੰ ਪ੍ਰੈਕਟੀਕਲ। ਮੈਂ ਅੱਜ ਵੀ ਕਹਿ ਦਿੰਦਾ, ਜਿਹੜੇ 3-4 ਮੁੱਦੇ ਵੱਡੇ ਮੁੱਦੇ ਆ, ਚਾਹੇ ਪਾਣੀ ਦਾ ਮੁੱਦਾ ਆ, ਚਾਹੇ ਨਸ਼ੇ ਦਾ ਮੁੱਦਾ, ਇਹਦੇ ਲਈ ਸਰਵ ਪਾਰਟੀ ਦੀਆਂ ਮੀਟਿੰਗਾਂ ਹੋਣੀਆਂ ਚਾਹੀਦੀਆਂ, ਇਕੱਲੀਆਂ ਉੱਪਰਲੀ ਉੱਪਰਲੇ ਬੰਦਿਆਂ ਦੇ ਨਹੀਂ, ਥੱਲੜੇ ਲੋਕਲ ਲੈਵਲ 'ਤੇ ਵੀ ਮੀਟਿੰਗਾਂ ਹੋਣੀਆਂ ਚਾਹੀਦੀਆਂ, ਤਾਂ ਜੋ ਇਹਦਾ ਆਊਟਪੁੱਟ ਨਿਕਲ ਸਕੇ, ਸਿਰਫ ਬਿਆਨਬਾਜ਼ੀ ਤੱਕ ਨਹੀਂ ਸੀਮਤ ਰਹਿਣਾ ਚਾਹੀਦਾ। ਗੁਰਦੀਪ ਸਿੰਘ ਗੋਸ਼ਾ ਨੂੰ ਬੜਾ ਲੰਬਾ ਸਮਾਂ ਹੋ ਗਿਆ ਪਾਰਟੀ ਦੀ ਸੇਵਾ ਕਰਦਿਆਂ ਨੂੰ, ਲੋਕਾਂ ਦੀ ਸੇਵਾ ਕਰਦਿਆਂ ਨੂੰ। ਗੁਰਦੀਪ ਸਿੰਘ ਗੋਸ਼ਾ ਦਾ ਟਾਰਗੇਟ ਕੀ ਹੈ? MLA ਬਣਨਾ, MP ਲਈ ਖੜਨਾ, ਕੀ ਸੋਚਿਆ? ਜਾਂਚ ਸਾਹਿਬ, ਇਹ ਨਾ ਮੈਨੂੰ ਸਵਾਲ ਤਕਰੀਬਨ ਪੈ ਜਾਂਦਾ, ਮੈਂ ਯਾਦ ਹੋਣਾ ਆਪਾਂ ਪੈਸੇ ਇੰਟਰਵਿਊ ਕੀਤੀ ਸੀ, ਮੈਂ ਉਦੋਂ ਗੱਲ ਕਿਹਾ ਸੀ ਨਾ ਅੱਕਾਂਗੇ ਨਾ ਥੱਕਾਂਗੇ ਨਾ ਝੁਕਾਂਗੇ, ਅਤੇ ਅੱਜ ਵੀ ਉੱਦਾਂ ਹੀ ਹੈ, ਫਰਕ ਤਾਂ ਨਹੀਂ ਪਿਆ। ਅੱਜ ਤੁਸੀਂ ਮੈਨੂੰ ਮੇਰੇ ਖਿਆਲ ਬਹੁਤ ਪੁਰਾਣੇ ਟਾਈਮ ਤੋਂ ਜਾਣਦੇ, 17-18 ਸਾਲ ਤੋਂ ਜਾਣਦੇ ਹੋ, ਵੀ ਕਿਸੇ ਦਿਨ ਵੀ ਦੇਖਿਆ ਵੀ ਗੋਸ਼ਾ ਆਰਾਮ ਨਾਲ ਬਹਿ ਗਿਆ ਹੋਵੇ ਘਰ? ਗੋਸ਼ੇ ਦਾ ਟਾਰਗੇਟ ਕੋਈ MLA ਬਣਨਾ, MP ਬਣਨਾ ਨਹੀਂ ਹੈਗਾ, ਉਹ ਅਲੱਗ ਚੀਜ਼ਾਂ, ਉਹ ਪਾਰਟੀ ਦੇ ਮਸਲੇ ਆ। ਪਾਰਟੀ ਜਿਹਨੂੰ, ਕਿਉਂਕਿ ਜਮਾਤ ਕਰਾਮਤ ਹੁੰਦੀ, ਜਮਾਤ ਜਿਹਨੂੰ ਅੱਗੇ ਕਰੇਗੀ ਉਹ ਲੜੇਗਾ। ਮੇਰੇ ਅੱਗੇ ਜੇ ਕੋਈ ਵੀ, ਮੈਂ ਅੱਜ 55 ਕੋਈ ਇਲੈਕਸ਼ਨਾਂ ਦੇ ਵਿੱਚ ਭਾਗ ਲੈ ਚੁੱਕਾ, ਮਤਲਬ ਲੋਕਾਂ ਦੀ ਸਪੋਰਟ ਕਰ ਚੁੱਕਾ, ਜਿੱਥੇ ਜਿੱਥੇ ਮੇਰੀ ਡਿਊਟੀ ਲੱਗੀ, ਚਾਹੇ ਸ਼ਹਿਰ 'ਚ ਲੱਗੀ ਹੈ, ਚਾਹੇ ਸਟੇਟ 'ਚ ਲੱਗੀ, ਚਾਹੇ ਸਟੇਟ ਤੋਂ ਬਾਹਰ ਲੱਗੀ ਹੈ, ਮੈਂ ਹਰ ਜਗ੍ਹਾ 'ਤੇ ਗਿਆ। ਮੈਨੂੰ ਸ਼ੌਂਕ ਹੈ, ਇੱਕ ਪੈਸ਼ਨ ਹੈ ਆਪਣੀਆਂ ਪ੍ਰਾਪਤੀਆਂ ਅੱਗੇ ਰੱਖਣ ਦੀਆਂ, ਅੱਗੋਂ ਵਿਜ਼ਨ ਰੱਖਣ ਦਾ। ਮੇਨ ਮੇਰਾ ਟਾਰਗੇਟ ਕੀ ਹੈ? ਦੇਖੋ, ਮੈਂ ਲੁਧਿਆਣੇ ਦਾ ਜੰਮਪਲ ਹਾਂ, ਮੈਂ ਇਹ ਚਾਹੁੰਦਾ ਵੀ ਲੁਧਿਆਣਾ ਸੱਚੀ ਮੁੱਚੀ ਸਮਾਰਟ ਸਿਟੀ ਬਣੇ ਜੀ, ਵੀ ਸੱਚੀ ਮੁੱਚੀ। ਜੇ ਅੱਜ ਨੌਜਵਾਨ ਬਾਹਰ ਕੋਈ ਭੱਜ ਰਿਹਾ, ਕੋਈ ਤਾਂ ਕਮੀ ਹੋ ਗਈ ਨਾ ਸਾਡੇ 'ਚ, ਜੋ ਕਮੀ ਨੂੰ ਦੂਰ ਕਿੰਨੇ ਕਰਨਾ? ਅਸੀਂ ਲੋਕ ਨੌਜਵਾਨਾਂ ਨੂੰ, ਮੈਂ ਤਾਂ ਕਿਤੇ ਕਹਿ ਦੇਣਾ ਵੀ ਨੌਜਵਾਨ ਵਾਕਈ ਇੱਥੇ ਨਾ ਰਹੋ, ਕਿਉਂਕਿ ਅੱਜ ਆਜ਼ਾਦੀ ਦੇ ਦਿਨ ਆ ਗਏ, ਰੋਜ਼ ਹਰ ਸਾਲ ਆਪਾਂ ਆਜ਼ਾਦੀ ਮਾਣਦੇ, ਗਣਤੰਤਰਤਾ ਦਿਵਸ ਮਾਣਦੇ ਹਾਂ, ਪਰ ਕੀ ਅਸੀਂ ਮਾਨਸਿਕ ਰੂਪ ਦੇ ਵਿੱਚ ਆਜ਼ਾਦ ਹੋ ਗਏ?
ਅਜੇ ਡੀ ਐਮ ਸੀ ਦੇ ਬਾਹਰ ਅਸੀਂ ਰੋਲਾ ਪਾਇਆ ਕਿ ਅਸੀਂ ਆਜ਼ਾਦੀ ਹੈਗੀ ਸੀ, ਪਰਚਾ ਕਿਉਂ ਦਰਜ ਕੀਤਾ ਫਿਰ ਆਜ਼ਾਦੀ ਸੀ ਤਾਂ? ਫਿਰ ਤਾਂ ਅੰਗਰੇਜ਼ਾਂ ਵਾਲੇ ਰੂਲ ਆ ਗਏ ਨਾ ਸੇਮ। ਇਹ ਰੂਲ ਚੇਂਜ ਕਰਨੇ ਪੈਣੇ ਹੈ। ਮੇਰਾ ਟਾਰਗੇਟ ਇੱਕੋ ਹੀ ਆ ਕਿ ਲੁਧਿਆਣਾ ਸੱਚੀ ਮੁੱਚੀ ਸਮਾਰਟ ਸਿਟੀ ਬਣੇ, ਬੁੱਢਾ ਨਾਲਾ ਸਾਫ਼ ਹੋਵੇ, ਸਾਰੇ ਫਲਾਈਓਵਰ ਬਣ ਜਾਣ, ਸੜਕਾਂ ਸਹੀ ਹੋ ਜਾਣ, ਸਾਡੇ ਡਰੇਨ ਸਿਸਟਮ ਸਹੀ ਹੋਣ, ਫਿਰ ਅਸੀਂ ਮੰਨਾਂਗੇ ਵੀ ਮੈਂ ਫਿਰ ਸੌਂਗਾ, ਮੈਨੂੰ ਚੰਗਾ ਲੱਗੂਗਾ ਕਿ ਮੈਨੂੰ ਹੁਣ ਸ਼ਾਂਤੀ ਹੈ ਯਾਰ, ਆਹ ਸ਼ਹਿਰ ਵਧੀਆ ਹੋ ਗਿਆ, ਫਿਰ ਹੁਣ ਕਿਸੇ ਹੋਰ ਲਈ ਲੜਾਈ ਲੜ ਲਈਏ। ਉਹ ਮੇਰਾ ਸ਼ਹਿਰ ਠੀਕ ਨਹੀਂ, ਆਪਾਂ ਦੂਜੇ ਸ਼ਹਿਰ ਜਾ ਕੇ ਮੈਂ ਲੜਾਈਆਂ ਲੜਨ ਲੱਗ ਪਾ, ਮੈਂ ਫਿਰ ਤਾਂ ਮੈਂ ਸਮਝਾਂਗਾ ਫਿਰ ਮੈਂ ਲੀਡਰੀ ਕਰ ਰਿਹਾ। ਮੈਂ ਲੀਡਰੀ ਨਹੀਂ ਕਰ ਰਿਹਾ, ਮੇਰਾ ਇੱਕ ਏਮ ਹੈ ਸੋਸ਼ਲ ਵਰਕਿੰਗ। ਮੈਂ ਅੱਜ ਵੀ ਸੋਸ਼ਲ ਵਰਕਿੰਗ ਕਰ ਰਿਹਾ, ਕੱਲ੍ਹ ਵੀ ਕਰੂੰਗਾ ਅਤੇ ਆਉਣ ਵਾਲੇ ਟਾਈਮ ਦੇ ਵਿੱਚ ਕਰੂੰਗਾ, ਕੋਸ਼ਿਸ਼ ਕਰਦਾ ਰਹੂੰਗਾ, ਬਾਕੀ ਪਰਮਾਤਮਾ ਦੇ ਹੱਥ। ਸਮਾਰਟ ਸਿਟੀ ਦੀ ਗੱਲ ਕਰਦੇ ਹਾਂ, ਜੇਕਰ ਸਮਾਰਟ ਸਿਟੀ ਦੇ ਤੌਰ 'ਤੇ ਇੱਕ ਹਲਕਾ ਤੁਹਾਨੂੰ ਦੇ ਦਿੱਤਾ ਜਾਵੇ ਪਾਰਟੀ ਦੀ ਨੁਮਾਇੰਦਗੀ ਵਾਸਤੇ, ਕਿ ਕਿਹਾ ਜਾਵੇ ਵੀ ਇਸ ਹਲਕੇ ਨੂੰ ਤੁਸੀਂ ਦੇਖਣਾ, ਇਹਨੂੰ ਸਮਾਰਟ ਕਰਨਾ, ਅਤੇ ਇੱਥੇ ਹਲਕੇ ਤੋਂ ਆਉਣ ਵਾਲੇ ਟਾਈਮ ਦੇ ਵਿੱਚ ਹੋ ਸਕਦਾ ਤੁਸੀਂ ਉੱਥੋਂ ਇਲੈਕਸ਼ਨ, ਕਿਹੜਾ ਹਲਕਾ ਸੋਚਦੇ ਹੋ? ਦੇਖੋ ਮੇਰਾ ਤਾਂ ਸਾਰਾ ਹਲਕਾ ਲੁਧਿਆਣਾ ਹੈ, ਮੇਰਾ ਸ਼ਹਿਰ ਦਾ ਮੈਂ ਪ੍ਰਧਾਨ ਹਾਂ, 6 ਸੀਟਾਂ ਦੇ ਵਿੱਚ ਸਾਡੇ ਕੋਲ ਸ਼ਹਿਰ ਦੀਆਂ ਪੈਂਦੀਆਂ, ਮੈਂ ਤਾਂ 6 ਦਾ 6 ਸੀਟਾਂ ਦੇ ਵਿੱਚ ਕੰਮ ਕਰਨ ਨੂੰ ਤਿਆਰ ਹਾਂ। ਪਰ ਹਰ ਵਾਰੀ ਟਾਰਗੇਟ ਜਦੋਂ ਵੀ ਹੁੰਦਾ ਹਲਕੇ ਦੀ ਗੱਲ ਹੁੰਦੀ, ਟਾਰਗੇਟ ਬੈਂਸ ਬ੍ਰਦਰਸ ਹੁੰਦੇ ਨੇ, ਉਹਦਾ ਕਾਰਨ ਸੁਣ ਲਓ ਕੀ ਹੈ। ਦੇਖੋ ਮੈਂ ਤਾਂ ਪਾਂਡੇ ਸਾਹਿਬ ਦੇ ਖਿਲਾਫ਼ ਵੀ ਪ੍ਰਦਰਸ਼ਨ ਕੀਤਾ, ਆਸ਼ੂ ਸਾਹਿਬ ਬੈਂਸਾਂ ਨੇ ਸਾਈਕਲ ਪੰਜਾਬ 'ਚ ਚਲਾਏ, ਤੁਸੀਂ ਉਹਨਾਂ ਦੇ ਹਲਕੇ 'ਚ ਸਾਈਕਲ ਚਲਾ। ਕਾਰਨ ਦੱਸ ਦੇਣਾ, ਇੱਕ ਬੰਦਾ ਕਹਿੰਦਾ ਕਿ ਜਦੋਂ MLA ਬਣਨਾ ਸੀ, ਕਹਿੰਦਾ ਸੀ ਸਾਨੂੰ ਦੋਨੋਂ ਭਰਾਵਾਂ ਨੂੰ MLA ਬਣਾ ਦਿਓ ਅਤੇ 115 MLA ਨੂੰ ਅਕਲ ਸਿਖਾ ਦਾਂਗੇ। ਹੁਣ ਆਪ ਅਕਲ ਭੁੱਲ ਗਏ ਜੀ। ਫਿਰ ਉਹ ਕਹਿੰਦੇ ਵੀ ਸਾਡੇ ਤੋਂ ਇਮਾਨਦਾਰ ਬੰਦਾ ਕੋਈ ਨਹੀਂ, ਸਾਰੇ ਬਾਕੀ ਚੋਰ ਹੈ। ਮੈਂ ਤਾਂ ਹੈਰਾਨ ਹੁੰਦਾ ਵੀ ਆਪਾਂ, ਗੁਰਬਾਣੀ ਕਹਿੰਦੀ ਅਵਰ ਉਪਦੇਸੇ ਆਪ ਨਾ ਕਰੇ, ਆਵਤ ਜਾਵਤ ਜਨਮੇ ਮਰੇ। ਜਿਹੜਾ ਆਪ ਮੰਨਦਾ ਨਹੀਂ ਤਾਂ ਦੂਜੇ ਨੂੰ ਉਪਦੇਸ਼ ਦਿੰਦਾ, ਇਹ ਉਹ ਵਾਲੇ ਬੰਦੇ ਆ। ਇਹ ਕਹਿੰਦੇ ਅਸੀਂ ਕ੍ਰਾਂਤੀਕਾਰੀ ਹਾਂ, ਕਿੱਥੋਂ ਦੇ ਕ੍ਰਾਂਤੀਕਾਰੀ? ਜਿਹਨਾਂ ਦੀ ਗਲੀ ਦੇ ਵਿੱਚ ਪਾਣੀ ਭਰਦਾ ਹੋਵੇ, ਗਲੀ ਟੁੱਟਦੀ ਹੋਵੇ, ਬਿਜਲੀ ਦੇ ਨਾਲ ਬੱਚਿਆਂ ਦੀਆਂ ਮੌਤਾਂ ਉੱਥੇ ਹੋ ਚੁੱਕੀਆਂ ਹਨ ਪਾਣੀ ਭਰਨ ਦੇ ਵਿੱਚ, ਲੋਕ ਤਰ੍ਹਾਂ ਤਰ੍ਹਾਂ ਕਰਦੇ ਹੋਣ, ਉੱਥੇ ਕਈ ਲੋਕਾਂ ਦੀਆਂ ਇਹੋ ਜਿਹੀਆਂ ਮੌਤਾਂ ਹੋ ਚੁੱਕੀਆਂ, ਜਿੱਥੇ ਉੱਥੇ ਹਸਪਤਾਲ ਨੇੜੇ ਨਹੀਂ ਹੈਗਾ, ਉੱਥੇ ਡਿਸਪੈਂਸਰੀ ਨੇੜੇ ਨਹੀਂ ਹੈਗੀ, ਉੱਥੇ ਕੋਈ, ਤੁਸੀਂ ਬੱਚਿਆਂ ਦੇਖੋ ਵੀ ਕਿੰਨੇ ਕਿੰਨੇ ਕਿਲੋਮੀਟਰਾਂ ਤੋਂ ਦੂਰ ਕਾਲਜ 'ਤੇ ਪੜ੍ਹਨ ਜਾਂਦੀਆਂ, ਕੋਈ ਇਹੋ ਜਿਹਾ ਸਕੂਲ ਨਹੀਂ, ਕੋਈ ਹੈਲਥ ਸਿਸਟਮ ਨਹੀਂ, ਫਿਰ ਉਹ ਕ੍ਰਾਂਤੀਕਾਰੀ ਕਾਹਦੇ ਹੋਏ? ਫਿਰ ਮੈਂ ਪਹਿਲਾਂ ਜਿੱਦਾਂ ਗੱਲ ਕੀਤੀ ਹੈ, ਪਹਿਲਾਂ ਇਹਨਾਂ ਨੂੰ ਤੋਂ ਜੇ ਦੋ ਭਰਾਵਾਂ ਨੂੰ ਮਿਲਿਆ ਸੀ, ਸਭ ਤੋਂ ਪਹਿਲਾਂ ਕੀ ਕਰਦੇ? ਆਪਣਾ ਹਲਕਾ ਸਵਾਰ ਲੈਂਦੇ, ਫਿਰ ਇਹਨਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਸੀ, ਲੋਕਾਂ ਨੇ ਆਪੇ ਹੱਥਾਂ 'ਚ ਚੱਕ ਲੈਣਾ ਸੀ ਅਤੇ ਉਹ ਹੁਣ ਕਰੀ ਜਾਂਦੇ ਜੀ ਬਾਹਰ ਜਾ ਕੇ। ਅਸੀਂ ਕੋਵਿਡ ਦੇ ਵਿੱਚ ਕਿਹਾ ਸੀ ਬਾਹਰ ਨਹੀਂ ਨਿਕਲੇ, ਤੁਸੀਂ ਲੋਕਾਂ ਦੀ ਸੇਵਾ ਨਹੀਂ ਕੀਤੀ, ਇਹ ਸਾਈਕਲ ਚਲਾਉਣ ਚਲੇ ਗਏ ਪੰਜਾਬ ਦੇ ਵਿੱਚ। ਮੈਂ ਤਾਂ ਹੈਰਾਨ ਹੋਇਆ, ਮੈਂ ਕਿਹਾ ਯਾਰ ਉੱਥੇ ਦੀਆਂ ਸਾਰੀਆਂ ਸੜਕਾਂ ਸਹੀ ਹੈ, ਇਹਨਾਂ ਦਾ ਟਾਇਰ ਪੰਚਰ ਵੀ ਨਹੀਂ ਹੋਇਆ, ਕੋਈ ਚੱਕਾ ਟੁੱਟਿਆ ਵੀ ਨਹੀਂ, ਸਾਡੇ ਟਾਇਰ ਵੀ ਪੰਚਰ ਹੋਏ, ਸਾਡੇ ਚੱਕੇ ਵੀ ਟੁੱਟੇ, ਇਹਨਾਂ ਦੇ ਹਲਕੇ 'ਚ ਕਿਉਂ ਟੁੱਟੇ ਜੇ ਹਾਲਾਤ ਮਾੜੇ ਆ? ਅਤੇ ਫਿਰ ਮੇਰਾ ਫਰਜ਼ ਬਣਦਾ ਵੀ ਜਿਹੜਾ ਆਪਣੇ ਆਪ ਨੂੰ ਜ਼ਿਆਦਾ ਇਮਾਨਦਾਰ ਸਾ, ਫਿਰ ਲੋਕਾਂ ਦੇ ਅੱਗੇ ਨਸ਼ਰ ਗਣ। ਤੁਸੀਂ ਇੱਕ ਚੀਜ਼ ਨੋਟ ਕਰੋ, ਜਿਹੜਾ ਬੰਦਾ PCO ਚਲਾਉਂਦਾ ਹੋਵੇ, ਤੁਸੀਂ ਵੀ ਕੰਮ ਕਰਦੇ ਹੋ, ਮੈਂ ਵੀ ਕੰਮ ਕਰਦਾ, ਇਹ ਕਹਿੰਦੇ ਵੀ 10 ਸਾਲ ਅਕਾਲੀ ਦਲ ਨੇ ਬਿਲਕੁਲ ਬਿਜ਼ਨਸ ਖਤਮ ਕਰਤਾ, ਕਾਂਗਰਸ ਨੇ ਵੀ ਬਿਜ਼ਨਸ ਖਤਮ ਕਰਤਾ, ਇਹਨੂੰ ਕਿਹੜਾ ਬਿਜ਼ਨਸ ਇਹੋ ਜਿਹੀ ਕੋਈ ਜਾਂ ਤਾਂ ਘੜਾ ਲੱਭਿਆ ਹੋਣਾ, ਦੱਸ ਦੇਣ ਵੀ, ਸਾਨੂੰ ਵੀ ਦੱਸ ਦੇ ਵੀ ਘੜਾ ਲੱਭਿਆ। PCO ਤੋਂ ਅੱਜ 12-12, 15-15 ਕਿੱਲਿਆਂ ਦੀਆਂ ਕੋਠੀਆਂ ਬਣ ਗਈਆਂ, 20-20 ਕਿੱਲੇ 'ਚ ਇਹਨਾਂ ਦੀਆਂ ਇੰਡਸਟਰੀਆਂ ਬਣ ਗਈਆਂ, ਸਾਰੇ ਮੇਰੇ ਖਿਆਲ ਖੇਤ ਕੋਈ ਛੱਡਿਆ ਕੋਈ ਨਹੀਂ, ਆਲਮਗੀਰ ਸਾਹਿਬ ਦੇ ਨੇੜੇ ਤੇੜੇ ਵੀ ਜਿੱਥੇ ਖੇਤ ਨਾ ਖਰੀਦਿਆ ਹੋਵੇ, ਇਹਨਾਂ ਨੂੰ ਕਿਹੜਾ ਬਿਜ਼ਨਸ ਦੀ ਗੁੱਠੀ? ਜਦ ਸਰਕਾਰ ਨੇ ਬਿਜ਼ਨਸ ਮਾਰਤੇ, ਫਿਰ ਜਾਂ ਤਾਂ ਜ਼ਿਆਦਾ ਸਿਆਣੇ, ਫਿਰ ਜੇ ਜ਼ਿਆਦਾ ਸਿਆਣੇ ਫਿਰ ਲੋਕਾਂ ਨੂੰ ਵੀ ਸਿਆਣੇ ਕਰ ਦਿਉ। ਤੁਹਾਨੂੰ ਕੀ ਲੱਗਦਾ ਫਿਰ ਫੰਡਿੰਗ ਕਿੱਥੋਂ ਹੋ ਰਹੀ ਹੈ? ਇਹ ਤਾਂ ਖੁਦ ਕਹਿੰਦੇ ਕਿ ਸਰਕਾਰਾਂ ਸਾਡੇ ਨਾਲ ਧੱਕਾ ਕਰਦੀਆਂ ਨੇ। ਬਿਲਕੁਲ, ਤੁਹਾਡਾ ਵਾਜੀ ਸੋਚਦਾ, ਬੜੀ ਵੱਡੀ ਗੱਲ ਹੈ, ਇਹਨਾਂ ਨੂੰ ਫੰਡਿੰਗ ਕਿੱਥੋਂ ਹੋ ਰਹੀ ਹੈ? ਅਸਲ 'ਚ ਫੰਡਿੰਗ ਦਾ ਕਾਰਨ ਹੈ, ਲੋਕਾਂ ਨੂੰ ਇਹ ਮੂਰਖ ਬਣਾ ਲੈਂਦੇ ਸੀਗੇ, ਬਣਾ ਲੈਂਦੇ ਸੀਗੇ, ਹੁਣ ਨਹੀਂ, ਹੁਣ ਟਾਈਮ ਚੇਂਜ ਹੋ ਗਿਆ। ਇਹਨਾਂ ਨੇ ਸਟਿੰਗ ਕੀਤਾ ਜੀ, 2000 ਰੁਪਏ ਵਾਲਾ ਬੰਦਾ ਫੜ ਲਿਆ, ਸਟਿੰਗ ਕੀਤਾ ਜੀ, 3000 ਵਾਲਾ ਬੰਦਾ ਫੜ ਲਿਆ, ਸਟਿੰਗ ਕੀਤਾ ਜੀ, ਉਹ DC ਦਫ਼ਤਰ ਦੇ ਸਟਿੰਗ ਕਰਤਾ ਜੀ, ਉਹ ਕੰਮ ਨਹੀਂ ਕਰ ਰਹੇ ਜੀ। ਲੋਕਾਂ ਦੇ ਅਫਸਰਾਂ ਦੇ ਮਨ 'ਚ ਇੱਕ ਡਰ ਪਾਤਾ ਵੀ ਆਹ ਸਟਿੰਗ ਹੁੰਦਾ ਆ, ਫਿਰ ਕੇਸ ਕਿਉਂ ਨਹੀਂ ਕੀਤੇ ਅੱਜ ਤੱਕ ਦਰਜ ਕਿਉਂ ਨਹੀਂ? ਕਿਉਂਕਿ ਅਸਲ 'ਚ ਇਹਨਾਂ ਨੇ ਮੈਨੇਜਮੈਂਟ ਕੀਤੀ, ਵੀ ਲੈਣ ਦੇਣ ਕੀਤਾ, ਲੋਕਾਂ ਨੂੰ ਡਰ ਪਾ ਕੇ ਆਪਣਾ ਕੰਮ ਕਰਾਈ ਜਾਂਦੇ ਆ, ਅਤੇ ਬਿਜਲੀ ਚੋਰੀ ਕੀਤੀ, ਸਾਰੀ ਦੁਨੀਆ ਨੂੰ ਪਤਾ ਵੀ ਮੈਂ ਮੂੰਹ 'ਤੇ ਕਹਿ ਰਿਹਾ ਬਿਜਲੀ ਚੋਰੀ ਕੀਤੀ ਹੋਈ ਇਹਨਾਂ ਨੇ, ਜੇ ਇਹਨਾਂ ਨੂੰ ਲੱਗਦਾ ਮੇਰੇ 'ਤੇ FIR ਦਰਜ ਕਰਾਉਣ, ਫਿਰ ਮੈਂ ਨਸ਼ੇ ਦੇ ਵੀ ਨਸ਼ਰ ਕੀਤਾ ਵੀ ਇਹਨਾਂ ਦੇ PA ਨਸ਼ਾ ਕਰਦੇ ਪਏ, ਨਸ਼ਾ ਵੇਚਦੇ ਆ, ਫਿਰ ਮੇਰੇ 'ਤੇ ਪਰਚਾ ਦਰਜ ਕਰਾਉਣ 'ਚ ਮੈਂ ਝੂਠ ਬੋਲ ਰਿਹਾ? ਅਸਲ 'ਚ ਇਹ ਸਾਰੀਆਂ ਬਲੈਕਮੇਲਿੰਗਾਂ ਕਰਕੇ ਇਹ ਇੱਥੇ ਤੱਕ ਇਹਨਾਂ ਨੇ ਆਪਣਾ ਸਮਰਾਜ ਖੜਾ ਕੀਤਾ, ਲੋਕ ਗਰੀਬ ਰਹਿ ਗਏ ਉਸ ਹਲਕੇ 'ਤੇ, ਇਹ ਅਮੀਰ ਕਿੱਦਾਂ ਹੋ ਗਏ? ਜੇ ਇਹ ਸਾਰੇ ਲੋਕ ਉੱਥੇ ਦੇ ਚੰਗੇ ਹੋ ਜਾਂਦੇ, ਉਹਨਾਂ ਦਾ ਹਲਕਾ ਵਧੀਆ ਹੁੰਦਾ, ਫਿਰ ਤਾਂ ਮੈਂ ਮੰਨਦਾ ਵੀ ਇਹ ਬੰਦੇ ਬੜੇ ਕ੍ਰਾਂਤੀਕਾਰੀ ਜੀ, ਇਹਨਾਂ ਨੇ ਆਪਣਾ ਹਲਕਾ ਹੀ ਬੜਾ ਲੋਕਾਂ ਨੇ ਸਿਰ 'ਤੇ ਚੱਕਤਾ, ਪਰ ਜਿਹੜੇ ਲੋਕ ਚੱਕ ਸਕਦੇ ਨਾ ਉਹ ਸਿੱਟ ਵੀ ਸਕਦੇ ਆ, ਅਤੇ ਇਸ ਕਰਕੇ ਹੁਣ ਮੈਨੂੰ ਲੱਗਦਾ ਵੀ ਹੁਣ ਸਿੱਟਣ ਦਾ ਟਾਈਮ ਆ ਗਿਆ, ਕਿਉਂਕਿ ਲੋਕ ਉੱਭ ਚੁੱਕੇ ਆ, ਅਤੇ ਪਰਮਾਤਮਾ ਕਰੂਗਾ ਇਹਨਾਂ ਦਾ ਜਿਹੜਾ ਘੜਾ, ਜਿਹੜਾ ਪਾਪ ਦਾ ਭਰਿਆ, ਅਤੇ ਇਹਨਾਂ ਦਾ ਆਪੇ ਫਟਣਾ। ਉਹ ਕਹਿੰਦੇ ਨਾ ਪਾਪੀ ਕੋ ਮਾਰਨੇ ਕੇ ਲਈ ਪਾਪ ਮਹਾਬਲੀਏ, ਕਿਸੇ ਨੂੰ ਕੋਈ ਮੈਂ ਗੋਸ਼ਾ ਨਹੀਂ ਕਿਸੇ ਨੂੰ ਮਾਰ ਸਕਦਾ, ਜਾਂ ਦੁਸਾਂਝ ਸਾਹਿਬ ਕਿਸੇ ਨੂੰ ਨਹੀਂ ਮਾਰ ਸਕਦੇ, ਉਹਦੇ ਆਪਣੇ ਪਾਪ ਮਾਰਦੇ
ਚਲੋ ਕਿਉਂਕਿ ਗੱਲਾਂ ਬਾਤਾਂ ਦਾ ਸਿਲਸਿਲਾ ਤਾਂ ਲਗਾਤਾਰ ਜਾਰੀ ਰਹਿੰਦਾ ਪਰ ਟਾਈਮ ਆਪਾਂ ਨੂੰ ਇਜਾਜ਼ਤ ਨਹੀਂ ਦਿੰਦਾ ਅਤੇ ਜਾਂਦੇ ਜਾਂਦੇ ਮੈਂ ਪੁੱਛਣਾ ਚਾਹੁੰਦਾ ਕਿ ਹੁਣ ਨੈਕਸਟ ਫਿਊਚਰ ਪਲੈਨਿੰਗ ਕੀ ਹੈ ਕਿਉਂਕਿ ਹਜੇ ਇਲੈਕਸ਼ਨ ਨੂੰ ਟਾਈਮ ਪਿਆ ਪਰ ਆਪਣੇ ਆਪ ਨੂੰ ਤੁਸੀਂ ਕੀ ਸੋਚਦੇ ਹੋ ਕਿ ਵੀ ਫਿਊਚਰ ਪਲੈਨ ਆਪਾਂ ਇੱਦਾਂ ਦਾ ਕਰਕੇ ਕੀ ਕਹਿਣਾ ਚਾਹੁੰਦੇ ਹੋ ਪਾਰਟੀ ਲੈਵਲ ਦੇ ਵੱਲੋਂ? ਦੇਖੋ ਲੋਕਾਂ ਨੇ ਸਾਰਿਆਂ ਨੂੰ ਪਰਖ ਕੇ ਦੇਖ ਲਿਆ। ਅਕਾਲੀ ਸਰਕਾਰ ਜਦੋਂ ਸੀਗੀ 4 ਏਅਰਪੋਰਟ ਅਸੀਂ ਬਣਾਏ, ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਬਣਾਇਆ, ਮੋਹਾਲੀ ਦੀ ਧਰਤੀ 'ਤੇ ਬਣਾਇਆ, ਬਠਿੰਡੇ ਬਣਾਇਆ, ਮਾਲਪੁਰ ਬਣਾਇਆ, ਮਤਲਬ 4 ਅਸੀਂ ਏਅਰਪੋਰਟ ਬਣਾ ਲਏ। ਸ਼ਹੀਦਾਂ ਦੀਆਂ ਯਾਦਗਾਰਾਂ ਕਿੰਨੀਆਂ ਬਣਾਈਆਂ, ਦਰਬਾਰ ਸਾਹਿਬ ਦਾ ਆਲਾ ਦਾ ਬਣਾਇਆ, ਵਾਲਮੀਕੀ ਤੀਰਥ ਬਣਾਇਆ, ਮਤਲਬ ਬੜੇ ਚੰਗੀਆਂ ਯਾਦਗਾਰਾਂ ਬਣਾਈਆਂ, ਕਿੰਨੇ ਇਨਫਰਾਸਟ੍ਰਕਚਰ 'ਤੇ ਕੰਮ ਕੀਤਾ, ਆਈ ਟੀ ਹੱਬ ਬਣਾਇਆ ਜਿਹੜਾ ਵੱਡੀ, ਮੈਂ ਇਹ ਵੀ ਅਚੀਵਮੈਂਟ ਮੰਨਦਾ ਕਿਉਂਕਿ ਸਕਿੱਲ ਡਿਵੈਲਪਮੈਂਟ ਦੇ ਉੱਤੇ ਕਰਕੇ ਨੌਜਵਾਨਾਂ ਨੂੰ ਸਕਿੱਲ ਡਿਵੈਲਪਮੈਂਟ 'ਤੇ। ਫਿਰ ਆਈ ਟੀ ਹੱਬ ਕੀ ਹੈ, ਹਜ਼ਾਰਾਂ ਲੋਕਾਂ ਨੌਜਵਾਨ ਅੱਜ ਮੋਹਾਲੀ ਨੂੰ ਚੰਡੀਗੜ੍ਹ ਤੋਂ ਵਧੀਆ ਸਮਝਿਆ ਜਾਂਦਾ, ਲੋਕ ਕਹਿੰਦੇ ਯਾਰ ਮੋਹਾਲੀ ਸੇਮ ਹੀ ਹੋ ਗਿਆ ਚੀਜ਼, ਠੀਕ ਹੈ। ਉਹਦਾ ਕਾਰਨ ਕੀ ਸੀ? ਵਿਜ਼ਨ ਸੀਗਾ। ਅੱਜ ਵਿਦਾਊਟ ਵਿਜ਼ਨ ਸਰਕਾਰ ਚੱਲ ਰਹੀ ਹੈ, ਝੂਠੀਆਂ ਸੌਹਾਂ 'ਤੇ ਚੱਕ ਰਹੀ ਹੈ, ਅਤੇ ਉਹ ਜਿਹੜੀਆਂ ਝੂਠੀਆਂ ਸੌਹਾਂ ਕਰਦੀਆਂ ਉਹ ਡਿਵਰਟ ਤਾਂ ਆਉਣਾ ਹੀ ਨਾ। ਕਹਿੰਦੇ ਸਿਆਣੇ ਕਹਿੰਦੇ ਵੀ ਬੋਲ ਜਿੰਨੀ ਉੱਚੀ ਸਿੱਟੋ ਅਤੇ ਫਿਰ ਡਬਲ ਸਪੀਡ 'ਤੇ ਥੱਲੇ ਆਉਂਦੀ ਹੈ। ਅੱਜ ਡਬਲ ਸਪੀਡ 'ਤੇ ਆ ਰਹੀ ਹੈ। ਕਾਂਗਰਸ ਖਤਮ ਹੋ ਗਈ, ਆਮ ਆਦਮੀ ਪਾਰਟੀ ਨੇ ਕੋਵਿਡ ਦੇ ਵਿੱਚ ਕਿਸੇ ਦੀ ਸੇਵਾ ਨਹੀਂ ਕੀਤੀ, ਖਤਮ ਹੀ ਹੋ ਗਏ। ਜੇ ਉਹ ਨਿਕਲੇ ਹੁੰਦੇ ਤਾਂ ਫਿਰ ਕਰਦੇ, ਹੁਣ ਭਗਵੰਤ ਮਾਨ ਜੀ ਜੀਪਾਂ 'ਤੇ ਚੜ੍ਹ ਕੇ ਗਾਣੇ ਗਾਉਣ ਦਾ ਟਾਈਮ ਨਹੀਂ ਹੈਗਾ, ਲੋਕਾਂ ਦੇ ਕੰਮ ਕਰਨ ਦਾ ਟਾਈਮ ਸੀ ਪਰ ਲੋਕਾਂ ਦੇ ਕੰਮ ਨਹੀਂ ਕਰ ਪਾਏ। ਅਤੇ ਅਕਾਲੀ ਦਲ ਨੂੰ ਪਰਖਿਆ ਆਇਆ, ਅਤੇ ਮੈਂ ਅਕਾਲੀ ਦਲ ਦੇ ਸਾਰੇ ਲੋਕਾਂ ਨੂੰ ਮੈਂ ਬੇਨਤੀ ਕਰੂੰਗਾ, ਅਤੇ ਖਾਸ ਕਰਕੇ ਸਰੋਤਿਆਂ ਨੂੰ ਬੇਨਤੀ ਕਰਾਂਗਾ ਜਿੰਨੀਆਂ ਸੰਗਤ ਸੁਣ ਰਹੀ ਹੈ, ਕਿ ਦੇਖੋ ਅਕਾਲੀ ਦਲ ਨੇ ਪਿਛਲੀ ਵਾਰ ਵੀ ਸਾਬਿਤ ਕੀਤਾ ਝੂਠ ਦੇ ਗੱਲਾਂ ਦੇ ਵਿੱਚ ਲੋਕ ਆ ਗਏ, ਪਰ ਅਕਾਲੀ ਵਰਕਰਾਂ ਨੂੰ ਕਹੂੰਗਾ ਕਿ ਕਾਇਮ ਹੋ ਜਾਓ, ਸਰਕਾਰ ਤੁਹਾਡੀ 2022 'ਚ ਆਉਣੀ ਹੈ, ਆਪਾਂ ਦੁਬਾਰਾ ਲੋਕਾਂ ਦੇ ਕੰਮ ਕਰਾਂਗੇ, ਦੁਬਾਰਾ ਲੋਕਾਂ ਨੂੰ ਉਸੇ ਰਾਹ 'ਤੇ ਲੈ ਕੇ ਜਾਵਾਂਗੇ, ਕਿਉਂਕਿ ਸਾਡਾ ਇੱਕੋ ਇੱਕ ਏਮ ਹੈ ਵੀ ਪੰਜਾਬ ਤਰੱਕੀ ਕਰੇ। ਸਾਡਾ ਹੋਰ ਕੋਈ ਪਰਸਨਲ ਏਮ ਨਹੀਂ ਹੈਗਾ, ਕਿਉਂਕਿ ਪਰਸਨਲ ਤਰੱਕੀਆਂ ਕਰਨੀਆਂ, ਪਰਸਨਲ ਤਰੱਕੀਆਂ ਬਹੁਤ ਹੈ, ਸਾਰੇ ਵੈਲ ਸੈਟਡ ਹੈਗੇ ਆ। ਪਰਮਾਤਮਾ ਕਰੇ ਵੀ ਆਉਣ ਵਾਲੇ ਟਾਈਮ 'ਚ ਚੰਗਾ ਕੰਮ ਕਰੀਏ, ਲੋਕਾਂ ਦੀ ਸੇਵਾ ਕਰੀਏ। ਇੱਕੋ ਟਾਰਗੇਟ ਹੈ, ਮੈਂ ਹਰ ਵਾਰੀ ਕਹਿੰਦਾ ਹੁੰਦਾ, ਸੇਵਾ ਦਾ ਟਾਰਗੇਟ ਹੈ, ਦੂਜਾ ਕੋਈ ਟਾਰਗੇਟ ਨਹੀਂ। ਜਦੋਂ ਸੇਵਾ ਕਰਾਂਗੇ ਥਕਾਂਗੇ ਨਹੀਂ, ਉੱਦਾਂ ਹੀ ਚਮਕ ਰਹੂਗੀ, ਉੱਦਾਂ ਹੀ ਭੱਜਦੇ ਨੱਠਦੇ ਰਹਾਂਗੇ ਅਤੇ ਥਕਾਵਟ ਨਹੀਂ ਹੋਊਗੀ। ਜਦੋਂ ਆਪਾਂ ਸੋਚਾਂਗੇ ਕਿ ਆਪਾਂ ਕਿਸੇ ਨੂੰ ਜੇ ਖਰਾਬ ਕਰਨਾ, ਤਾਂ ਫਿਰ ਮੈਂ ਸਮਝਦਾ ਵੀ ਰੱਬ ਵੱਲੋਂ ਮਾਰ ਪਏਗੀ, ਅਤੇ ਰੱਬ ਵੱਲੋਂ ਮਾਰ ਉਦੋਂ ਹੀ ਪੈਂਦੀ ਹੈ। ਜਾਂਦੇ ਜਾਂਦੇ ਤੁਸੀਂ ਨਾਮ ਲਿਆ ਵਿੱਚ, ਇੱਕ ਮੈਨੂੰ ਗੱਲ ਹੋਰ ਯਾਦ ਆ ਗਈ ਭਗਵੰਤ ਮਾਨ ਦੀ। ਭਗਵੰਤ ਮਾਨ ਗਾਣਾ ਲਾ ਕੇ ਨੱਚਦਾ ਰਿਹਾ ਹੈ ਕਿ ਵੀ ਤੇਰਾ ਯਾਰ ਦੱਬਦਾ ਕਿੱਥੇ ਆ, ਉਹਦੇ ਬਾਰੇ ਕੀ ਕਹਿਣਾ? ਉਹ ਕਹਿੰਦਾ ਸੀ ਯਾਰ ਬਿਲਕੁਲ ਸਹੀ ਗੱਲ ਹੈ, ਯਾਰ ਨੂੰ ਦੱਬਣ ਨੂੰ ਫਿਰਦੇ ਸੀ, ਦੱਬਦਾ ਕਿੱਥੇ ਹੈ? ਅਤੇ ਫਿਰ ਭਗਵੰਤ ਮਾਨ ਜੀ, ਅਤੇ ਫਿਰ ਆਪਾਂ ਇਸ ਲੜਾਈ ਦੇ ਵਿੱਚ ਭੱਜੇ ਕਿਉਂ? ਅੱਜ ਤੁਹਾਨੂੰ ਸੈਲੀਬ੍ਰਿਟੀਆਂ ਦੀ ਲੋੜ ਕਿਉਂ ਪੈ ਗਈ? ਜੇ ਤੁਸੀਂ ਪਿਛਲੀ ਵਾਰੀ ਇੰਨਾ ਕੰਮ ਕੀਤਾ ਹੁੰਦਾ, ਤੁਸੀਂ ਤਾਂ ਆਪਣੇ ਐਮ ਪੀ ਨਹੀਂ ਇਕੱਠੇ ਕਰ ਪਾਏ। ਜੇ ਐਮ ਪੀ ਜਿੱਤੇ ਸੀ, ਐਮ ਪੀ ਤਾਂ ਆਪਣੇ ਇਕੱਠੇ ਕਰ ਪਾਉਂਦੇ, ਸਾਰੀ ਪਾਰਟੀ ਖੇਰੂ ਖੇਰੂ ਕਰਤੀ। ਉਹਦਾ ਕਾਰਨ ਕੀ ਹੈ? ਕਾਰਨ ਹੈ ਝੂਠ ਦੀ ਬੁਨਿਆਦ 'ਤੇ ਕੋਈ ਵੀ ਆਪਾਂ ਬਿਲਡਿੰਗ ਖੜੀ ਕਰਾਂਗੇ, ਜੇ ਆਪਾਂ ਥੱਲੇ ਨੀਂਹ ਕੱਚੀ ਹੋਊਗੀ ਤਾਂ ਬਿਲਡਿੰਗ ਜਿੰਨੀ ਮਰਜ਼ੀ ਉੱਚੀ ਲੈ ਜਾਈਏ ਆਖਿਰ ਡਿੱਗਣੀ ਹੈ। ਇਹ ਝੂਠ ਦੀ ਦੁਕਾਨ ਇਹਨਾਂ ਨੇ ਚਲਾਈ ਸੀ, ਆਮ ਆਦਮੀ ਪਾਰਟੀ ਨੇ ਬੜੇ ਇਲਜ਼ਾਮ ਲਗਾਏ, ਪਰ ਬਾਅਦ 'ਚੋਂ ਕੇਜਰੀਵਾਲ ਨੂੰ ਮਾਫ਼ੀ ਮੰਗ ਕੇ ਖਹਿੜਾ ਚੜਾਉਣਾ ਪਿਆ, ਅਤੇ ਇਸ ਕਰਕੇ ਲੋਕ ਹੁਣ ਉਹ ਚੀਜ਼ਾਂ ਤੋਂ ਨਿਕਲ ਗਏ ਹੋਏ ਆ। ਹੁਣ ਲੋਕਾਂ ਨੂੰ ਪਤਾ ਕਿ ਪੰਜਾਬ ਨੂੰ ਤਰੱਕੀਆਂ 'ਤੇ ਰਾਹ 'ਤੇ ਲੱਗ ਜਾਣਾ, ਜਿਹੜੇ ਆ 5 ਸਾਲ ਆਪਾਂ ਖਰਾਬ ਕਰ ਲਏ, ਹੁਣ ਅਗਲੀ ਮੈਨੂੰ ਨਹੀਂ ਲੱਗਦਾ ਵੀ ਅਗਲੀ ਵਾਰੀ ਲੋਕ ਇਹ ਸੋਚਣਗੇ, ਅਤੇ ਪਰਮਾਤਮਾ ਕਰੂਗਾ ਦੁਬਾਰਾ ਪੰਜਾਬ ਨੂੰ ਉਸੇ ਲੀਹਾਂ 'ਤੇ ਲੈ ਕੇ ਆਵਾਂਗੇ। ਲਓ ਜੀ, ਗੱਲਾਂ ਬਾਤਾਂ ਦਾ ਸਿਲਸਿਲਾ ਫਿਰ ਅਗਲੇ ਐਪੀਸੋਡ ਦੇ ਵਿੱਚ ਫਿਰ ਇਸੇ ਤਰ੍ਹਾਂ ਹੀ ਜਾਰੀ ਰਹੂਗਾ। ਫਿਰ ਹੋ ਸਕਦਾ ਕਿ ਕੁਛ ਨਵੀਂ ਅਚੀਵਮੈਂਟ ਕਰਨ, ਕੁਛ ਨਵਾਂ ਇੱਦਾਂ ਦਾ ਕਰਨ ਕਿ ਫਿਰ ਅਸੀਂ ਦੁਬਾਰਾ ਗੋਸ਼ਾ ਜੀ ਕੋਲ ਫਿਰ ਆਈਏ। ਅਤੇ ਨਕਲੀ ਸ਼ਰਾਬ ਦਾ ਮਸਲਾ, 115-120 ਦੇ ਕਰੀਬ ਬੰਦੇ ਮਰ ਚੁੱਕੇ ਆ, ਅਤੇ 300 ਕਿੰਨੇ ਦੇ ਕਰੀਬ ਘਰਾਂ 'ਚ ਬੈਠੇ ਜ਼ਹਿਰੀਲੀ ਸ਼ਰਾਬ ਪੀ ਕੇ, ਅਤੇ ਫਿਰ ਮੰਤਰੀ ਸਾਹਿਬ ਦਾ ਨਾਮ ਤਾਂ ਵਿੱਚ ਆਊਗਾ ਨਾ, ਤੁਹਾਨੂੰ ਵਿੱਚ ਜੇ ਲੋਕ ਕਹਿਣ ਵੀ ਲੱਗਦੇ ਸੀ ਕਿ ਦੁੱਧ ਵਾਲਾ ਲੀਡਰ। ਫਿਰ ਅਸੀਂ ਦੁੱਧ ਦਾ ਠੇਕਾ ਜਦੋਂ ਸ਼ਰਾਬ ਦੇ ਠੇਕੇ ਦੇ ਬਾਹਰ ਲਾਇਆ, ਉਹ ਲੋਕਾਂ ਨੂੰ ਅਪੀਲ ਕੀਤੀ। DMC ਵਾਲਾ ਧੱਕਾ ਕਿੱਦਾਂ ਲੱਗਿਆ ਤੁਹਾਨੂੰ? ਲੋਕ ਮਰ ਰਹੇ ਸੀਗੇ। ਗੁਰਦੀਪ ਸਿੰਘ ਗੋਸ਼ਾ ਸਿਰਫ ਅਤੇ ਸਿਰਫ ਫੇਮ ਚਾਹੁੰਦਾ, ਅਖਬਾਰੀ ਲੀਡਰ ਹੈ, ਅਖਬਾਰਾਂ ਦੇ ਵਿੱਚ ਸੁਰਖੀਆਂ ਐਵੇਂ ਤਾਂ ਨਹੀਂ ਬਣਦੀਆਂ। ਗੁਰਦੀਪ ਸਿੰਘ ਗੋਸ਼ਾ ਦਾ ਟਾਰਗੇਟ ਕੀ ਹੈ? MLA ਬਣਨਾ, MP ਲਈ ਖੜਨਾ। ਸੈਂਸਾਂ ਨੇ ਸਾਈਕਲ ਪੰਜਾਬ 'ਚ ਚਲਾਏ, ਤੁਸੀਂ ਉਹਨਾਂ ਦੇ ਹਲਕੇ 'ਚ ਸਾਈਕਲ ਚਲਾਇਆ। ਮੈਂ ਮੂੰਹ 'ਤੇ ਕਹਿ ਰਿਹਾ ਬਿਜਲੀ ਚੋਰੀ ਕੀਤੀ ਹੋਈ ਇਹਨਾਂ ਨੇ, ਜੇ ਇਹਨਾਂ ਨੂੰ ਲੱਗਦਾ ਮੇਰੇ 'ਤੇ FIR ਦਰਜ ਕਰਾਉਣ। ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਵਿੰਦਰ ਦੁਸਾਂਝ ਅਤੇ ਪੰਜਾਬੀ TV ਗੱਲ ਪੰਜਾਬ ਦੀ ਦੇ ਵਿੱਚ ਸ਼ਖਸੀਅਤ ਪ੍ਰੋਗਰਾਮ ਲੈ ਕੇ ਇੱਕ ਵਾਰੀ ਫਿਰ ਤੁਹਾਡੇ ਰੂਬਰੂ ਹੋਇਆ। ਅਸੀਂ ਹਰ ਵਾਰੀ ਕਿਸੇ ਨਾ ਕਿਸੇ ਐਸੀ ਪਰਸਨੈਲਿਟੀ ਨੂੰ ਮਿਲਦੇ ਹਾਂ, ਐਸੀ ਸ਼ਖਸੀਅਤ ਨੂੰ ਮਿਲਦੇ ਹਾਂ ਜਿਹਦਾ ਕੱਦ ਦੂਜੇ ਲੋਕਾਂ ਦੇ ਨਾਲੋਂ ਬਹੁਤ ਉੱਚੇ ਤੱਕ ਉੱਪਰ ਤੱਕ ਉੱਠ ਕੇ ਹੁੰਦਾ। ਅਤੇ ਅੱਜ ਜਿਹੜੀ ਪਰਸਨੈਲਿਟੀ ਕੋਲ, ਜਿਹੜੀ ਸ਼ਖਸੀਅਤ ਕੋਲ ਆਏ ਹਾਂ, ਉਹਨਾਂ ਨੇ ਰਾਜਨੀਤਿਕ ਖੇਤਰ ਦੇ ਵਿੱਚ ਆਪਣਾ ਕੱਦ ਜ਼ਿਲ੍ਹੇ ਦੇ ਵਿੱਚ ਹੀ ਨਹੀਂ ਸਟੇਟ ਲੈਵਲ ਤੱਕ ਇੰਨਾ ਕੁ ਉੱਪਰ ਉਠਾ ਲਿਆ ਕਿ ਜਦੋਂ ਸ਼ੁਰੂਆਤ ਹੋਈ ਸੀ ਤਾਂ ਲੋਕ ਕਹਿੰਦੇ ਸੀ ਕਿ ਵੀ ਇਹਨੇ ਆ ਕੇ ਕੀ ਕਰਨਾ।
जिद्दां जिद्दां टाइम बीतिया तो इन्ना क उन्होंने कद अपना उस लेवल तक लै गए कि स्टेट लेवल तक उन्होंने नाम चलन लग गया। तो मैं गल करा जा रहा जी ताड़ी लुधियाना यूथ अकाली दल के प्रेजिडेंट गुरदीप सिंह गोशा जी नाल। मेरे नाल बैठे ने गुरदीप जी, सब तो पहला स्वागत है जी। सत श्री अकाल दसवंत साहब, पंजाबी टीवी के सारे स्रोतियों का मैं बहुत बहुत धन्यवाद करता हाँ। उम्मीद करता ये चैनल हमेशा चढ़ती कला च रहेगा। गुरदीप जी, जिस तरह का इस टाइम दौर चल रहा पंजाब की राजनीति की गल तो ही आप शुरुआत करते हैं, क्योंकि इस टाइम पंजाब की राजनीति दे विच इक्को मसला जिहड़ा सब तो ज़्यादा पखिया होया है वह शराब का, नकली शराब का मसला किद्दां देख रहे हो तुसीं? देखो, एक बड़ी माड़ी घटना हुई है। नकली शराब की गल की जाए भी इस तो पहला एक मुद्दा बनिया क्यों? क्योंकि पहला तो कैप्टन अमरिंदर सिंह जी ने तुहानू याद होना चोणां तो पहला दसम पातशाह के चरणां की सहुं खाधी सी। उच्च गया सी मैं नशा खत्म कर दूंगा। नशा खत्म क्यों ना, लॉकडाउन के जो लोग महामारी के नाल त्रासदी हुई हुई सी, सारे की लोग घर बंद बैठे से, उदो इन्होंने सेंटर सरकार तो ठेके खोलन की मंजूरी मंगी। उदो बड़ा धक्का लगा सीगा, तो धक्का लगा तो तुसीं उहदा धक्का की हुण उहदा सिट्टा की निकलिया, नकली शराबा विकन लग पिया लोग, मतलब कि हुंदा की है जिद्दां दा साडा राजा होवे ना पंजाब दे, क्योंकि सीएम राजा ही गिणा जांदा, जिद्दां दा राजा होवे उद्दां दी प्रजा हो जांदी है। तो वह हालात की बने, इस तो पहला याद होना लॉकडाउन के असी राजपुरे लुधियाना खन्ना बलाचौर के असी रौला पाया सी, इन्हां दी डिस्टिलरी फड़ी गई सी, नकली शराब की फैक्टरी फड़ी गई सी, कांग्रेस के कुछ नुमाइंदे भी फड़े गए, असी रौला बड़ा पाया भी ये नाल मौतां हो सकदियां, पर सरकार नहीं जागी। सरकार क्यों नहीं जागी? सरकार मेरे ख्याल अन्नी बोली गूंगी बहरी हो चुकी है, उन्होंने कुछ दिखता नहीं। तो फिर वो सिट्टे गंभीर निकले, 115-120 के करीब बंदे मर चुके हैं, तो 300 किन्ने के करीब घर बैठे जहरीली शराब पी गए। उन्हों का परमात्मा करे भी जल्दी स्वस्थ हो जाए, पर ये जिम्मेवार कौन है? जे समय से जागे होंगे, समय से कार्रवाई की होंगी, क्योंकि इस तो पहला भी एक SIT बनी सी, जे समय से कार्रवाई की होंगी तो हालात ना बढ़ते। तो यह महकमा कि कोल है? ये महकमा कैप्टन अमरिंदर सिंह जी को है। असी बड़ा रौला पाया, फिर उन्होंने आना पै गया। देखो, सरसी तो अपने काम से कामयाब होंगे कि उन्होंने महलों के फार्म हाउस क्ढण के असं कामयाब हो गए, पर उदों तक लड़ते रहेंगे जब तक पंजाब की जवानी असं बचा नहीं लेंगे। कैप्टन साहब तक तुसी इन्नी अप्रोच की, इन्ना रौला पाया, तुसी कहने कि उन्होंने महलों चो बाहर निकलना पाया, पर साढ़े लुधियाने शहर दे एक मंत्री उन्होंने नाम उछलिया इस मामले दे विच, उन्हां बारे की कहना चाहते? देखो, उन्होंने नाम उछलन का कारण है क्योंकि उन्होंने बनाया हुआ ब्रदर अपना, चलो बचपन के कट्ठे है, वह अपने वो फादर साहब न ताए जी भी कहें, मेरे ताए जी का बेटा, उदी वो जिहड़ी कैमिकल गया सारा कैमिकल वो तो चला गया, किदा कैमिकल इन्ना वड्डा ड्रमा दे ड्रम कैमिकल चला किदा गया, तो फिर मंत्री साहब का नाम तो बच्चे आऊगा ना, तो फिर होगा भी उसकी पावर के हिसाब न चीज़ा चले गई, तो मंत्री साहब न बचाने के लगे हुए, तो मैं समझता इदा बचाया नहीं जाना। तुम उस परिवार के जाके देखो, जिस परिवार का जी चला गया तो मंत्री जी सोचण कि अज आप इदा बचा लाँगे, तो इदा नहीं बचाया जाता। हाँ चलो, मान लो कानूनी तौर पर आप बचा लिया, अपनी पावर का मिसयूज़ कर लिया, तो की परमात्मा की कचहरी नहीं है? कि परमात्मा की कचहरी आप बच जाएंगे? बचिया नहीं जाना। मैं लोगों को कहूँगा शराब पीनी नहीं चाहिए वैसे तो, पर अपने ना अपने कल्चर कला पंजाब नहीं समुची दुनिया के एक यहोजी चीज़ बढ़ चुकी है। तो जेडे नकली शराब विकदी क्यों है, इहदा भी एक बड़ा वड्डा सवाल है, वह क्यों वो सस्ती बगैर टैक्स तो शराब हुंदी है, वो जिहड़ा गरीब बंदा हुंदा, क्योंकि इस टाइम इन्ना कु माड़े हालात है कि गरीब बंदा 10-20 रुपए की पैकेट छोटे खरीद लैंदा, तो उहनूं इह नहीं देखदा भी इहदा सिट्टा की निकलूगा, क्योंकि उहदा पैमाना तो कोई हुंदा नहीं नकली शराब का, क्योंकि बनी तो सारी स्पिरिट तो हुंदी है, कैमिकलों तो बनी हुंदी है, तो उहदा सिट्टा। पर सरकार इन चीज़ों से जागे, सरकार लोगों को अवेयरनैस दे, नशे छुड़ाने दे विच अवेयरनैस दे, पार्टीबाजी के उपर उठ के ना इहनूं सिर्फ पोलीटिकल मुद्दा लोगों ने बना लिया, नशे नशा पोलीटिकल मुद्दा नहीं। नशे की गल करदे, नशे लोगों अवेयर करने वास्ते काफ़ी देर तुहानूं विच जे लोग कहन भी लगते कि दुध वाला लीडर भी तुसीं, वह भी बड़ी मुहिम चलाई। देखो मैनू, मैं तुहानूं दस्सिया भी जिद्दां पहलां इन्हां ने परमिशन मंगी सी सेंटर सरकार तो, जदों सारा कुछ बंद सी, तो इन्हां ने शराब के ठेके खोलन की गल की, फिर जिहड़े कंटेनमेंट जोन बनाए होंदे जिथे लोग बाहर नहीं निकलते उत्थे भी इन्हां ने ठेके खोल दिते, तो मैनू बड़ा दुख लग्या। तो मैं सोचा भी देखो मेरा अपना विरोध करन दा एक तरीका, तो मैनू लग्या भी कोई चीज़ इहो जी करनी चाहिए। फिर असीं दुध दा ठेका जदों शराब दे ठेके दे बाहर लाया, वो लोगों नूं अपील की,
करोड़ा अरबा बंदियां ने उस गल नूं एप्रीशिएट किया। हर न्यूज़ दे विच सुर्खियां बनियां, उहदा कारण की सी, क्योंकि चीज़ सी, क्योंकि पंजाब नूं हमेशा चढ़दी कला दा प्रतीक मन्निया गया। जे पंज दरियावां दी धरती सी, चलो ठीक है अज्ज पंज दरिया नहीं रहे, पर हमेशा पंजाबियों नूं जिहड़े मर्जी मोर्चे ते देख लो हर जगह ते सामने ते रहे है। सेवा करन च जे लॉकडाउन दे विच साया सी, मिडल परिवार पिसे गए हैं, पर मिडल परिवार बंद नहीं होया सेवा करन नूं, सेवा करी जा रहा, अज तक सेवा करी जा रहा। ते उह मेरा दुख सी, मैं दुख करन दा इक तरीका सी, तरीका कारागर होया सारी दुनिया दे विच, गल एप्रीशिएट किया। तो इस गल के उत्ते इह कहिंदे सी घर घर शराब पहुँचाणी है, तो फिर इन्हां नूं इह फैसला वापस लेना पै गया सी। असीं अपनी लड़ाई जीते हैं, तो वो लड़ाई जितने का तरीका मेरे हिसाब से सारे इदा कुछ ना कुछ करना चाहिए, सोचना चाहिए, जो चंगा सोचेंगे तो चंगा रिजल्ट आएगा। जी जी, एक चीज़ मैं होर पूछना चाहता जी, जदों हुण इन्ना लंबा समा हो गया सरकार आई नूं, कांग्रेस की जिहड़ी सरकार चलती पई, तुसीं सत्ता तो बाहर बैठे हो, तुहानूं लगता कि इन बिटवीन बड़ा कुछ होया तुहाडे नाल, इह धक्केशाही कित्थे तक जायज़ सी, किद्दां दी धक्केशाही होई तुहाडे नाल? मैं एक चीज़ की गल करदा भी जदों मैं कोई विरोध करदा, देखो जो तो कोई माड़ी चीज़ होगी वह विरोध करना साड़ा फर्ज है, असी विरोध करांगे, पर विरोध करने वाले तो परचे दर्ज करने, ये कि कुछ जायज है? यदा मतलब कि ये चाहती सरकार, ये चाहती है कि विरोध ना किया जाए, भी साड़िया कमियां ना दिखाई जा। तो फिर मैं समझता भी जे ये सोच के गल करांगे तो फिर गुरु नानक साहब नूं भी जेल च जाना पिया, राम जी नूं भी बड़े धक्के सहने पे सी, बनवास कट्टना पै गया, फिर कृष्ण महाराज भी जेल दे विच होए सीगे, तो धक्के तो हर बंदे ने होंदे। जे फिर यह सोच के भगत सिंह वर्गे जे ये सोच लैंदे फिर देश आजाद ना होंदा। करतार सिंह राजीव गांधी वाला मसला सी, चाहे वो इस तों इलावा पिछे एक बिल्डिंग नूं तोड़न दा भी मसला सीगा, वह धक्का तां समझ आया, पर DMC वाला धक्का किदां लग गया तुहानूं? देखो लोग मर रहे सीगे, लोग मर रहे सी, जिन्हां नूं बैड नहीं मिल रहा सी, मेरे कोलों एक नहीं, दो नहीं, अठ दस मसले मेरे आमने सामने दिखन लग पे, तीन तो बंदे वो सी जिन्हां दे नाम ही बाहर आ गए। तो मैं DMC दे जिहड़े उच्च अधिकारी जिहड़े मेन हैगे आ उन्हां नूं उन्हां नाल गल की भी, यह गलत हो रहा, पर उन्होंने आनाकानी की उस गल, उन्होंने कहिंदे असीं की करिए जी, फिर असीं की करिए, फिर असीं तां कुछ करांगे। फिर विरोधता तक असीं बड़ा पैमाना भी ठीक रख्या है, क्योंकि जो कोविड के करके इन्होंने गल्लां कीतियां होईयां, असीं सोशल डिस्टेंसिंग भी मेनटेन की, सब कुछ किया, पर उहदे बावजूद धक्का। तो मैं समझदा मैं कामयाब होया, एक परचा दर्ज करता, परचा दर्ज ना कुछ नहीं हुंदा, लोगों की आवाज़ बनना साडा फर्ज़ है, तो वो आवाज़ जीती है, असी उस गल उ भी लड़ाई जीती, लड़ाई कितना जीती है, MP साहब बिट्टू जी जिहड़े आप लॉकडाउन के दिखे नहीं, गैप ही सके, एकदम प्रगट हो गए, तो कहें भी प्रगट हो गए, कहें भी मैं ताले लवा दूँ हस्पतालों जिहदे बैड नहीं हो गए, यदा मतलब साड़ी आवाज़ लड़ाई उन्होंने ले ली ना, हुण लड़न गए आने वाले टाइम से, लड़ना पऊगा उन्होंने। फिर कमिश्नर साहब नूं भी अगले दिन कहना पै गया कि डॉक्टर अपनी वो तुहानूं याद रखण, जिहड़ी कसम खाते डॉक्टरों का एक फर्ज हुंदा भी, जदों कसम खाते उच्च कहा जाता कि असी किसी मरीज़ नूं मरण नहीं देंगे, अपने टिल तक जोर लावांगे, तो फिर मरण क्यों दे रहे सी? फिर कमिश्नर साहब ने, फिर DC साहब ने हुण बैडां तां कढ़ता भी, इन्ने बैड इत्थे आ गए, इन्ने बैड गए, हुण इह तां उन्होंने तत देते, पर असलीयत कुछ होर है, हुण असलीयत असीं देखांगे जदों सानूं लगेगा किसी ना, फिर दोबारा कोई बैड मिलण ना मिलण करके जे मर रहा तो फिर असीं आवाज़ फिर बुलंद करांगे, एक परचा छड़ के 10 परचे कर दें, मेरी आवाज़ नहीं दब सकते, मैं लोगों की आवाज़ हाँ, मैं अपनी आवाज़ नहीं, मैनूं लोग सोचते भी आइडिया आंदे कित्थों आ, आ दुध दा लाया जां हस्पताल दे बाहर मेरा अवार्ड उन्होंने दिता, आइडिए लोग देंदे आ, लोग जो दसते हैं तो फिर साडा दिल करता काम करनू, मेरी अपनी आवाज़ नहीं गई, मैं भी अपना परिवार के नाल अपनी लाइफ बड़े वधिया स्मूथली चला सकता, मेरे भी बच्चे है, मेरा भी दिल करता मैं अपने परिवार नाल समय बतीत कराँ, मेरे बच्चों भी लगता कि मेरे पापा नूं साडे नाल टाइम बतीत करना चाहिए, पर मेरे हिसाब नाल मेरे पंजाब दे सारा जिहड़ा पंजाब आ, मेरे अपने भरा भैण है, बच्चे है, सारा अपना परिवार है, तो मेरा फर्ज बनता फिर सारे परिवार नूं देखा। लुधियाने शहर की आप गल करिए, क्योंकि जिले की नुमाइंदगी करते हो, कुछ इदा के भी लीडर ने, कुछ इदा के भी नेता ने इतने जोड़े कहें कि गुरदीप सिंह गोशा ही क्यों एक्टिव है, रीज़न ये है कि गुरदीप सिंह गोशा सिर्फ तो सिर्फ फेम चाहता है, अखबारी लीडर है, क्योंकि बाकी इन्हें पार्टी के सारे सुते पे ने, वो बारे की कहोगे? नहीं, मैं ये नहीं कह सकता सारे सुते पे, बड़े बड़े अपने अपने तौर पर काम कर रहे, पर जे मैं कई लगता कि गोशा ही क्यों अगे है, फिर बाकी भी अगे आ जाए, फिर तो सवाल ही मुक गया, फिर उन्होंने भी चाहिए अगे आने, क्यों नहीं? वो कहने अखबारी लीडर है, अखबारों के सुर्खियों के रहना चाहता है, अखबारों के सुर्खियाँ एवं तो नहीं बनदियाँ, तुम भी दसदान साहब सारी उम्र ही आप पत्रकारी की है कि एवं सुर्खी तुम किसी की बना दोगे? काम करने वाले की हमेशा सुर्खी बनती है, काम करके दिखाओ ना, असी तो लड़ाई असी दुकानदार की लड़ाई जीती, तिरंगा मार्च कटिया दुकाना खोलनिया पै गया, असी जिम वाले के उत्ते प्रदर्शन किया जिम खोलने पै गए, जे असी शराब के उत्ते प्रदर्शन किया तो उन्होंने जी होम डिलीवरी बंद करनी पैगी, जे हस्पतालों की लड़ाई की तो वह भी असी जीती, हस्पताल लड़ाइया
जित रहे हैं। जे असी लोग हम सड़कों दी लड़ाइया तो हम भजे फिर कारपोरेशन भी किसी तरीके कोई काम करिए, फिर जो असी लड़ाई जित रहे हैं तो फिर असी जीते हुई लड़ाई में यह नहीं कह सकते भी असी ड्रामे करते, फिर जो इन्होंने लगता कि असी फेम लिए काम करते फिर वो भी फेम लिए काम कर, फिर क्यों नहीं करते फेम लिए काम? फिर मैं जो इस फील्ड के आया तो फिर फेम तो अपने आप ही आऊगा, जो काम करा तो दिखेगा, जो काम नहीं करा तो नहीं दिखेगा। कारपोरेशन दी विच तुसीं गल कीती, कारपोरेशन दी गल करिए, लुधियाणे दे इदां दे कई मसले ने जिहड़े कारपोरेशन नाल रिलेटड ने पर वह कई सालों तो लटकते पे ने, कई इशू ने, चाहे वह जगराओं वाला पुल होवे, बुढ़े दरिया वाला होवे, कई होर इस तो बाद सड़कों का मामला होवे, उन्हां दे बारे किदां देखदे हो तुसीं, किदां दी जो हुण मौजूदा साडे कारपोरेशन दे मेयर ने उन्हां दी एक्टिविटी जां जिहड़े साडे इस टाइम जिहड़े सिटी दे विच MLA ने उन्हां दी एक्टिविटी जां जिहड़े इत्थे दे मिनिस्टर ने उन्हां दी एक्टिविटी? देखो पिछली वारी तुहानूं याद होना एक समार्ट सिटी दी चली सी, ते लुधियाणा समार्ट सिटी दे विच आया सीगा, करोड़ां अरबां रुपए दे फंड इत्थे रिलीज़ हो गए पर आपां कम कर नहीं पाए। जदों माड़ी जी बरसात हुंदी है तो शहर तकरीबन डुब जांदा, तो जदों कोई सवाल पाया जांदा कहिंदे जी अकाली सरकार वेले भी इदां ही सीगा, यार कोई जवाब थोड़ा आया भी जे साडे वेले इदां सी ते अज भी इदां ही है ते फिर इहदा मतलब तुसीं अगे निकले ही नहीं, तुसीं तां एक भी नहीं लिखिया, इहदा मतलब इह चीज़ां सोचनी चाहीदियां। शहर दीआं बड़ियां एक सब ना वड्डी प्रॉब्लम है भी पानी भर जांदा, सीवरेज जाम हो जांदे आ, उहदा कारण की हुण मैं तुहानूं दस्सदा, हुण अगे नाल पानी वधण क्यों लग गया? क्योंकि कारपोरेशन की जो इलैक्शन सी इन्होंने आनन फानन से 1500 जिहड़ियां गैर कानूनी कलोनियां जिहड़ियां साइडां ते बणियां सीगियां शहर के बाहर वह सारिया के सीवरेज नाल जोड़ते, जबकि उदू सीवरेज नूं वड्डा नहीं किया, इन्हों चाहिए सी, उन्होंने सिर्फ वोटां दी राजनीति की, अज वोटां दी राज ठीक है, उन्होंने भी सीवरेज चाहिए सी, नहीं कहिंदे भी नहीं चाहिए, बट उहदी प्लैनिंग तो चाहिए सी ना, सीवरेज वड्डा कर लैंदे तो सीवरेज वड्डे नहीं क्यों, जे आपां उत्ते लिपस्टिक बिंदी अपने पाउडर मुँह ते लाई जाइए, अपने पाउडर नूं चमकाइए, इंटरनली आपां कमजोर होइए, खाइए कुछ ना तो फिर वो किन्नी देर चिट्टा रह जाऊगा, तो काला दा आपे आप शरीर अंदर सुकण दा लापे होगा ना, इस करके सब तो पहला इन्हां नूं चाहिए सीगा सीवरेज सिस्टम बहुत वैल प्लैन करदे। स्मार्ट सिटी दा एड्डा वड्डा पैसा है, स्मार्ट सिटी दा पैसा कल्ली लई रवेली बना के या घंटा घर चौंक दी चार लाइटां ला के नहीं चलना, इन्हों चंगा काम है, मैं नहीं कहता लई रवेली बननी माड़ी काम है या घंटा घर के लाइटां नहीं, बिल्कुल लगनिया चाहिए, पर उस तो पहला अज कोविड की लड़ाई चल रही है, अज इस लड़ाई तो जितने वास्ते पहला हैल्थ सिस्टम सही करना चाहिए सी, फिर जो मीह पर जो बरसातों के बीमारी वध सकती है, जिदा डर कहें वधदी है बीमारी, तो जे वो पता बरसातों से वधे तो फिर वो सीवरेज सिस्टम तो सही करा दे, आप ड्रेन सिस्टम बिल्कुल ठीक हो जाए साडा, असी पानी पानी बड़े बंदे आते लीडर आते हैं, मैं बैंस ब्रदर भी बच्चे गल करना, बड़े बड़ा रोला पाते SYL का मुद्दे की गल करते, पानिया के राखियां की गल करते, वह यार जो लखां लीटर पानी उत्तों ज उपरों आ रहा जो असं बिल्कुल उन्होंने प्रिजर्व करके वरत्या जा सकता, वो लिए क्यों नहीं आवाज़ उठाते? सिर्फ ये एक सिर्फ पोलिटिकल स्टंट नहीं होना चाहिए, इन प्रैक्टिकल मैं अज भी कह दिना, जेहड़े तीन चार मुद्दे वड्डे मुद्दे आ, चाहे पानी का मुद्दा आ, चाहे नशे का मुद्दा, ये सर्व पार्टी दी मीटिंगां होनी चाहिए, कल्लियां उपरली उपरले बंदे नहीं, थल्ले लोकल लैवल पर भी मीटिंग होनी चाहिए, तो आउटपुट निकल सके, सिर्फ बयानबाजी तक नहीं सीमित रहना चाहिए। गुरदीप सिंह गोशा नूं बड़ा लंबा समा हो गया पार्टी की सेवा करदिआं नूं, लोकां दी सेवा करदिआं नूं, गुरदीप सिंह गोशा का टारगेट की है? MLA बनना, MP लिए खड़ना, की सोचे? साज साहब ये ना मैंने सवाल तकरीबन पै जाता, मैं याद होना आप पैसे इंटरव्यू किए थे, मैं उदो गल गया ना अकांगे ना थकांगे ना झुकांगे, तो अज भी उदा ही है, फर्क तो नहीं पाया, अच्छी मैं मेरे ख्याल बहुत पुराने टाइम तो जाते 17-18 साल तो जाते हो भी किसी दिन भी देखा भी गोशा आराम बह गया हो घर, गोशे का टारगेट कोई MLA बनना MP बनना नहीं है, वो अलग चीज़ा पार्टी के मसले है, पार्टी जिन्हू क्योंकि जमात करामत होंगी, जमात जिन्हों अगे करेगी वो लड़ेगा, मेरे अगे जो कोई भी मैं अच्छे 55 कोई इलैक्शन के भाग लै चुका, मतलब लोगों की सपोर्ट कर चुका, जिते जिते मेरी ड्यूटी लगी, चाहे शहर से लगी है, चाहे स्टेट से लगी, चाहे स्टेट तो बाहर लगी है, मैं हर जगह पर गया, मैंने शौक है, एक पैशन है अपन प्राप्तियां अगे रखन दियां, अगों विजन रखन दा, मेन मेरा टारगेट की है, देखो मैं लुधियाणे का जामपल हाँ, मैं ये चाहना भी लुधियाणा सच्ची मुची स्मार्ट सिटी बने जी, भी सच्ची मुची जे अज नौजवान बाहर क्यों भज रहा, कोई तो कमी होगी ना साढ़े, जो कमी ने दूर किन्ने करना, असी लोग नौजवानों मैं तो कितने कह देना भी नौजवान वाकई इतने ना रहो, क्योंकि अज आज़ादी के दिन आ गए, रोज़ हर साल आप आज़ादी मानते, गणतंत्रता दिवस मानते हैं, पर कि असी मानसिक रूप के आज़ाद हो गए,
अजे डी एम सी के बार असी रौला पाया कि असी आजादी हैगी सी परचा क्यों दर्ज किया आजादी सी फिर तो अंग्रेजों वाले रूल आ गए ना सेम ये रूल चेंज करने पैने हैं। मेरा टारगेट इको ही है कि लुधियाना सची मुची स्मार्ट सिटी बने बुढ़ा नाला साफ हो सारे फ्लाईओवर बन जा सड़क सही हो जाए साढ़े ड्रेन सिस्टम सही हो फिर असं मनेंगे भी मैं फिर मैं सौंगा मैं चंगा लगेगा कि मैंने हूँ शांति है यार आह शहर वधिया हो गया फिर हूँ किसी होर लड़ाई लड़ लीए मेरा शहर ठीक नहीं आप दूजे शहर जाके मैं लड़ाइया लड़न ला पा मैं फिर तो मैं समझा फिर मैं लीडर ही कर रहा मैं लीडर ही नहीं कर रहा मेरा एक एम है सोशल वर्किंग मैं अज भी सोशल वर्किंग कर रहा कल भी करूँगा तो आने वाले टाइम के करूँगा कोशिश करता रहूँगा बाकी परमात्मा के हाथ। स्मार्ट सिटी की गल करते हैं जेकर स्मार्ट सिटी के तौर पर एक हलका तुम देता जाए पार्टी की नुमाइंदगी वास्ते कहा जाए भी इस हल्के देखना इनू स्मार्ट करना तो इतने हल्के तो आने वाले टाइम हो सकता उतो इलैक्शन कि हल्का सोचते हो। देखो मेरा तो सारा हल्का लुधियाना है मेरा शहर का मैं प्रधान हाँ छे सीटा के साढ़े को शहर दियाँ पैदियाँ मैं तो छे सीटा के काम करने तैयार हाँ पर हर वारी टारगेट जो भी होंगे हल्के की गल होंगी टारगेट बैंस ब्रदर्स होंगे ने कारण सुन लो की है। देखो मैं तो पांडे साहब के खिलाफ भी प्रदर्शन किया आशु साहब बैंसा ने सैकल पंजाब चलाए तुम उन्होंने हल्के सैकल चला कारण दस देना एक बंदा कहता कि जो एम एल ए बनना से कहता सी सानू दोनों भरावां नू एम एल ए बना दो तो 115 एम एल ए नू अकल सिखा देंगे तो हुण आप अकल भुल गए जी फिर वो कहें भी साढ़े तो ईमानदार बंदा कोई नहीं सारे बाकी चोर है मैं तो हैरान हूँ भी आप गुरबाणी कहती अवर उपदेश आप न करे आवत जावत जन्मे मरे जोड़ा आप मनता नहीं तो दूजे उपदेश दिता ये वाले बंदे है ये कहते असं क्रांतिकारी हैं कितों के क्रांतिकारी जिन्ह की गली के पानी भर दे गली टुटदी हो बिजली के नाल बच्चों दिया मौत उ हो चुकिया हम पानी भरन लोग तरह तरह करते हो कई कई लोगों दियाँ यह मौत हो चुकिया ज जिथे उ हस्पताल नेड़े नहीं है उत्थे डिस्पेंसरी नेड़े नहीं हैगी उ बच्चिया देखो भी किन्ने किन्ने किलोमीटर दूर कॉलेज तो पढ़न जा कोई यहोजा स्कूल नहीं कोई हैल्थ सिस्टम नहीं फिर वो क्रांतिकारी कहते हुए फिर मैं पहला जिदा गल की है पहला इन्हों जो जो दो भरावान मिले से सब तो पहला की करते अपना हल्का सवार लेंगे फिर इन्हों बाहर जाने की लड़ नहीं लोगों ने आपे हथा चक लेना तो हम करी जाते जी बाहर जाके असी कोविड के क्या बाहर नहीं निकले तुम्हें लोगों की सेवा नहीं की सैकल चला चल गए पंजाब के मैं तो हैरान होया मैं कहा यार उत्थे दियां सारियां सड़कां सही है इन्हां दा टायर पंचर भी नहीं होया कोई चक्का टुटिया भी नहीं साढ़े टायर भी पंचर होए साढ़े चक्के भी टुटे इन्हां दे हल्के च क्यों टुटे जे हालात माड़े है तो फिर मेरा फर्ज बनता भी जिहड़ा अपने आप नूं ज़्यादा ईमानदार सा फिर लोगों के अगे नशरगण तुसीं एक चीज़ नोट करो जिहड़ा बंदा पी सी ओ चलांदा होवे तुसीं भी कम करदे हो मैं भी कम करदा ये कहिंदे भी 10 साल अकाली दल ने बिल्कुल बिजनेस खत्म करता कांग्रेस ने भी बिजनेस खत्म करता इनू कि बिजनेस यहोजी कोई ज्यादा घड़ा लभ्या होना दस दिन भी सानू भी दस दे भी घड़ा लभ्या पी सी ओ तो अच्छ 12-12, 15-15 किलिया कोठियां बन गई 20-20 किले अच्छी इन्हों दियाँ इंडस्ट्रियां बन गई सारे मेरे ख्याल खेत कोई छड़िया कोई नहीं आलमगीर साहब के नेड़े तेड़े भी जिते खेत ना खरीदया हो इन्हू बिजनेस की गुठी जब सरकार ने बिजनेस संभारते फिर जा तो ज़्यादा सियाने फिर जे ज़्यादा सियाने फिर लोगों भी सियाने कर दो तानू की लगता फिर फंडिंग कितों हो रही है ये तो खुद कहते कि सरकार साढ़े ना धक्का कर दियां ने बिल्कुल तुहाडा वाजी सवाल बड़ी वड्डी गल है इन्हां नूं फंडिंग कितों हो रही है असल च फंडिंग का कारण है लोगों नूं इह मूर्ख बना लैंदे सीगे हुण नहीं हुण टाइम चेंज हो गया इन्होंने स्टिंग किया जी 2000 रुपये वाला बंदा फड़ लिया स्टिंग किया जी 3000 वाला बंदा फड़ लिया स्टिंग किया जी वो डीसी दफ्तर से स्टिंग करता जी वो काम नहीं कर रहे जी लोगों के अफसर के मन च एक डर पाता भी आ स्टिंग हुंदा आ फिर केस क्यों नहीं किए अज तक दर्ज क्यों नहीं क्योंकि असल से इन्होंने मैनेजमेंट की लैन देन किया लोगों डर पा के अपना काम कराई जाते हैं तो बिजली चोरी की सारी दुनिया को पता भी मैं मुँह तो कह रहा बिजली चोरी की हुई इन्होंने जे इन्हों लगता मेरे तो FIR दर्ज करा ना फिर मैं नशे दे भी नशर किया भी इन्हें पीए नशा करते भी नशा बेचते हैं फिर मेरे परचा दर्ज कराने जे मैं झूठ बोल रहा असल च ये सारिया ब्लैकमेलिंग करके इतने तक इन्होंने अपना साम्राज खड़ा किया लोग गरीब रह गए उस हल्के ए अमीर कि हो गए जे ये सारे लोग उत्थे चंगे हो जाते उन्होंने हल्का वधिया हो जाता फिर तो मैं मनता भी ये बंदे बड़े क्रांतिकारी जी इन्होंने अपना हल्का ही बड़ा लोगों ने सिर पर चकता पर जोड़े लोग चक सकते हैं वो सिट भी सकते हैं तो इस करके हम मैं लगता भी हम सिटन का टाइम आ गया क्योंकि लोग उब चुके हैं तो परमात्मा करूगा इन्हों का जो घड़ा जो पाप का भरया तो इन्होंने आपे फटना वो कहें ना पापी को मारने के लिए पाप महाबली है किसी ने कोई मैं गोशा नहीं किसी को मार सकता या दुसांझ साहब किसी को नहीं मार सकते वो अपने पाप मारते जे उन्होंने पाप का घड़ा भरूगा तो फुट जाना दिख जाना सारे तो मैनू लग रहा भी दिख रहा क्योंकि जे वो पाप का घड़ा ना भरया होंगे ना तो लोगों के आकर सेवा करते इस औखी घड़ी के सेवा नहीं कर पाए सिर्फ ड्रामेबाजी की अज लोगों के सामने
चलो क्योंकि गल्लां बातों का सिलसिला तो लगातार जारी रहिंदा पर टाइम आपां इजाजत नहीं दिंदा। तो जाते जाते मैं पूछना चाहना कि हुण नेक्स्ट फ्यूचर प्लैनिंग की है, क्योंकि हजे इलैक्शन नूं टाइम पिया पर अपने आप नूं तुसीं की सोच रहे हो कि भी फ्यूचर प्लैन आपां इदां दा करके की कहना चाहते हो पार्टी लेवल दे वल्लों? देखो लोगों ने सारयां नूं पर के देख लिया, अकाली सरकार जदों सीगी चार एयरपोर्ट असीं बनाए, अमृतसर साहब की धरती ते बनाया, मोहाली की धरती ते बनाया, बठिंडे बनाया, मालपुर बनाया, मतलब चार असी एयरपोर्ट बना ले। शहीदां दीआं यादगारां किन्नीआं बनाईआं, दरबार साहब का आला दाणा बनाया, वाल्मीकि तीर्थ बनाया, मतलब बड़े चंगीआं यादगारां बनाईआं, किन्ने इनफ्रास्ट्रक्चर ते काम किया, आई टी हब बनाया जिहड़ा वड्डी, मैं इह वी अचीवमेंट मंनदा क्योंकि स्किल डिवेलपमेंट के उत्ते करके नौजवानों नूं स्किल डिवेलपमेंट ते फिर आई टी हब की है, हज़ारां लोकां नौजवान अज्ज मोहाली नूं चंडीगढ़ तों वधिया समझिआ जांदा, लोकी कहिंदे यार मोहाली सेम ही हो गया चीज़, ठीक है। उहदा कारण की सी, विजन सीगा। अज्ज विदाउट विजन सरकार चल रही है, झूठियां सौहां ते चक रही है, तो जिहड़ियां झूठियां सौहां खादियां वह डिवर्ट तो आना ही ना, कहिंदे सियाणे कहिंदे वी बोल जिन्नी उच्ची सिटो तो फिर डबल स्पीड थल्ले आउंदी, अज्ज डबल स्पीड ते आ रही है। कांग्रेस खत्म हो गई, आम आदमी पार्टी ने कोविड दे विच किसी की सेवा नहीं की, खत्म ही हो गए। जे वह निकले होंगे तो फिर करते हुण भगवंत मान जी जीपां ते चढ़ के गाने गाने का टाइम नहीं है, लोगों के काम करन का टाइम से पर लोगों के काम नहीं कर पाए। तो अकाली दल नूं परखे आया, तो मैं अकाली दल के सारे लोगों मैं बेनती करूँगा, तो खास करके स्रोतियां नूं बेनती करूँगा जिन्नी संगत सुन रही है कि देखो अकाली दल ने पिछली बार भी साबित किया झूठ दे गल्लां दे विच लोग आ गए, पर अकाली वर्करां नूं कहूँगा कि कायम हो जाओ, सरकार तुहाडी 2022 च आनी है, आपां दोबारा लोगों के काम करांगे, दोबारा लोगों उस राह ते लैके जावांगे, क्योंकि साडा इक्को इक एम है भी पंजाब तरक्की करे, साडा होर कोई परसनल एम नहीं है, क्योंकि परसनल तरक्कियां करनियां, परसनल तरक्कियां बहुत है, सारे वैल सैटड है, परमात्मा करे भी आने वाले टाइम से चंगा काम करिए, लोगों की सेवा करिए। इक्को टारगेट है, मैं हर बारी कहना हुन्ना सेवा का टारगेट है, दूजा कोई टारगेट नहीं, जो सेवा करा थकेंगे नहीं, उदा ही चमक रहेगी, उदा ही भजते नठते रहेंगे तो थकावट नहीं होगी, जो आप सोचा कि आप किसी ने जो खराब करना तो फिर मैं समझता भी रब वालों भी मार पेगी, तो रब वालों मार उदो ही पैंती है। जाते जाते नाम लिया एक मैं गल हो याद आ गई भगवंत मान की, भगवंत मान गाना ला के नचता रहा है कि भी तेरा यार दबदा कितने है, वो बारे की कहना? वो कहना यार बिल्कुल सही गल है, यार दबण फिर दबदा कितने है, तो फिर भगवंत मान जी तो फिर आप इस लड़ाई के भजे क्यों, अज तुहानू सैलीब्रिटियां की लोड़ क्यों पैगी, जे तुसी पिछली बारी इन्ना काम किया हुंदा तुसी तां अपने अपने एम पी नहीं कट्ठे कर पाए, जे एम पी जिते सी एम पी तो अपने कट्ठे कर पाते, सारी पार्टी खिरू खिरू करती, वह कारण की है? कारण है झूठ की बुनियाद पर कोई भी आप बिल्डिंग खड़ी करांगे, जे आप थले नींह कच्ची होगी तो बिल्डिंग जिनी मर्जी उच्ची लै जाइए आखिर डिगनी है। ये झूठ की दुकान इन्होंने चलाई सी, आम आदमी पार्टी ने बड़े इल्जाम लगाए पर बाद चो केजरीवाल नूं माफ़ी मंग के खेड़ा चढ़ाना पिया, तो इस करके लोग हुण उस चीज़ों तों निकल गए हैं, हुण लोगों नूं पता कि पंजाब नूं तरक्कियां ते राह ते लग जाना, जिहड़े आ पांच साल आपां खराब कर ले हुण अगली, मैनूं नहीं लगता भी अगली बारी लोग ये सोचणगे, तो परमात्मा करूगा दोबारा पंजाब नूं उसे लीहां ते लैके आवांगे। लो जी गल्लां बातों का सिलसिला फिर अगले एपीसोड दे विच फिर इसे तरह ही जारी रहेगा, फिर हो सकता कि कुछ नवी अचीवमेंट करन, कुछ नवा इदां दा करन कि फिर असीं दोबारा गोशा जी को फिर आईए, तो तद तक लई इजाजत, धन्यवाद जी। धन्यवाद जी, बहुत बहुत दसान साहब, बहुत बहुत धन्यवाद तुहाडा जी।